ਪਾਣੀ ਤਾਂ ਮੰਗਾ ਦਿੱਤੀ, ਬੁਰਕੀ ਗਲ ਚ ਫਸ ਗਈ। ਮੈਂ ਤੈਨੂੰ ਬੁਰਕੀ ਦੀ ਪਈ ਆ, ਮੇਰੇ ਗਲ ਚ ਲੱਡੂ ਫਸਿਆ ਪਿਆ, ਹੌਲੀ ਖਾ ਲਿਆ ਕਰ। ਤੂੰ ਹੌਲੀ ਖਾ ਲਿਆ ਕਰ। ਕਮਲ ਕੁੜੇ ਪਾਣੀ ਦੀ ਘੁੱਟ ਲਿਆ, ਤਾਂ ਨੀ ਕਿੱਥੇ ਭਰ ਗਈ, ਦਫਾ ਹੋਣੀ ਨਾ ਹੋਵੇ ਤਾਂ। ਆਈ ਵੀ ਜੀ। ਹੈਲੋ ਤਾਏ ਜੀ, ਪਾਣੀ। ਮੈਂ ਕਿੱਥੇ ਮਰ ਗਈ ਸੀ, ਹੈ ਜਿੱਥੇ ਜਾਂਦੀ ਆ ਕਰਲੀ ਵਾਂਗੂ ਛਾਪਾ ਜਾਂਦੀ ਆ, ਪਤਾ ਨਹੀਂ ਸੀ ਵੀ ਪਾਣੀ ਦੇਣਾ। ਨਹੀਂ ਤਾਈ, ਮੈਂ ਤਾਂ ਭਾਂਡੇ ਮੰਨਦੀ ਸੀ, ਵੇਲੀ ਥੋੜੀ ਬੈਠੀ ਸਾਂ। ਦੇਖ ਕਿਵੇਂ ਕੈਂਚੀ ਵਾਂਗੂ ਜਵਾਨ ਚਲਾਉਂਦੀ ਆ, ਮਹਾਰਾਣੀ ਬਣ ਕੇ ਮੰਜੇ ਤੇ ਬਹਿ ਗਈ। ਚੱਲ ਦਫਾ ਹੋ। ਤੂੰ ਕੀ ਦੇਖਦਾ, ਲੈ ਤੂੰ ਵੀ ਚੁਰਸ ਲੈ। ਮਾੜੇ ਕਰਮ ਨੇ ਵਿਚਾਰੀ ਦੇ, ਕੰਮ ਕਰਦੀ ਹੋਈ ਦੇ ਵੀ ਮਾਰ ਪੈਂਦੀ ਆ। ਜਾ ਪੁੱਤ। ਨਾ ਰੋ ਭੈਣੇ, ਨਾ ਰੋ, ਚੁੱਪ ਕਰ। ਆ ਦੇਖ ਮੈਂ ਤੇਰੇ ਲਈ ਵੰਗਾ ਲੈ ਕੇ ਆਈ ਆ। ਚੁੱਪ ਕਰ, ਸਭ ਠੀਕ ਹੋ ਜਾਊਗਾ। ਤਾਈ ਕਿਉਂ ਮਾਰਦੀ ਰਹਿੰਦੀ ਹੈ ਸਾਰਾ ਦਿਨ ਵਿਚਾਰੀ ਨੂੰ, ਇਹਨਾਂ ਤਾਂ ਤੁਹਾਡੇ ਘਰ ਦਾ ਕੰਮ ਕਰਦੀ ਹੈ। ਲੈ ਧੀਏ, ਮੈਂ ਕਿਤੇ ਚਾਉ ਨੂੰ ਮਾਰਦੀ ਹਾਂ, ਇਹ ਤਾਂ ਇਹਦਾ ਹੀ ਭਲਾ, ਕੱਲ ਨੂੰ ਸਹੁਰੇ ਘਰ ਵੀ ਜਾਣਾ ਹੈ। ਹੈ ਅੱਛਾ, ਤੂੰ ਆ ਚੂੜੀਆਂ ਲੈ ਕੇ ਆਈ ਹੈ, ਬਾਹਲੀਆਂ ਸੋਹਣੀਆਂ, ਬਾਹਲੀਆਂ ਸੋਹਣੀਆਂ ਲੱਗਣਗੀਆਂ। ਹੈ ਚੱਲ ਮੇਰੀ ਧੀ। ਦੇਖ ਸਾਲੇ ਕਿਵੇਂ ਡਰਾਮੇ ਕਰਦੇ ਆ, ਇਹ ਕੁੜੀ ਨੂੰ ਘਰੇ ਨੀ ਟਿਕਣ ਦਿੰਦੀ, ਪੁੱਤੇ ਦਾ ਬਾਹਰ ਲੋਕਾਂ ਨੂੰ ਨੀ ਟਿਕਣ ਦਿੰਦਾ। ਚੱਲ ਹੁਣ ਆ ਚੱਕ, ਲੈ ਬਈ ਆ ਚੱਕੋ ਬਈ, ਆ ਮੇਰਾ ਆ ਲੈ। ਚੱਲ ਬਈ ਆ ਬੇਗੀ, ਆ ਜੱਕਾ ਮੇਰਾ। ਯਾਰ ਜਿਹੜੇ ਆਪਣੇ ਪਿੰਡ ਦੀ ਜ਼ਮੀਨ ਹੈ ਪੰਚਾਇਤ ਵਾਲੀ, ਉਹਤੇ ਆਪਾਂ ਵਾਲੀਬਾਲ ਦਾ ਗਰਾਊਂਡ ਨਾ ਬਣਾ ਲਈਏ। ਤੇਰੀ ਠੀਕ ਹੈ ਯਾਰ, ਪਰ ਉੱਥੇ ਲੱਖੇ ਦਾ ਕਬਜ਼ਾ ਕੀਤਾ ਹੋਇਆ ਹੈ। ਜ਼ਮੀਨ ਤਾਂ ਪੰਚਾਇਤ ਦੀ ਹੈ, ਲੱਖਾ ਕੀ ਕਰ ਲੂ। ਉਹ ਤਾਂ ਠੀਕ ਹੈ ਯਾਰ, ਪਰ ਲੱਖਾ ਬਦਮਾਸ਼ ਬੰਦਾ ਹੈ। ਕਿਉਂ ਭਲਵਾਨਾ, ਕੀ ਖਾਨਾ ਖੁਰਦੇ ਜਾਣਾ ਹੈ, ਪੂਰਾ ਸੱਥ ਭਰਿਆ ਹੈ, ਕੀ ਹੋਇਆ? ਹਾਂਜੀ ਭਾਅ ਜੀ, ਅਸੀਂ ਨਾ ਸ਼ਾਮ ਲਾਟ ਦੀ ਜ਼ਮੀਨ 'ਤੇ ਵਾਲੀਬਾਲ ਦਾ ਗਰਾਊਂਡ ਬਣਾਉਣ ਦੀ ਸੋਚ ਰਹੇ ਸੀ। ਬਹੁਤ ਵਧੀਆ ਖਿਆਲ ਹੈ, ਨਾਲੇ ਪਿੰਡ ਦੀ ਜਵਾਨੀ ਕਿਸੇ ਚੰਗੇ ਕੰਮ ਲੱਗ ਜੂ। ਤੁਸੀਂ ਇਉਂ ਕਰੋ, ਉਹ ਛੱਪੜ ਤੋਂ ਪਰੇ ਜਿਹੜੀ ਖਾਲੀ ਥਾਂ ਪਈ ਹੈ ਨਾ, ਉੱਥੇ ਖੇਡੋ ਜਾ ਕੇ। ਪਤਾ ਨਾ ਸ਼ਾਮ ਲਾਟ 'ਤੇ ਮੇਰਾ ਕਬਜ਼ਾ ਹੈ, ਕਿਤੇ ਐਂ ਨਾ ਹੋਵੇ ਗਰਾਊਂਡ ਤਾਂ ਬਣ ਜੇ ਪਰ ਖੇਡਣ ਵਾਲੇ ਨਾ ਰਹਿਣ। ਕਿਉਂ ਹੈ? ਨਾਲੇ ਬੁੜੇ ਨੂੰ ਕਹਿ ਮੱਝਾਂ ਲਿਆ ਕੇ ਬੰਨੇ, ਜੁੱਸਾ ਬਾਹਲਾ ਹੀ ਮਾੜਾ ਤੇਰਾ, ਵਾਲੀਬਾਲ ਖੇਡਿਆ ਨਹੀਂ ਜਾਣਾ। ਤੂੰ ਮੁੱਛਾਂ ਥੱਲੇ ਰੱਖਿਆ ਕਰ। ਦੋਚੀ ਆਇਆ ਹੀ ਨਹੀਂ ਅੱਜ, ਪਤਾ ਨਹੀਂ ਕਿੱਥੇ ਰਹਿ ਗਿਆ। ਟੱਲੀਆਂ ਵਜਾਉਂਦਾ ਜਾਊ, ਬਹਿ ਜਾ ਮੇਰੇ ਸਾਈਕਲ ਤੇ, ਭੌਂ ਭੌਂ ਵਜਾਉਂਦਾ ਜਾਊ,
ਆ ਜਾਓ ਜੀ, ਦੁੱਧ ਪਾ ਲਓ। ਲਓ ਜੀ। ਵੇ ਦੋਦੀਆ, ਕਿਹੋ ਜਿਹਾ ਦੁੱਧ ਦੇਣ ਲੱਗ ਗਿਆ? ਦੁੱਧਾ ਵਰਗਾ ਦੁੱਧ ਹੋਰ ਤੋਤੇ ਰੰਗਾ ਹੈ। ਤੇਰਾ ਦੁੱਧ ਜਮਾ ਸੋਹਣਾ ਨਹੀਂ ਹੁੰਦਾ। ਕੋਈ ਨੀ, ਕੱਲ ਨੂੰ ਮੇਕਅਪ ਕਰ ਲਿਓ, ਤੁਹਾਡੇ ਵਾਂਗੂ ਇਹ ਵੀ ਸੋਹਣਾ ਹੋ ਜੂ। ਨਾ ਗੱਲ ਸੁਣ, ਦੁੱਧ 'ਚ ਪਾਣੀ ਘੱਟ ਪਾਇਆ ਕਰ, ਜਮਾ ਮਲਾਈ ਨਹੀਂ ਆਉਂਦੀ। ਓ ਪਾਣੀ ਵਾਲਾ ਦੁੱਧ ਵੀ ਕਿਆ ਹਾਲ ਹੈ ਤੁਹਾਡਾ, ਜੇ ਮਲਾਈਆਂ ਖਾਣ ਲੱਗੀ ਕੀ ਹਾਲ ਹੋਊ? ਮੈਨਾਂ ਫਾਲਤੂ ਗੱਲ ਨਾ ਕਰ, ਦੁੱਧ ਪਾਤਾ ਚੱਲਦਾ ਬਣ। ਓ ਬੀਬਾ, ਪੈਸੇ ਦੇ ਦਿਆ ਕਰੋ, ਹਰੇਕ ਵਾਰੀ ਲੰਬਾ ਹੀ ਨਾ ਦਿਆ ਕਰੋ। ਹਾਂ, ਮਲਾਈਆਂ ਖਾ ਕੇ ਪਤਾ ਨਹੀਂ ਕਿਹੜੀ ਕੁਸ਼ਤੀ ਕਰਨੀ ਇਹਨੇ ਵੱਡੀ। ਲੈ ਆ ਗਿਆ ਮੇਰਾ ਪੁੱਤ, ਬਹਿ ਜਾ। ਪੁੱਤ ਭੁੱਖਾ ਤੇ ਆਇਆ ਫਿਰਦਾ ਰਹਿੰਦਾ, ਟਾਈਮ ਸਿਰ ਰੋਟੀ ਤਾਂ ਖਾ ਲਿਆ ਕਰ। ਉਹ ਕੋਈ ਨੀ ਬੇਬੇ, ਤੂੰ ਫਿਕਰ ਨਾ ਕਰਿਆ ਕਰ। ਵੀਰ ਜੀ ਪਾਣੀ। ਏ ਇਹ ਕਿੱਥੋਂ ਲਈਆਂ? ਵੀਰ ਜੀ ਉਹ ਪ੍ਰੀਤ ਨੇ ਦਿੱਤੀ ਹੈ। ਧਿਆਨ ਰੱਖ ਇਹਦਾ, ਇਹ ਹੱਥੋਂ ਨਿਕਲੀ ਜਾਂਦੀ ਆ। ਪੁੱਤ ਮੇਰੀ ਤਾਂ 24 ਘੰਟੇ ਨਿਗਾਹ ਦੇ ਤੇ, ਕਈ ਵਾਰੀ ਹੋ ਜਾਂਦੀ ਹੈ ਮਾੜੀ ਮੋਟੀ ਗੱਲ। ਲੱਖੇ ਪੁੱਤ, ਮੈਂ ਸੁਣਿਆ ਭਜਨ ਸਿੰਘ ਅੱਜ ਕੱਲ੍ਹ ਪਿੰਡ 'ਚ ਜ਼ਿਆਦਾ ਦਾਨੀ ਸੱਜਣ ਬਣਿਆ ਫਿਰਦਾ। ਦਾਨੀ ਬਣ ਕੇ ਕਿਹੜਾ ਸਰਪੰਚੀ ਲੈ ਜੂ ਬਾਪੂ, ਕਿਸੇ ਨੇ ਨਹੀਂ ਖੜਨਾ ਮੌਕੇ ਤੇ। ਤੇਰੇ ਪੁੱਤ ਨੂੰ ਦੇਖ ਤਾਂ ਉਹ ਲੋਕਾਂ ਦੀਆਂ ਧੌਣਾਂ ਚੁੱਕ ਜਾਂਦੀਆਂ। ਓਏ ਤੂੰ ਪੁੱਤ ਵੀ ਤਾਂ ਫਿਰ ਸਰਦਾਰਾ ਸਿੰਘ ਦਾ, 40 ਕਿੱਲਿਆਂ ਦਾ ਮਾਲਕ ਹੈ, 40 ਕਿੱਲਿਆਂ ਦਾ। ਸਰਦਾਰਾ ਸਿੰਘ ਦੇ ਖੇਤ ਨਜ਼ਰ ਮਾਰੀਏ, ਖੇਤ ਲਹਿਰਾਂ ਮਾਰਦੇ ਨੇ ਲਹਿਰਾਂ। ਕਮਲਿਆ, 40 ਕਿੱਲੇ ਨੀ, 80 ਕਹਿ, 80। ਉਹ ਚੱਲ 80 ਕਿੱਲੇ ਕਹਿ ਲਾ। ਇਹ ਤਾਂ ਉਹ ਕਿਸਮਤ ਧੋਖਾ ਦੇ ਗਈ ਵਿਚਾਰੀ ਮਾਸੂਮ ਦੀ, ਤੇ ਤੁਸੀਂ ਬਣ ਗਏ 40 ਕਿੱਲਿਆਂ ਦੇ ਮਾਲਕ ਵੱਡੇ ਸਰਦਾਰ। ਸਾਲੇ ਕਿਵੇਂ ਆਕੜ ਆਕੜ ਕੇ ਤੁਰਦੇ ਨੇ, ਜਿਵੇਂ ਧੌਣ 'ਚ ਕਿੱਲਾ ਅੜਿਆ ਹੁੰਦਾ। ਬਾਪੂ, ਜਿਵੇਂ ਇਹ ਲੋਕ ਗੱਲਾਂ ਕਰਦੇ ਨੇ, ਵਿਚਾਰੀ ਕਮਲ 'ਤੇ ਕੀ ਬੀਤਦੀ ਹੋਏਗੀ? ਉਸ ਵਿਚਾਰੀ ਦੇ ਤਾਂ ਸਾਰੇ ਦਿਲ ਦੇ ਅਰਮਾਨ ਦਿਲ 'ਚ ਹੀ ਰਹਿ ਜਾਣੇ ਹੈ। ਧੀਏ, ਕਦੇ ਕਿਸੇ ਧੀ ਧਿਆਣੀ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਨਾ ਉੱਠੇ। ਇਹ ਲੋਕ ਨੇ ਜਿਹੜੇ ਲੋਕਾਂ ਤੋਂ ਖੋ ਖੋ ਕੇ ਖਾਂਦੇ ਨੇ, ਇੱਕ ਉਹ ਲੋਕ ਵੀ ਨੇ ਜਿਹੜੇ ਹਮੇਸ਼ਾ ਦੂਜਿਆਂ ਦੀ ਮਦਦ ਕਰਦੇ ਨੇ। ਤੁਸੀਂ ਭਲਾ ਪਤਾ ਕੀਤਾ ਸੀ ਉਹ ਜਿਹੜਾ ਦੱਸਿਆ ਸੀ ਭੂਆ ਨੇ ਆਪਾਂ ਨੂੰ? ਹਾਂ, ਮੈਂ ਉਹ ਆਖਿਆ ਤਾਂ ਹੈ ਕਿਸੇ ਨੂੰ। ਅੱਛਾ, ਉੱਥੋਂ ਦਾ ਸਰਪੰਚ ਮੇਰਾ ਵਾਕਬ ਆ, ਮੈਂ ਉਹਨੂੰ ਕਹਿਣਾ। ਰਾਣੋ ਪੁੱਤ, ਤੂੰ ਜਾ, ਚੱਲ ਤੂੰ ਚਾਹ ਬਣਾ ਕੇ ਲਿਆ। ਮੰਮੀ ਕਰਦੀ ਤਾਂ ਹੈਗੀ ਸਾਰਾ ਕੰਮ। ਸ਼ਾਬਾਸ਼ ਸ਼ਾਬਾਸ਼ ਮੇਰਾ ਪੁੱਤ, ਚੱਲ। ਹੈਂ, ਤੇ ਉਹ ਨਾ ਕੀ ਹੋਇਆ ਵੀ ਮੈਂ ਉਹਨੂੰ ਆਖਿਆ? ਸਰਦਾਰ ਜੀ ਘਰ ਹੀ ਹੋ? ਓਏ ਆ ਰੁਲ ਦੂਆ। ਸਤਿ ਸ਼੍ਰੀ ਅਕਾਲ ਸਰਦਾਰ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਈ। ਓ ਨਾ ਨਾ ਪੁੰਜੀਏ ਕਿ ਮਹੀਨਾ, ਆ ਲੈ ਆ ਪੀੜੀ ਲੈ ਕੇ ਬਹਿ ਪੁੱਤ। ਹੋਰ ਸੁਣਾ ਰੁਲ ਦੂਆ, ਕੀ ਹਾਲ ਤੇਰੇ ਪਰਿਵਾਰ ਦਾ? ਹਾਲ ਤਾਂ ਠੀਕ ਹੈ ਸਰਦਾਰ, ਮੈਂ ਤਾਂ ਇੱਕ ਫਰਿਆਦ ਲੈ ਕੇ ਆਇਆ। ਹਾਂ ਹਾਂ, ਆਪਣੀ ਕੁੜੀ ਦਾ ਵਿਆਹ ਰੱਖਤਾ। ਇਹ ਤਾਂ ਬਾਹਲੀ ਚੰਗੀ ਗੱਲ ਰੁਲ ਦੂਗਾ, ਧੀਆਂ ਤਾਂ ਸਹੁਰੇ ਘਰ ਹੀ ਚੰਗੀਆਂ ਲੱਗਦੀਆਂ ਨੇ। ਉਹ ਤਾਂ ਗੱਲ ਠੀਕ ਹੈ ਜੀ, ਪਰ ਕੁੜੀ ਨੂੰ ਘਰੋਂ ਤੋਰਨ ਲਈ ਕੁਝ ਪੈਸੇ ਤਾਂ ਹੋਣੇ ਚਾਹੀਦੇ ਆ, ਤੇ ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈਗਾ। ਚੱਲ ਤੂੰ ਦਿਲ ਹੌਲਾ ਨਾ ਕਰ, ਸਭ ਕੁਝ ਠੀਕ ਹੋ ਜੂਗਾ। ਓ ਰਾਣੋ, ਆ ਲਿਆਈ ਪੁੱਤਰ ਪੈਸੇ।
ਲਿਆਈ ਜੀ। ਰਾਣੋ ਲਿਆ ਪੁੱਤ ਪੈਸੇ, ਰਾਣੋ ਲਿਆ ਛੇਤੀ। ਇਹ ਤੇ ਬੜੀ ਖੁਸ਼ੀ ਵਾਲੀ ਗੱਲ ਆ। ਅਦੇ ਆਲੋ ਲਿਆ, ਆ ਲੈ ਬੇਟੋ ਦੂਆ। ਜਿਉਂਦਾ ਰਹਿ ਭਜਨ ਸਿੰਘ, ਜਿਉਂਦਾ ਰਹਿ। ਜੇ ਹੋਰ ਵੀ ਪੈਸਿਆਂ ਦੀ ਲੋੜ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ ਭਜਨ ਸਿੰਘ ਦੇ ਦਰਵਾਜ਼ੇ ਸਦਾ ਲਈ ਤੇਰੇ ਲਈ ਖੁੱਲੇ ਆ। ਪਰਮਾਤਮਾ ਤੈਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ। ਤੂੰ ਤਾਂ ਮੇਰੇ ਸਿਰ ਦਾ ਭਾਰ ਲਾ ਤਾ ਭਜਨ ਸਿੰਘ। ਚੰਗਾ ਚੰਗਾ ਜੀ। ਬੰਦਾ ਬੜਾ ਮਾਨਦਾਰ ਹੈ ਰੁਲਦੂ। ਸਹੀ ਗੱਲ ਆ, ਇਹੋ ਜਿਹੇ ਬੰਦੇ ਤਾਂ ਮਦਦ ਕਰਨੀ ਚਾਹੀਦੀ ਹੈ। ਬਿਲਕੁਲ, ਪਰਮਾਤਮਾ ਕਰਨ ਵਾਲਾ ਹੈ। ਅੱਜ ਆਪਣਾ ਜੀਤਾ ਪਤਾ ਨਹੀਂ ਕਿੱਥੇ ਗਿਆ, ਆਏ ਨਹੀਂ ਹਜੇ ਤੱਕ। ਜਨਾਬ ਨੀ ਕਿੱਥੋਂ ਆਏ ਆ? ਉਹ ਕਾਨੂੰ ਜੀ, ਇਹਦਾ ਟਾਇਰ ਪੈਂਚਰ ਹੋ ਗਿਆ ਅੱਜ। ਤੇਰਾ ਜਿਹੜਾ ਚੌਥੇ ਦਿਨ ਟਾਇਰ ਪੈਂਚਰ ਹੁੰਦਾ ਨਾ, ਮੈਨੂੰ ਲੱਗਦਾ ਇਹਨੂੰ ਟੁੱਚ ਲਾਉਣਾ ਹੀ ਪੈਣਾ। ਆਪਣੀ ਇੱਜ਼ਤ ਆਪਣੇ ਹੱਥ 'ਚ ਹੁੰਦੀ ਆ। ਬਚ ਗਏ ਬਾਪੂ ਤੂੰ ਅੱਜ। ਭਾਜੀ ਜੇ ਆਖੇ ਤਾਂ ਮਾਰਾਂ ਸਾਲੇ ਦੇ ਚਾਰ। ਉਹ ਗੋਲੂ, ਜਵਾਕਾਂ ਤੇ ਗੋਲੀ ਨਹੀਂ ਚਲਾਈ ਦੀ, ਉਹ ਚਪੇੜਾ ਚਪੂੜਾ ਮਾਰ ਲਈ ਦੀਆਂ। ਠੀਕ ਆ ਬਾਈ, ਅਸੀਂ ਤਾਂ ਬਣਾਉਣ ਲੱਗੇ ਹਾਂ, ਹੁਣ ਤੂੰ ਚੱਲਦਾ ਬਣ। ਜੇ ਹੁਣ ਗਰਾਊਂਡ 'ਚ ਆਈ ਗਿਆ ਤਾਂ ਖੇਡ ਕੇ ਜਾਊਂਗਾ। ਚੱਲ ਨਿਕਲ। ਹਾਂ ਬਈ, ਹੋਰ ਕਿਹਨੇ ਕਿਹਨੇ ਖੇਡਣਾ? ਨਾ ਤਾਂ ਤੇਰੀ ਗਰਾਊਂਡ ਰਹੀ। ਨਾ ਖਿਡਾਰੀ, ਤੈਨੂੰ ਕਿਹਾ ਸੀ ਨਾ ਮੁੱਛਾਂ ਥੱਲੇ ਰੱਖਿਆ ਕਰ।
ਗੋਲੂ ਕੱਢੋ ਜੀਪ। ਮਿੱਤਰਾਂ ਦੇ ਟਿਊਬਵੈਲ ਤੇ ਲੀੜੇ ਧੋਣ ਦੇ ਬਹਾਨੇ ਆ ਜਾਣੀ ਮਿੱਤਰਾਂ ਦੇ ਟਿਊਬਵੈਲ ਤੇ। ਕਿਵੇਂ ਨਿੰਮ? ਠੀਕ ਆ। ਮੈਂ ਤਾਂ ਭੌਂਪੂ ਵੀ ਹੌਲੀ ਵਜਾਉਣਾ, ਕਿਤੇ ਤੇਰਾ ਡੈਡੀ ਨਾ ਸੁਣ ਕੇ ਦੁੱਧ ਪਾਉਣ ਆ ਜੇ। ਜ਼ਿਆਦਾ ਗੱਲਾਂ ਨਾ ਕਰ, ਫਟਾਫਟ ਦੁੱਧ ਪਾ, ਕਿਤੇ ਮੇਰਾ ਡੈਡੀ ਆ ਜੇ। ਓ ਕੋਈ ਨਾ, ਪਹਿਲਾਂ ਤੇਰੇ ਦੁੱਧ ਵਰਗੇ ਦਰਸ਼ਨ ਤਾਂ ਕਰ ਲਾਂ। ਮੈਂ ਤਾਂ ਇਸ ਕਰਕੇ ਪੈਸੇ ਵੀ ਨਹੀਂ ਲੈਂਦਾ, ਤੇਰੇ ਦਰਸ਼ਨਾਂ ਵੱਟੀ ਦੁੱਧ ਪਾ ਜਾਂਦਾ। ਜੇ ਤੇਰੀਆਂ ਗੱਲਾਂ ਮੇਰੇ ਡੈਡੀ ਨੇ ਸੁਣ ਲਈਆਂ ਨਾ, ਤੈਨੂੰ ਭੱਜਣ ਨੂੰ ਥਾਂ ਨਹੀਂ ਮਿਲਣਾ, ਫੇਰ ਤੈਨੂੰ ਕਿਸੇ ਨੇ ਬੇਰਾਂ ਵੱਟੀ ਨਹੀਂ ਪਛਾਣਨਾ। ਗੱਲ ਸੁਣੋ ਦੋਜੀਆ, ਦੁੱਧ ਪਾਣ ਚ ਇੰਨੀ ਦੇਰ ਕਿਉਂ ਲਾਤੀ? ਓ ਭਾਂਡਾ ਗਿੱਲਾ ਸੀਗਾ ਜੀ, ਉਸ ਘਰ ਆਏ ਸੀ। ਦੁੱਧ ਕਿਹੜਾ ਤੇਰਾ ਸੁੱਕਾ ਹੁੰਦਾ ਹੈ ਜਿਹੜਾ ਭਾਂਡਾ ਸੁਕਾ ਰਿਹਾ ਸੀ ਤੂੰ? ਫਿਰ ਤੁਸੀਂ ਕਹਿਣਾ ਸੀ ਵੀ ਦੁੱਧ ਖਰਾਬ ਹੋ ਗਿਆ ਜੀ। ਕਿਉਂ? ਭਾਂਡਾ ਲੱਸੀ ਨਾਲ ਧੋਇਆ ਹੋਇਆ ਜਿਹੜਾ ਜਾਗ ਲੱਗ ਜੂ ਦੁੱਧ ਨੂੰ? ਹੈ ਲਿਆ ਕੁੜੀਏ ਫੜਾ ਪਤੀਲਾ, ਚੱਲ ਅੰਦਰ ਤੂੰ। ਚਾਚਾ ਤੇਰੇ ਨੀ ਪਤਾ ਲੱਗਦਾ, ਕਦੇ ਕਹਿਣਾ ਦੁੱਧ ਚ ਪਾਣੀ ਪਾਉਣਾ, ਕਦੇ ਕੁਛ ਕਦੇ ਕੁਛ। ਗੱਲ ਸੁਣ ਮੇਰੀ ਧਿਆਨ ਨਾਲ, ਤੂੰ ਦੁੱਧ ਤੱਕ ਹੀ ਸੀਮਿਤ ਰਿਹਾ ਕਰ, ਨਹੀਂ ਨਾਸਾ ਭਾਂਦੂ ਮੈਂ ਤੇਰੀਆਂ। ਹਾਂ ਜੇ ਭਾਂਡਿਆਂ ਤੱਕ ਪੁੱਜਿਆ ਤਾਂ, ਨਹੀਂ ਕਿਸੇ ਦਿਨ ਮੈਂ ਭਾਂਡੇ ਚ ਬਾਲ ਕੇ ਰੱਖ ਦੂ ਤੈਨੂੰ। ਉਹ ਚਾਚਾ ਮੈਂ ਤੈਨੂੰ ਦੁੱਧ ਪਾਈ ਜਾਣਾ, ਤੂੰ ਲਾਹਨ ਤਾਂ ਹੀ ਪਾਈ ਜਾਣਾ। ਵੈਸੇ ਵੀ ਜਿਹੜੇ ਬੰਦੇ ਕੋਲ ਜੋ ਚੀਜ਼ ਹੁੰਦੀ ਆ ਉਹੀ ਪਾਉਂਦਾ। ਮੈਂ ਪਤੀਲਾ ਮਾਰੂ ਘੁਮਾ ਕੇ ਮੱਥੇ ਤੇ? ਆ ਦੁੱਧ ਨਾ ਡੋਲੋ ਜੇ ਮੇਰੇ ਕੋਲ ਹੋਰ ਹੈ ਵੀ ਨਹੀਂ, ਫਿਰ ਮਾਰੂ ਚਾਹ ਹੀ ਪੀਓਗੇ। ਆਹੋ ਇਹ ਕਾਹਨੂੰ ਬਚਾਇਆ? ਉਹੀ ਬਚ ਗਿਆ ਸੀ। ਗੱਲ ਸੁਣੋ ਜੈਲਿਆ। ਹਾਂ? ਉਹ ਤੈਨੂੰ ਇੰਨੇ ਸੁਨੇਹੇ ਭੇਜੇ, ਤੂੰ ਪੈਸੇ ਦੇਣ ਨਹੀਂ ਆਇਆ? ਪੈਸੇ ਤਾਂ ਮੈਂ ਤੁਹਾਡੇ ਸਾਰੇ ਮੋੜ ਚੁੱਕਿਆ। ਸਾਨੂੰ ਨਹੀਂ ਪਤਾ, ਤੇਰੇ ਖਾਤੇ 'ਚ ਅੱਜ ਵੀ ਪੈਸੇ ਬੋਲਦੇ ਆ। ਪੈਸੇ ਦੇ ਜੀ ਤੇ ਟਰੈਕਟਰ ਲੈ ਜੀ, ਫੜੋ ਟਰੈਕਟਰ। ਉਹ ਕਹੇ ਤਾਂ ਬਾਈ ਮਾਰਾ ਖੂੰਡਾ, ਜੇ ਟਰੈਕਟਰ ਨੂੰ ਹੱਥ ਵੀ ਲਾਇਆ ਤਾਂ ਪਾੜ ਕੇ ਰੱਖ ਦੂੰਗਾ, ਟਰੈਕਟਰ ਕਿਸਾਨ ਦੀ ਸੱਜੀ ਬਾਂਹ ਹੁੰਦੀ ਆ। ਤੇਰਾ ਇੰਤਜ਼ਾਮ ਤਾਂ ਮੈਂ ਹੁਣੇ ਕਰਦਾ। ਹੈਲੋ ਡਿਪਟੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਇੱਕ ਬੰਦਾ ਸਾਡੇ ਪੈਸੇ ਨਹੀਂ ਦਿੰਦਾ। ਅੱਛਾ ਅੱਛਾ ਅੱਛਾ। ਉੱਤੋਂ ਸਾਨੂੰ ਉਲਟਾ ਮਾਰਨੇ ਨੂੰ ਆਂਦਾ। ਉਹ ਤੂੰ ਬੇਫਿਕਰ ਹੈ, ਮੈਂ ਨਾ ਕਿਸੇ ਕੈਮ ਜਿਹੇ ਬੰਦੇ ਦੀ ਲਾਉਣਾ ਡਿਊਟੀ, ਤੇਰਾ ਸ਼ਾਮ ਤੱਕ ਮਸਲਾ ਹੱਲ ਕਰ ਦਿਆਂਗੇ। ਇਹੀ ਆ ਸਰ ਪ੍ਰਧਾਨ ਦੇ ਬੰਦੇ, ਇਹਨਾਂ ਸਾਲਿਆਂ ਨੇ ਪਿੰਡ ਦੇ ਵਿੱਚ ਬਹੁਤ ਗੰਦ ਪਾਇਆ ਹੋਇਆ ਜੀ, ਭੋਲੇ ਭਾਲੇ ਲੋਕਾਂ ਨਾਲ ਇੰਨਾ ਧੱਕਾ ਕਰਦੇ ਆ, ਕਿਹਨਾਂ ਦਾ ਹਿਸਾਬ ਕਿਤਾਬ ਵੀ ਕੋਈ ਨਹੀਂ ਜੀ। ਸਤਿ ਸ੍ਰੀ ਅਕਾਲ ਜਨਾਬ। ਸਤਿ ਸ੍ਰੀ ਅਕਾਲ। ਇਹ ਉਹੀ ਬੰਦਾ ਜੋ ਸਾਡੇ ਪੈਸੇ ਨਹੀਂ ਦਿੰਦਾ, ਉੱਤੋਂ ਸਾਨੂੰ ਉਲਟਾ ਕਹੀ ਨਾ ਮਾਰਨੇ ਨੂੰ ਆਉਂਦਾ। ਜਨਾਬ ਪੈਸੇ ਤਾਂ ਮੈਂ ਇਹਨਾਂ ਦੇ ਸਾਰੇ ਮੋੜ ਚੁੱਕਿਆ, ਉਲਟਾ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਹੁਣ ਪਤਾ ਲੱਗੂ ਜਦੋਂ ਪਈਆਂ। ਜਨਾਬ ਮੈਂ ਤਾਂ ਮਾੜਾ ਬੰਦਾ ਜੀ, ਇਹ ਮੇਰਾ ਟਰੈਕਟਰ ਖੋਣ ਨੂੰ ਆਉਂਦੇ ਆ। ਜਨਾਬ ਇਹ ਕੀ ਕਰੀ ਜਾਂਦੇ ਹੋ? ਮੈਂ ਹੀ ਤੁਹਾਨੂੰ ਫੋਨ ਕੀਤਾ ਸੀ। ਅੱਛਾ, ਮੈਂ ਨਾਜਰ ਦਾ ਬੰਦਾ। ਅੱਛਾ ਅੱਛਾ, ਤੂੰ ਨਾਜਰ ਦਾ ਬੰਦਾ ਜੀ? ਤੇਰੇ ਨਾਜਰ ਦੀ ਐਸੀ ਦਿੱਤਾ ਸੀ, ਸਾਡਾ ਨਾਮ ਬਦਨਾਮ ਕਰਦੇ ਆ ਹਰ ਥਾਂ ਤੇ। ਉਹ ਤੂੰ ਸਾਲਿਆ ਮੁੱਛਾਂ ਭੁਣਦੇ ਸਿੰਘਾਂ ਨੂੰ ਕੀਤੀਆਂ ਖੁੰਡਾ ਕਾਰ ਨੂੰ ਚੱਕਿਆ ਹੋਇਆ? ਇਹ ਤਾਂ ਜਨਾਬ ਸ਼ੌਂਕ ਨੂੰ ਆ ਜੀ ਮੇਰੇ ਕੋਲ।
ਸਾਲਾ ਸ਼ੌਕ ਨਾਲ ਖੜ ਜਾ ਤੁਸੀਂ ਭੱਜੋ ਇੱਥੋਂ ਭੱਜ ਲੋ ਕਿਉਂ ਖੁਸ਼ ਆ ਹੁਣ ਬਹੁਤ ਬਹੁਤ ਧੰਨਵਾਦ ਜੀ ਅਸੀਂ ਤਾਂ ਸੁਣਿਆ ਸੀ ਪੁਲਿਸ ਤਕੜਿਆਂ ਦਾ ਸਾਥ ਦਿੰਦੀ ਹੈ ਪਰ ਤੁਸੀਂ ਤਾਂ ਮੇਰੇ ਵਾਸਤੇ ਰੱਬ ਬਣ ਕੇ ਬੋੜੇ ਹੋ ਬਹੁਤ ਬਹੁਤ ਧੰਨਵਾਦ ਜੀ ਓਏ ਪਤੰਦਰਾ ਰੱਬ ਦਾ ਨਾਂ ਦੇ ਕੇ ਮੇਰੇ ਫਰਜ਼ਾਂ ਨੂੰ ਨੀਵਾਂ ਨਾ ਕਰ ਇਹ ਵਰਦੀ ਨਾ ਮੈਂ ਲੋਕਾਂ ਦੀ ਸੇਵਾ ਲਈ ਪਾਈ ਆ ਤੇ ਸੱਚੇ ਆਦਮੀਆਂ ਦੀ ਸੇਵਾ ਮੈਂ ਹਮੇਸ਼ਾ ਕਰਦਾ ਹੁੰਦਾ ਖੁਸ਼ ਰਹੀ ਸਤਿ ਸ਼੍ਰੀ ਅਕਾਲ ਜੀ ਟੱਲੀ ਰਾਮ ਖੂਨ ਦੇ ਕੇ ਨਹੀਂ ਜਨਾਬ ਨਹੀਂ ਜੀ ਇਹੀ ਤਾਂ ਕੋਈ ਗੱਲਬਾਤ ਹੀ ਨਹੀਂ ਜੀ ਟੈਂਸ਼ਨ ਜਦੋਂ ਮੈਂ ਦਫ਼ਤਰ ਆਵਾਂ ਨਾ ਪਹਿਲਾਂ ਨਾ ਮਿੱਟੀ ਕੱਢਿਆ ਕਰ ਠੀਕ ਹੈ ਜਨਾਬ ਕੱਢੂਗਾ ਮਿੱਟੀ ਕੱਢੂਗਾ ਤੇਰੇ ਮਾਰਨ ਤੋਂ ਬਾਅਦ ਪੈਰਾਂ ਨਾਲ ਨਹੀਂ ਬੁੱਕਾਂ ਨਾਲ ਮਿੱਟੀ ਕੱਢੂਗਾ ਬੁੱਕਾਂ ਨਾਲ ਅਸੀਂ ਤੇ ਭੱਜ ਗਏ ਜੀ ਉੱਥੋਂ ਕੀ ਆਖਿਆ ਉਸ ਥਾਣੇਦਾਰ ਨੇ ਸਾਨੂੰ ਮਾਰਿਆ ਉਹਨੇ ਤੁਹਾਨੂੰ ਮਾਰਿਆ ਹਾਂਜੀ ਉਸ ਥਾਣੇਦਾਰ ਦੀ ਇੰਨੀ ਹਿੰਮਤ ਕਿ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ ਅਸੀਂ ਤੇ ਆਖਿਆ ਸੀ ਅਸੀਂ ਨਾਜਰ ਦੇ ਬੰਦੇ ਹਾਂ ਪਰ ਉਹਨੇ ਇੱਕ ਨਹੀਂ ਸੁਣੀ ਸਾਡੀ ਤੁਸੀਂ ਫਿਕਰ ਨਾ ਕਰੋ ਉਸ ਥਾਣੇਦਾਰ ਦੀ ਇਸ ਹਿੰਮਤ ਨੂੰ ਮੈਂ ਚੰਗੀ ਤਰ੍ਹਾਂ ਮਿੱਟੀ 'ਚ ਮਿਲਾਉਣ ਜਾਣਦਾ ਹੁਣ ਦੇਖੋ ਮੈਂ ਕੀ ਕਰਦਾ ਡੈਡੀ ਜੀ ਅੱਜ ਤਾਂ ਉਹਨੇ ਆਪਣੇ ਬੰਦਿਆਂ ਦੇ ਮੂੰਹ 'ਤੇ ਥੱਪੜ ਮਾਰਿਆ ਕੱਲ੍ਹ ਨੂੰ ਇਹ ਨਾ ਹੋਵੇ ਉਹ ਥੱਪੜ ਆਪਣੇ ਮੂੰਹ 'ਤੇ ਵੱਜੇ ਪੱਕਾ ਇਲਾਜ ਕਰੋ ਕੋਈ ਪੱਕਾ ਚੁੱਪ ਕਰ ਓਏ ਲੱਗਦਾ ਪੱਕੇ ਇਲਾਜ ਦਾ ਹੈਲੋ ਡਿਪਟੀ ਸਾਹਿਬ ਤੁਹਾਡੇ ਹੁੰਦਿਆਂ ਉਸ ਥਾਣੇਦਾਰ ਦੀ ਇੰਨੀ ਹਿੰਮਤ ਕਿ ਮੇਰੇ ਬੰਦਿਆਂ ਤੇ ਹੱਥ ਚੱਕ ਸਕੇ ਉਸ ਨੂੰ ਮੇਰੀ ਤਾਕਤ ਬਾਰੇ ਦੱਸ ਦੇ ਨਹੀਂ ਤਾਂ ਮੈਂ ਵਰਦੀ ਲਵਾਉਣ ਲੱਗਿਆ ਇੱਕ ਮਿੰਟ ਮਾਰਨਾ ਹੈ ਉਹ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਸੀ ਓਏ ਨਲਾਇਕਾ ਉਹ ਪੁੱਠੇ ਪੰਗੇ ਨਾ ਲਿਆ ਕਰ ਉਹ ਨਾ ਲਿਆ ਕਰ ਪਰ ਤੂੰ ਓਏ ਤੂੰ ਤਾਂ ਫੇਰ ਵੀ ਨਹੀਂ ਮੰਨਦਾ ਬਾਈ ਮੈਨੂੰ ਸਾਰਾ ਪਤਾ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਕਮਾਲ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਬਾਈ ਸਲੂਟ ਮਾਰਦੇ ਆ ਜਨਾਬ ਉਹ ਕਹਿ ਵਾ ਟੱਲੀ ਰਾਮਾ ਮੈਂ ਪੂਰਾ ਖੜਕਦਾ ਸ਼ਾਬਾਸ਼ ਆ ਲੈ ਫੜ ਫਿਰ ਤੂੰ ਸ਼ਾਮ ਨੂੰ ਮਿਲ ਕੇ ਆਉਣਾ ਮੈਂ ਠੀਕ ਹੈ ਓਏ ਆ ਮੈਨੂੰ ਕਿੱਥੇ ਫੜਾ ਗਏ ਤਾਂ ਕੋਈ ਗੱਲ ਨਹੀਂ ਸੁਖਵਿੰਦਰ ਸਿੰਘ ਤੈਨੂੰ ਭੇਜਿਆ ਕੀ ਕੰਮ ਸੀ ਯਾਰ ਤੂੰ ਕਰਕੇ ਕੀ ਆਇਆ ਹੈ ਤੂੰ ਭਾਗ ਸਿੰਘ ਨੂੰ ਰਾਉਂਡ ਅਪ ਕਰਕੇ ਕਿਉਂ ਨਹੀਂ ਲਿਆਇਆ ਸਰ ਗਲਤੀ ਭਾਗ ਸਿੰਘ ਦੀ ਨਹੀਂ ਗੁੱਜਰ ਦੇ ਬੰਦਿਆਂ ਦੀ ਸੀ ਤੇ ਮੈਂ ਭਾਗ ਸਿੰਘ ਨੂੰ ਐਵੇਂ ਠਾਣੇ ਕਿਵੇਂ ਲੈ ਆਉਂਦਾ ਤੂੰ ਕੌਣ ਹੁੰਦਾ ਫੈਸਲਾ ਕਰਨ ਵਾਲਾ ਵੀ ਗਲਤੀ ਕਿਹਦੀ ਹੈ ਗਲਤ ਤੇ ਠੀਕ ਦਾ ਫੈਸਲਾ ਮੈਂ ਕਰਨਾ ਹੈ ਨਾਲੇ ਤੈਨੂੰ ਪਤਾ ਗੁੱਜਰ ਕਿੰਨੀ ਪਹੁੰਚ ਵਾਲਾ ਬੰਦਾ ਹੈ ਤੇਰੀ ਤੇ ਮੇਰੀ ਵਰਦੀ ਕਦੋਂ ਮਰਜ਼ੀ ਲਹਾ ਸਕਦਾ ਹੈ ਸਰ ਤੁਹਾਡੀ ਵਰਦੀ ਇਹਨਾਂ ਲੀਡਰਾਂ ਦੇ ਹੱਥ 'ਚ ਹੋਵੇਗੀ ਮੇਰੀ ਵਰਦੀ ਉਹ ਵਾਹਿਗੁਰੂ ਦੇ ਹੱਥ 'ਚ ਆ ਅਗਰ ਸਹੀ ਕੰਮ ਲਈ ਮੇਰੀ ਵਰਦੀ ਉਤਰ ਗਈ ਨਾ ਤਾਂ ਮੈਨੂੰ ਕੋਈ ਅਫਸੋਸ ਨਹੀਂ ਹੋਏਗਾ ਮਗਾ ਲੋ ਜਨਾਬ ਮੈਂ ਤਾਂ ਉਹਦਾ ਸੰਭਾਲੀ ਬੈਠਾ ਭਾਰਾ ਹੀ ਬਾਬਾ ਠੀਕ ਹੈ ਮਗਾ ਜਨਾਬ ਇਹ ਤਾਂ ਭਲਾ ਮਾਨਸ ਬੰਦਾ ਹੈ ਮਗਾ ਰੱਬ ਦਾ ਦਿੱਤਾ ਇਹਦੇ ਕੋਲ ਸਭ ਕੁਛ ਹੈ ਮੈਂ ਤੁਹਾਨੂੰ ਦੱਸਾਂ ਮਗਾ 30 ਕਿੱਲਿਆਂ ਦਾ ਮਾਲਕ ਹੈ ਇਹ ਤਾਂ ਵਰਦੀ ਇਹਨੇ ਭਲਾਈ ਦੇ ਕੰਮਾਂ ਵਾਸਤੇ ਪਾਈ ਹੈ ਮੈਂ ਤੁਹਾਨੂੰ ਦੱਸਾਂ ਆਏ ਹੋਏ ਜੇ ਕਿਤੇ ਮੇਰੇ ਕੋਲ ਹੁੰਦਾ 1.5-2 ਕਿੱਲੇ ਮੈਂ ਸਵਾਦ ਆ ਜਾਂਦਾ ਨਹੀਂ ਗੱਲ ਹੈ ਇੱਕ ਸ਼ਟ ਅਪ ਗੱਟ ਆਊਟ ਬਾਹਰ ਚੱਲ
ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ, ਦੁੱਧ ਦਾ ਗਲਾਸ ਫੜਾਉਂਦੀ ਦਾਨੀ ਹੱਥ ਕੁੱਟ ਲਿਆ ਜੇਠ ਨੇ। ਓ ਮੱਕਣ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਇੱਕ ਮਿੰਟ ਰੁਕ ਰੁਕ। ਸਤਿ ਸ਼੍ਰੀ ਅਕਾਲ। ਉਹ ਨਿੰਮੋ ਕਹਿੰਦੀ ਸੀ ਤੇਰੇ ਦੁੱਧ ਦੇ ਸਾਡੇ ਵੱਲ ਹੋ ਗਏ ਆ 2500 ਰੁਪਏ। ਹਾਂਜੀ। ਆ 2000 ਰੱਖ ਲੈ, 500 ਅਗਲੇ ਮਹੀਨੇ ਲੈ ਲਈ। ਨਹੀਂ ਚਾਚਾ, ਤੁਸੀਂ ਐ ਕਰੋ, ਮੇਰੇ ਵੱਲੋਂ ਨਿੰਮੋ ਨੂੰ ਕੱਪੜੇ ਸਵਾ ਦਿਓ। ਕਿਉਂ, ਤੂੰ ਫੁੱਫੜ ਲੱਗਦਾ ਨਿੰਮੋ ਦਾ ਜਿਹੜਾ ਕੱਪੜੇ ਸਵਾ ਕੇ ਦੇਗਾ? ਰੱਖ ਆਪਣੇ ਪੈਸੇ। ਲੱਗਦਾ ਤੁਹਾਡੇ ਘਰ ਦਾ ਪ੍ਰਾਹੁਣਾ ਹੀ। ਹਾਂ ਹਾਂ, ਕੁਛ ਨਹੀਂ ਜੀ, ਤੁਸੀਂ ਰੱਖੋ ਜੀ, ਐ ਕਰਿਓ ਤੁਸੀਂ ਕੁਛ ਖਾ ਪੀ ਲਿਓ ਜੀ ਆਪ। ਉਹ ਗੱਲ ਸੁਣੋ ਏ ਦੋਜੀਆ, ਮੇਰਾ ਨਾਂ ਹੀ ਸਾਧੂ ਹੈ, ਮੈਂ ਊਂ ਸਾਧੂ ਨਹੀਂ ਹੈ ਜਿਹੜਾ ਮੁਫਤ ਖਾਂਦਾ ਫੇਰਾਂ। ਆਪਣੇ ਪੈਸੇ ਫੜ ਤੂੰ। ਚਲੋ ਐਂ ਕਰੋ ਜੀ, ਫਿਰ 101 ਰੁਪਇਆ ਦੇ ਦਿਓ। ਮੈਂ ਦੁੱਧ ਦੇ ਪੈਸੇ ਦੇਣੇ ਹੈ, ਕੋਈ ਸ਼ਗਨ ਨਹੀਂ ਪਾਉਣਾ। ਚਲੋ ਫਿਰ 2 ਮਹੀਨੇ ਠਹਿਰ ਕੇ ਸਹੀ ਪਾਉਂਗੇ ਤਾਂ ਸ਼ਗਨ ਹੀ ਮੈਨੂੰ। ਖਰਚਾ ਤੇਰੀ, ਖਰਚਾ ਹੁਣ ਜਾਈ ਨਾ, ਖਰਚਾ ਹੱਥ ਨਹੀਂ ਛੱਡਦਾ। ਇਹ ਹੈ ਜੀ ਸਾਡੀ ਲਾਟੋ ਰਾਣੀ। ਅੱਛਾ ਜੀ, ਭਤੀਜੀ ਹੈ ਜੀ ਮੇਰੀ। ਕਾਲ ਤੁਸੀਂ ਫਿਕਰ ਨਾ ਕਰੋ, ਕਮਲ ਨੂੰ ਅਸੀਂ ਆਪਣੀ ਧੀ ਬਣਾ ਕੇ ਰੱਖਾਂਗੇ। ਸਾਡਾ ਮੁੰਡਾ ਵੀ 10 ਜਮਾਤਾਂ ਪਾਸ ਹੈ ਜੀ, ਬਾਕੀ ਸਾਡੇ ਬਾਰੇ ਜਿੱਥੇ ਮਰਜ਼ੀ ਪੜਤਾਲ ਕਰਵਾ ਲਓ। ਲੱਖੇ ਕੀ ਬਣਿਆ ਲੰਬੜਾ ਦੇ ਮੁੰਡੇ ਦਾ? ਉਹ ਜਾਨੋ ਮਾਰ ਕੇ ਟਾਂਟਾ ਖਤਮ ਕਰ ਉਹਦਾ, ਬਾਕੀ ਮੈਂ ਆਪੇ ਸਾਂਭ ਲੂ। ਉਹ ਮਾਰ ਤਾਂ ਦਿੱਤੀ ਉਹਦੇ ਪੱਟ 'ਚ ਗੋਲੀ, ਹੁਣ ਮੈਂ ਕਿਸੇ ਦਾ ਜਵਾਨ ਜਹਾਨ ਮੁੰਡਾ ਜਾਨੋ ਮਾਰਦਾ, ਘਰ ਬਰਬਾਦ ਕਰਦਾ ਉਹਦਾ? ਵਾਹਿਗੁਰੂ ਤਾਂ ਦੇਖਦਾ ਹੀ ਆ ਨਾ। ਦੇਖੋ ਜੀ, ਮੈਂ ਆਪਣੀ ਭੈਣ ਨੂੰ ਨਾ ਤੱਤੀ ਹਵਾ ਨਹੀਂ ਲੱਗਣ ਦਿੱਤੀ, ਹਰ ਦਿਨ ਰਾਤ ਉਹਦਾ ਖਿਆਲ ਰੱਖਿਆ। ਜੇ ਉਹਨੂੰ ਝਰੀਟ ਵੀ ਆ ਗਈ ਨਾ, ਮੈਂ ਪੂਰੇ ਪਿੰਡ ਨੂੰ ਅੱਗ ਲਾ ਦੂੰਗਾ। ਬੇਬੇ ਕਰ ਰਿਸ਼ਤਾ ਪੱਕਾ। ਭੈਣ ਜੀ ਆ ਚਾਹ ਦਾ ਘੁੱਟ ਤਾਂ ਲਓ। ਨਹੀਂ ਭੈਣ ਜੀ, ਫੜੋ ਤਾਂ ਸਹੀ। ਆ ਘੱਟੋ ਘੱਟ ਮੂੰਹ ਤਾਂ ਮਿੱਠਾ ਕਰੋ ਜੀ, ਲੱਡੂ ਤਾਂ ਖਾਓ। ਚੰਗੇ ਸਤਿ ਸ਼੍ਰੀ ਅਕਾਲ, ਘਰੇ ਜਾ ਕੇ ਰਹਿ ਕਰਕੇ ਦੱਸਾਂਗੇ। ਜਲਦੀ ਦੱਸਿਓ ਜੀ। ਆ ਜਾ ਧੀਏ ਬੈਠ। ਕਮਲ ਤੂੰ ਇੱਥੇ ਕਿਵੇਂ, ਤੇਰੇ ਗਾਲਾਂ ਨਹੀਂ ਪੈਣਗੀਆਂ? ਨਹੀਂ, ਅੱਜ ਉਹ ਸਾਰੇ ਘਰ ਤੋਂ ਬਾਹਰ ਗਏ ਨੇ। ਹੁਣ ਫੇਰ ਮੋੜ ਤੇ ਰਿਸ਼ਤਾ ਕਰਨ ਆਏ ਬੰਦੇ ਡਰਾ ਧਮਕਾ ਕੇ। ਧੀਏ ਤੇਰਾ ਦੁੱਖ ਤਾਂ ਸਾਨੂੰ ਵੀ ਬਹੁਤ ਆ, ਪਰ ਕੀ ਕਰੀਏ, ਸਾਡੇ ਬਸ ਦੀ ਗੱਲ ਨਹੀਂ। ਬਾਪੂ ਇਸ ਵਿਚਾਰੀ ਦੀ ਤਾਂ ਸਾਰੀ ਜ਼ਿੰਦਗੀ ਨਰਕ ਵਿੱਚ ਨਿਕਲ ਜਾਊਗੀ। ਉਹ ਰੱਬ ਦਿਓ ਬੰਦਿਓ, ਕੁਛ ਤਾਂ ਡਰ ਮੰਨੋ ਉਸ ਰੱਬ ਦਾ। ਇਹੋ ਜਿਹੀ ਜ਼ਿੰਦਗੀ ਨਾਲ ਤਾਂ ਚੰਗਾ ਸੀ ਮੈਂ ਆਪਣੇ ਮਾਂ ਬਾਪ ਨਾਲ ਹੀ ਖਤਮ ਹੋ ਜਾਂਦੀ। ਨਾ ਕਮਲ ਨਾ, ਚੁੱਪ ਕਰ। ਜਦੋਂ ਸੂਰਜ ਚੜ੍ਹਦਾ ਹੈ ਨਾ ਤਾਂ ਹਨੇਰੀਆਂ ਰਾਤਾਂ ਵਿੱਚ ਵੀ ਚਾਨਣ ਹੋ ਜਾਂਦਾ। ਦੇਖੀ ਕੋਈ ਰੱਬ ਦਾ ਬੰਦਾ ਜ਼ਰੂਰ ਆ ਕੇ ਤੈਨੂੰ ਇਸ ਨਰਕ ਵਿੱਚੋਂ ਕੱਢੇਗਾ। ਮੇਰਾ ਰਸਤਾ ਛੱਡ ਦਿਓ, ਨਹੀਂ ਤਾਂ ਤੁਹਾਡੀ ਸ਼ਿਕਾਇਤ ਕਰ ਦੂੰਗੀ। ਜੋ ਮਰਜ਼ੀ ਕਰ ਲੈ, ਤੇਰੀ ਮਦਦ ਲਈ ਇੱਥੇ ਕਿਸੇ ਨੇ ਨਹੀਂ ਆਉਣਾ।
ਜੇ ਤੇਰੇ ਵਰਗੀ ਸੋਚ ਸਾਰੇ ਨੌਜਵਾਨਾਂ ਦੀ ਹੋ ਜਾਵੇ ਤਾਂ ਪੰਜਾਬ ਸਵਰਗ ਬਣ ਜਾਏ। ਹਾਂ ਦੱਸੋ ਕਿਵੇਂ ਆਏ ਪੁੱਤ ਤੁਸੀਂ? ਮਾਈ ਦੇ ਰੋਜ਼ ਰੋਜ਼ ਦੇ ਝਗੜੇ ਜੀ, ਅੱਜ ਫੇਰ ਲੜਿਆ ਕਿਸੇ ਨਾਲੋਂ ਬਿਨਾਂ ਮਤਲਬ। ਹੁਣ ਕੀ ਕੀਤਾ ਮਾਹੀ ਨੇ? ਆਂਟੀ ਉਹ ਕੋਈ ਨਾ, ਉਹਨੂੰ ਆਉਣ ਦਿਓ, ਮੈਂ ਕਰਦੀ ਹਾਂ ਗੱਲ। ਉਹ ਹਾਂਜੀ ਬਾਈ ਜੀ, ਕਿਉਂ ਕੱਟ ਕੀਤਾ ਇੱਥੇ? ਜਾਓ ਯਾਰ ਆਪਣੇ ਘਰੇ ਕੰਮ ਕਰ ਕਰਿਆ ਕਰੋ ਕੋਈ। ਦੱਸ ਵੇਲੇ ਉਹ ਮਾਤਾ, ਤੂੰ ਵੀ ਇਹਨਾਂ ਦੀਆਂ ਗੱਲਾਂ 'ਚ ਆ ਜਾਣੀ ਆ। ਇੱਧਰ ਆ, ਇੱਧਰ ਆ, ਬੈਠ ਇੱਥੇ। ਕੀ ਕਹਿੰਦੇ ਸੀ ਇਹ? ਇਹਨਾਂ ਨੇ ਕੀ ਕਹਿਣਾ, ਤੇਰੇ ਰੋਜ਼ ਦੇ ਲੜਾਈ ਝਗੜੇ ਜੱਬ ਪਾਉਂਦੇ ਆ। ਮਾਤਾ, ਮੈਂ ਅੱਜ ਤੱਕ ਬਿਨਾਂ ਕਿਸੇ ਗੱਲ ਦੇ ਲੜਿਆ। ਤੁਸੀਂ ਦੱਸ, ਜੇ ਕੋਈ ਕਿਸੇ ਗਰੀਬ ਦੀ ਧੀ ਦੀ ਇੱਜ਼ਤ ਨੂੰ ਹੱਥ ਪਾਉਂਦਾ ਹੋਵੇ ਤਾਂ ਉਹਨੂੰ ਸਿੱਧਾ ਕਰਨਾ ਕੋਈ ਮਾੜੀ ਗੱਲ ਹੈ? ਪੁੱਤ ਮਾਹੀ, ਪਹਿਲਾਂ ਤੇਰਾ ਬਾਪ ਦਰਦ ਵੰਡਾਉਂਦਾ ਇਸ ਜੱਗ ਤੋਂ ਚਲਾ ਗਿਆ, ਹੁਣ ਜੇ ਕੱਲ ਨੂੰ ਤੈਨੂੰ ਕੁਝ ਹੋ ਗਿਆ ਤੇ ਕਦੀ ਸੋਚਿਆ ਤੇਰੀ ਮਾਂ ਦਾ ਕੀ ਹਾਲ ਹੋਣਾ? ਉਹ ਕੁਛ ਨਹੀਂ ਹੁੰਦਾ ਮੈਨੂੰ, ਜਿਹਦੇ ਸਿਰ ਤੇ ਤੇਰੇ ਵਰਗੀ ਮਾਂ ਦਾ ਹੱਥ ਹੋਵੇ ਉਹਨੂੰ ਕਦੇ ਕੁਛ ਨਹੀਂ ਹੋ ਸਕਦਾ। ਤੂੰ ਨਾ ਐ ਸੂਤ ਨਹੀਂ ਆਉਣਾ, ਤੇਰਾ ਕਰਦੀਆਂ ਵਿਆਹ ਤੇ ਤੇਰੀਆਂ ਲੱਤਾਂ ਨੂੰ ਪਾਉਂਦੀਆਂ ਸੰਗਲ। ਮਾਤਾ ਸੰਗਲ ਪਾਉ ਹੁਣ। ਕਿਹਦੇ ਸੰਗਲ ਪਾਈ ਜਾਂਦੀ ਆ ਆਂਟੀ? ਸਤਿ ਸ਼੍ਰੀ ਅਕਾਲ ਪੁੱਤ, ਕੀ ਹਾਲ ਹੈ ਤੇਰਾ? ਠੀਕ ਹੈ ਠੀਕ ਹੈ, ਕਿਵੇਂ ਆ? ਕਿਵੇਂ ਸੇ ਤਾਂ? ਉਹ ਕੀ ਗੱਲ ਹੋ ਗਈ ਆਂਟੀ, ਕਿਹਦੇ ਸੰਗਲ ਲਾਈ ਜਾਂਦੀ ਹੈ? ਕੋਈ ਪੁੱਛ ਪੁੱਛ ਰੱਖ ਲਿਆ? ਤੇਰੇ ਯਾਰ ਦੇ ਸੰਗਲ ਪੈ ਜੂ, ਆਪੇ ਟਿਕ ਜੂ। ਉਹ ਕਾਹਨੂੰ ਸਾਡੀ ਰੰਬ ਵਰਗੀ ਆਂਟੀ ਨੂੰ ਤੂੰ ਤੰਗ ਕਰਦਾ ਯਾਰ? ਉਹ ਯਾਰ ਮੈਂ ਕਾਹਨੂੰ ਤੰਗ ਕਰਦਾ, ਕਿਸੇ ਚੰਗੇ ਕੰਮ ਲਈ ਵੀ ਖੜੇ ਹੋ ਜਾਓ ਨਾ, ਲੋਕ ਤਾਂ ਵੀ ਲਾਂਬਾ ਲੈ ਕੇ ਘਰੇ ਆ ਜਾਂਦੇ ਆ। ਪੁੱਤ ਜੀਤੇ, ਇਹਨੇ ਕੋਈ ਨਾ ਕੋਈ ਪੰਗਾ ਖੜਾ ਕਰੀ ਰੱਖਣਾ, ਤੂੰ ਐਂ ਕਰ ਇਹਨੂੰ ਆਪਦੇ ਨਾਲ ਪਿੰਡ ਲੈ ਜਾ। ਉਹ ਤੂੰ ਐਂ ਕਰ ਮਾਹੀ, ਖਿੱਚ ਤਿਆਰੀ ਮਿੱਤਰਾ, ਕਰ ਆਪਦੇ ਕੱਪੜੇ ਲੀੜੇ ਪੈਕ ਤੇ ਆਪਾਂ ਚੱਲੀਏ ਪਿੰਡ ਨੂੰ, ਦਿਖਾਉਣਾ ਤੈਨੂੰ ਪਿੰਡ ਦੇ ਨਜ਼ਾਰੇ ਮਿੱਤਰਾ। ਚੱਲਦੀਆਂ ਮੋਟਰਾਂ, ਲਵਾਂਗੇ ਨਜ਼ਾਰੇ, ਬੋਲਦੀਆਂ ਚਿੜੀਆਂ ਸਵੇਰੇ ਸਵੇਰੇ, ਪੈਂਦਾ ਮੁਟਿਆਰਾਂ ਦਾ ਗਿੱਧਾ, ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਉਹ ਦੇਖੋ ਕਿੰਨੀ ਸੋਹਣੀ ਕੁੜੀ ਤੁਰੀ ਆਉਂਦੀ ਹੈ, ਚੱਲ ਕਰਦੇ ਹਾਂ ਉਹਦੇ ਨਾਲ ਗੱਲ। ਦਿਮਾਗ ਤਾਂ ਟਿਕਾਣਾ ਤੇਰਾ, ਕਿਉਂ ਛਿੱਤਰਾਂ ਨੂੰ ਥਾਂ ਕਰੀ ਜਾਣਾ? ਚੱਲ ਸਿੱਧਾ ਪਿੰਡ। ਉਹ ਚੱਲ ਗੱਲ ਕਰਦੇ ਹਾਂ। ਉਹ ਕਿਉਂ ਤੂੰ ਛਿੱਤਰਾਂ ਨੂੰ ਥਾਂ ਕਰਾਈ ਜਾਣਾ? ਚੱਲ ਰੁਕ ਜਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਆ ਸਾਡੇ ਵਾਲਾ ਬੰਦਾ ਤੁਹਾਡੇ ਨਾਲ ਗੱਲ ਕਰਨ ਨੂੰ ਕਹਿੰਦਾ। ਹਾਂ ਦੱਸੋ ਕੀ ਗੱਲ ਕਰਨੀ ਹੈ? ਮੈਂ ਕੀ ਗੱਲ ਕਰਨੀ ਹੈ, ਮੈਂ ਤਾਂ ਜਾਣਦਾ ਵੀ ਨਹੀਂ ਇਹਨਾਂ ਨੂੰ, ਮੈਂ ਤਾਂ ਪਿੰਡ ਵੀ ਪਹਿਲੀ ਵਾਰ ਆਇਆ ਜੀ ਅੱਜ। ਠਹਿਰੋ ਮੈਂ ਦੱਸਦੀ ਹਾਂ ਤੁਹਾਨੂੰ ਕੀ ਗੱਲ ਕਰਨੀ ਹੈ। ਕਰ ਲਾ ਗੱਲ ਹੁਣ। ਮੈਂ ਜੀਤੇ ਦੀ ਦੋਸਤ ਆ, ਅਕਸਰ ਤੁਹਾਡੇ ਬਾਰੇ ਜ਼ਿਕਰ ਕਰਿਆ ਕਰਦਾ। ਓ ਅੱਛਾ ਅੱਛਾ, ਠੀਕ ਹੈ ਜੀ। ਕੰਮ ਲਈ ਹੋ ਤੁਸੀਂ ਦੋਵੇਂ ਸੱਚੀ? ਉਹ ਤੂੰ ਤਾਂ ਸਾਈ ਚਾੜਤੇ ਸੀ ਯਾਰ। ਅੱਛਾ ਇਹ ਹੈ ਤੇਰਾ 440 ਵੋਲਟ ਦਾ ਝਟਕਾ ਹੈ? ਇਹ ਹੀ ਆਪਣੀ ਬਿਜਲੀ ਬਾਈ, ਚੱਲ ਚੱਲੀਏ। ਚੱਲ ਠੀਕ ਹੈ ਭਰਾਵਾ। ਤੂੰ ਆਸ਼ਿਕ ਮਾਰੇਗੀ ਫਿਰ ਦੀ ਖੁੰਭ ਵਾਂਗੂ ਨਿਖਰੀ ਨੀ ਕਹਿਰ ਗੁਜ਼ਾਰੇਗੀ। ਉਹ ਕਿਵੇਂ ਅੱਜ ਕੱਲੀਏ ਗੇੜੀਆਂ ਮਾਰਦੀ ਫਿਰਦੀ ਹੈ? ਤੂੰ ਵੀ ਤਾਂ ਕੱਲਾ ਹੀ ਫਿਰਦਾ, ਲੱਗਦਾ ਦੁੱਧ ਦਾ ਕੰਮ ਛੱਡਤਾ, ਅੱਜ ਤਾਂ ਢੋਲ ਵੀ ਨੀ ਹੈਗੇ ਤੇਰੇ ਕੋਲੇ। ਓਏ ਯਾਰ ਹੁਣ ਤਾਂ ਢੱਡੀ ਢੋਲ ਵਰਗੇ ਨੇ, ਉਹ ਨਾਲੇ ਦੋਧੀਆਂ ਨੂੰ ਹੋਰ ਕੰਮ ਨੀ ਹੋ ਸਕਦਾ ਕੋਈ, ਹੈ? ਅੱਜ ਤਾਂ ਮੈਂ ਫੇਰਾ ਪਾਉਣ ਆਇਆ। ਫੇਰੇ ਹੀ ਪਾਈ ਜਾਏਗਾ ਕਿ ਫੇਰੇ ਵੀ ਲਏਗਾ? ਓਏ ਲੈ ਲਾਂਗੇ ਫੇਰੇ ਵੀ, ਜਿਹੜਾ ਇਹ ਚੋਰੀ ਛੁਪੇ ਮਿਲਣ ਦਾ ਸਵਾਦ ਆ ਨਾ ਉਹ ਵੱਖਰਾ ਹੀ ਹੁੰਦਾ। ਪਰ ਕਦੋਂ ਤੱਕ ਮਿਲਦੇ ਰਵਾਂਗੇ? ਤੂੰ ਬਸ ਕੁਛ ਕਰ। ਕਰਨ ਨੂੰ ਹੁਣ ਗਿੱਟੇ ਤੇ ਖੁਰਕ ਕਰ ਲਾਂ ਮੈਂ? ਤੈਨੂੰ ਮਜ਼ਾਕ ਸੋਚਦੇ ਆ? ਜਦੋਂ ਮੇਰੇ ਡੈਡੀ ਨੇ ਮੈਨੂੰ ਕਿਤੇ ਹੋਰ ਵਿਆਹ ਕੇ ਤੋਰਤਾ ਨਾ, ਫਿਰ ਕੰਧਾਂ 'ਚ ਸਿਰ ਦੇ ਕੇ ਰੋਏਗਾ। ਮੇਰੇ ਡੈਡੀ ਨਾਲ ਛੇਤੀ ਛੇਤੀ ਗੱਲ ਕਰ ਬਸ। ਮੈਨੂੰ ਲੱਗਦਾ ਤੂੰ ਖੁਰਕ ਕਹਿਦੀ ਆਪਦੇ ਡੈਡੀ ਤੋਂ ਗਿੱਟੇ ਸ਼ਿੰਗਾਏਗੀ ਮੇਰੇ। ਚਲੋ ਕੋਈ ਨਹੀਂ, ਇਹ ਵੀ ਕੌੜਾ ਕੁੱਟ ਭਰਨਾ ਹੀ ਪਊ। ਠੀਕ ਹੈ
ਚੰਗਾ ਹੁਣ ਪਿੱਛੇ ਚਲਾ ਕੇ ਜਾਊਂਗਾ ਮੈਂ। ਫਿਰਦੀਆਂ ਖੁੰਭ ਵਾਂਗ ਨਿਕਰੀ ਨੀ ਖੈ ਗੁਜ਼ਾਰੇਂਗੀ। ਆਲੋ ਨੀ ਕੁੜੀਓ, ਖੀਰ ਲੈ ਕੇ ਹੀ ਤੁਹਾਡੇ ਵਾਸਤੇ, ਠੰਡੀ ਠੰਡੀ ਖਾ ਲਓ। ਖਾ ਲੈ। ਨਹੀਂ ਆਂਟੀ, ਮੈਂ ਨੀ ਖਾਣੀ, ਮੈਨੂੰ ਭੁੱਖ ਨੀ ਹੈਗੀ। ਕੋਈ ਨਾ ਪੁੱਤ, ਖਾ ਲਾ, ਬੜੀ ਸਵਾਦ ਬਣੀ ਆ। ਖਾ ਲਾ, ਜਦ ਨਖਰੇ ਨਾ ਕਰ। ਨੀ ਆਂਟੀ, ਸਾਰਾ ਕੰਮ ਤਾਂ ਤੁਸੀਂ ਕਰਦੇ ਪਏ ਹੋ, ਥੋੜਾ ਕੰਮ ਇਤੋਂ ਵੀ ਕਰਾ ਲਿਆ ਕਰੋ, ਨਾਲੇ ਇਹਦੇ ਵਿਆਹ ਤੋਂ ਬਾਅਦ ਤਾਂ ਸਾਰਾ ਕੰਮ ਤੁਸੀਂ ਕਰਨਾ। ਕੋਈ ਗੱਲ ਨੀ ਧੀਏ, ਸੋਰੀ ਜਾ ਕੇ ਤੇ ਇੰਨੇ ਹੀ ਕਰਨਾ ਸਾਰਾ। ਤੂੰ ਨਾ ਆਪਣੀ ਸਿਆਣਪ ਆਪਣੇ ਕੋਲ ਰੱਖ, ਮੇਰੀ ਮਾਂ ਨੂੰ ਚੱਕਣਾ ਨਾ ਦੇ। ਅੱਛਾ ਜੀ, ਜਦੋਂ ਕੰਮ ਨੂੰ ਕਹਿ ਦੋ ਤਾਂ ਤੈਨੂੰ ਬੁਰਾ ਲੱਗਦਾ ਹੈ? ਸਾਰਾ ਦਿਨ ਤਾਂ ਤੂੰ ਟੀਵੀ ਦੇਖਦੀ ਰਹਿੰਦੀ ਹੈ, ਉਦੋਂ ਪਤਾ ਲੱਗੂ ਜਦੋਂ ਸੋਰੇ ਘਰ ਜਾ ਕੇ ਨਾ ਸੱਸ ਨੇ ਤੇਰੇ ਡੰਡੇ ਮਾਰੇ। ਖੜ ਜਾ ਕਮਲ, ਤੈਨੂੰ ਤਾਂ ਮੈਂ ਦੱਸਦੀ ਹਾਂ ਪਤਾ, ਮੇਰੀ ਸੱਸ ਤਾਂ ਜਦੋਂ ਮੈਨੂੰ ਮਾਰੂਗੀ ਤੈਨੂੰ ਤਾਂ ਹੁਣੇ ਪਤਾ ਦੱਸਦੀ ਹਾਂ। ਖੜ ਜ਼ਰਾ, ਹੁਣ ਕਿੱਥੇ ਭੱਜਦੀ ਹੈ? ਬਚ ਕੇ ਕਮਲ, ਤੂੰ ਤਾਂ ਜੀਪ ਦੇ ਹੇਠ ਹੀ ਆ ਚੱਲੀ ਸੀ। ਗਲਤੀ ਹੋ ਗਈ, ਮਾਫ ਕਰ ਦਿਓ। ਲੱਗਦਾ ਰਾਣੀ ਨਾਲ ਲੜਕੇ ਹੀ ਲੱਗਦੀ ਹੈ। ਰਾਣੋ ਪੁੱਤ, ਕੀ ਗੱਲ, ਰੌਲਾ ਆ ਕਾਹਤੋਂ ਪਾਇਆ? ਮਾਹੀ ਵੀਰ ਆਇਆ ਜੀਤੇ ਵੀਰ ਨਾਲ ਸ਼ਹਿਰੋਂ। ਅੱਛਾ, ਕੋਈ ਨਾ, ਉਹਨੂੰ ਅੰਦਰ ਤਾਂ ਆਣ ਦੇ ਪੁੱਤ। ਆ ਗਏ ਜੀ, ਆ ਗਏ। ਸਤਿ ਸ੍ਰੀ ਅਕਾਲ ਅੰਕਲ ਜੀ। ਸਤਿ ਸ੍ਰੀ ਅਕਾਲ ਪੁੱਤ। ਬੇਬੇ ਸਤਿ ਸ੍ਰੀ ਅਕਾਲ ਮਾਤਾ। ਸਤਿ ਸ੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ। ਤੂੰ ਤਾਂ ਸ਼ਹਿਰ ਜਾ ਕੇ ਦਿਲ ਹੀ ਲਾ ਲਿਆ। ਉਹ ਦਿਲ ਤਾਂ ਰਾਣੀ ਘਰ ਪਰਿਵਾਰ ਚ ਲੱਗਦਾ, ਖੱਲੇ ਬੰਦੇ ਦਾ ਕਦੇ ਦਿਲ ਲੱਗਿਆ? ਮਾਹੀ ਪੁੱਤ, ਕਿਤੇ ਸ਼ਹਿਰ ਜਾ ਕੇ ਉਹਨਾਂ ਸ਼ਹਿਰੀਆਂ ਵਰਗਾ ਤਾਂ ਨਹੀਂ ਬਣ ਗਿਆ ਜਿਹੜੇ ਮਾਪਿਆਂ ਦੀ ਕਮਾਈ ਨੂੰ ਨਸ਼ਿਆਂ ਚ ਰੁੜ ਦਿੰਦੇ ਆ। ਅੰਕਲ ਜੀ, ਤੁਹਾਡਾ ਪੁੱਤ ਤੁਹਾਡਾ ਕਦੇ ਸਿਰ ਨੀਵਾਂ ਨਹੀਂ ਹੋਣ ਦਿੰਦਾ। ਬੇਸ਼ੱਕ ਮੈਂ ਸ਼ਹਿਰ ਚਲਾ ਗਿਆ, ਪਰ ਮੇਰਾ ਦਿਲ ਤੇ ਖੂਨ ਤਾਂ ਦੋਵੇਂ ਪਿੰਡੂ ਹੀ ਨੇ। ਉਹ ਬਾਪੂ ਯਾਰ, ਤੁਸੀਂ ਵੀ ਆਉਣ ਸਾਰੀ ਸ਼ੁਰੂ ਹੋ ਜਾਂਦੇ ਆ। ਉਹ ਮਾਤਾ, ਚੱਲ ਦੇ ਕੁਛ ਖਾਣ ਪੀਣ ਨੂੰ। ਆ ਤੁਸੀਂ ਚੰਗੇ ਹੋ, ਐਵੇਂ ਜੋਕਨ ਲੈਕਚਰ ਦੇ ਜਾਂਦੇ ਹੋ, ਕੁਛ ਖਾਣ ਪੀਣ ਨੂੰ ਤਾਂ ਦੇ ਦਿਓ ਉਹਨਾਂ ਨੂੰ। ਲਓ, ਕਰ ਲਓ ਘਿਓ ਨੂੰ ਭਾਂਡਾ, ਉਹ ਖਾਣ ਪੀਣ ਦਾ ਮੰਤਰੀ ਅਸੀਂ ਤੈਨੂੰ ਬਣਾਇਆ ਤੇ ਦਰਖਾਸਤ ਤਾਂ ਸਾਡੇ ਅੱਗੇ ਰੱਖੀ ਜਾਂਦੀ ਹੈ। ਚੱਲ ਬਈ ਯਾਰ ਅੰਦਰ। ਆਓ ਪੁੱਤ, ਚਲੋ ਪੁੱਤ, ਆਓ ਅੰਦਰ, ਤੁਸੀਂ ਵੀ ਹੱਥ ਦਿਓ ਬਸ। ਉਹ ਕਿਵੇਂ ਨਿੰਮੋ ਰਾਣੀਏ, ਅੱਜ ਤਾਂ ਬੜੀ ਦੁੱਧ ਵਾਂਗੂ ਨਿਕਰੀ ਫਿਰਦੀਆਂ ਹੈ। ਵੇ ਦੋਜੀ ਆ, ਕਦੇ ਤਾਂ ਦੁੱਧ ਤੋਂ ਬਾਹਰ ਆ, ਕਦੇ ਮੇਰਾ ਡੈਡੀ ਤੈਨੂੰ ਦੁੱਧ 'ਚ ਪਾ ਕੇ ਰਿੜਕ ਦੂ। ਫੇਰ ਕੀ ਹੋ ਗਿਆ, ਮੱਖਣ ਨਿਕਲੇ ਉਸ ਅਗਾਂ ਖਾ ਲਿਆ ਕਰੀ, ਅੰਦਰ ਹੀ ਬੋਲੂ ਤੇਰੇ। ਇੱਧਰ ਨੇੜੇ ਤਾਂ ਹੋ ਜਾ, ਦੋ ਪਿਆਰ ਦੀਆਂ ਗੱਲਾਂ ਤਾਂ ਕਰ ਲੈ ਮੇਰੇ ਨਾਲ। ਪਿਆਰ ਦੀਆਂ ਗੱਲਾਂ ਕਰਨ ਨੂੰ ਤਾਂ ਮੇਰਾ ਵੀ ਬਹੁਤ ਜੀ ਕਰਦਾ, ਪਰ ਹੁਣ ਤੂੰ ਜਾ। ਕਿਉਂ? 11 ਵੱਜ ਗਏ, ਮੇਰੇ ਡੈਡੀ ਆਉਣ ਵਾਲੇ ਨੇ। ਤੇਰਾ ਡੈਡੀ ਆ ਕਿ ਮਿੰਨੀ ਬੱਸ ਜਿਹੜਾ ਟਾਈਮ ਤੇ ਆਉਂਦਾ? ਮਿੰਨੀ ਬੱਸ ਦਾ ਤਾਂ ਮੈਨੂੰ ਪਤਾ ਨਹੀਂ, ਜੇ ਮੇਰੇ ਡੈਡੀ ਨੇ ਤੇਰੇ ਕੰਨ ਤੇ ਵਜਾਈਆਂ ਨਾ ਤੇਰੀ ਬੱਸ ਹੋ ਜੂ। ਜਾ। ਸਤਿ ਸ੍ਰੀ ਅਕਾਲ ਜੀ, ਪੈਰੀ ਪੈਣਾ ਜੀ। ਲੱਗਦਾ ਪੈਰੀ ਪੈਂਦੇ ਦਾ ਤੈਨੂੰ ਕਿੰਨੀ ਵਾਰ ਸਮਝਾਇਆ ਬਈ, ਤੂੰ ਬਾਹਰ ਹੀ ਰਿਹਾ ਕਰ ਦਰਵਾਜ਼ੇ ਤੋਂ, ਅੰਦਰ ਨਾ ਵੜਿਆ ਕਰ, ਨਾ ਇਸ ਵੇਲੇ ਦੁੱਧ ਪਾਉਣ ਦਾ ਟਾਈਮ ਹੈ। ਅੱਜ ਦੁੱਧ ਪਾਉਣ ਨਹੀਂ ਆਇਆ ਜੀ, ਅੱਜ ਤਾਂ ਰਿਸ਼ਤੇਦਾਰੀ ਪਾਉਣ ਆਇਆ ਜੀ। ਹਾਂਜੀ, ਅਜੇ ਫਿਰ ਮੈਨੂੰ ਪੱਕਾ ਪਤਾ ਸੀ ਬਈ ਮੇਰਾ ਅੜਿਆ ਗੱਡਾ ਤੂੰ ਹੀ ਕੱਢੇਗਾ। ਮੈਂ ਤਾਂ ਗੁੱਡੀ ਵੀ ਕੱਢਣ ਨੂੰ ਫਿਰਦਾ ਜੀ। ਹਾਂਜੀ, ਕੁਛ ਨੀ ਜੀ। ਅੱਛਾ ਦੱਸ, ਉਹ ਜਿਹੜੀ ਕੁੜੀ ਤੂੰ ਮੇਰੇ ਵਾਸਤੇ ਦੇਖ ਰਿਹਾ ਉਹ ਫਿੱਟ ਹੈ?
ਮੈਂ ਤੁਹਾਡੀ ਨਹੀਂ ਜੀ, ਆਪਣੇ ਰਿਸ਼ਤੇ ਦੀ ਗੱਲ ਕਰਨ ਆਇਆ। ਆਪਣੇ ਰਿਸ਼ਤੇ ਦੀ ਗੱਲ ਕਰਨ ਆਇਆ ਤਾਂ ਆਪਣੇ ਘਰ ਕਰ, ਇੱਥੇ ਕੀ ਕਰਨ ਆ ਗਿਆ ਤੂੰ? ਨਹੀਂ ਜੀ, ਮੈਂ ਆਪਣੇ ਵੱਲੋਂ ਤੁਹਾਡੇ ਰਿਸ਼ਤੇ ਦੀ ਗੱਲ ਕਰਨ ਆਇਆ ਜੀ। ਅੱਛਾ ਅੱਛਾ, ਇੱਕ ਗੱਲ ਤਾਂ ਦੱਸ ਮੱਖਣਾ। ਹਾਂਜੀ। ਕੁੜੀ ਦੀ ਉਮਰ ਕੀ ਹੈ? 38 ਜੀ। ਮੈਂ ਉਮਰ ਪੁੱਛੀ ਹੈ, ਕਮਰ ਨਹੀਂ ਪੁੱਛੀ। ਉਮਰ ਤਾਂ 38 ਹੈ ਜੀ, ਕਮਰ 48 ਹੈ। ਪਰ ਕਿੰਨਾ ਕੁੜੀ ਦਾ? ਤੁਸੀਂ ਤੋਲ ਕੇ ਰਿਸ਼ਤਾ ਕਰਦੇ ਹੋ ਜੀ? ਨਹੀਂ, ਇਹ ਵੀ ਤਾਂ ਦੇਖਣਾ ਹੁੰਦਾ ਬਈ ਮੇਰੀ ਸਾਈਕਲ ਚੱਲੇਗੀ ਉਹ ਤਾਂ ਪਾਰ ਕੇ ਨਹੀਂ। ਕੋਈ ਨਾ ਜੀ, ਇੱਕ ਜਣਾ ਚੜ ਜਾ ਕਰੋ ਜੀ। ਅੱਛਾ ਅੱਛਾ, ਇੱਕ ਗੱਲ ਦੱਸ। ਹਾਂਜੀ। ਕੁੜੀ ਵਿਆਹੀ ਤਾਂ ਨਹੀਂ ਹੋਈ ਪਹਿਲਾਂ? ਨਾ ਜੀ, ਕਿੱਥੇ, ਬਸ 2-3 ਵਾਰੀ ਭੱਜੀ ਆ ਕਿਸੇ ਦੇ ਨਾਲ। ਫਿਰ ਮੁੜੀ ਕਿਵੇਂ? ਬਾਜੀ ਜਿਹੜਾ ਲੈ ਕੇ ਜਾਂਦਾ ਸੀ ਉਹੀ ਹੱਥ ਜੋੜ ਕੇ ਛੱਡ ਜਾਂਦਾ ਸੀਗਾ। ਫਿਰ ਮੇਰੇ ਵੱਲੋਂ ਵੀ ਹੱਥ ਜੋੜੇ ਦੇਖ ਲੈ। ਤੂੰ ਹੁਣ ਇੱਥੋਂ ਨਿਕਲ ਜਾ, ਮੇਰੀ ਤਾਂ ਸਾਰੀ ਉਮਰ ਛੱਡ ਛਡਾਈ ਦੇ ਵਿੱਚ ਹੀ ਨਿਕਲ ਜਾਊਂਗੀ। ਹੈ, ਜੇ ਕੋਈ ਚੱਜ ਦਾ ਰਿਸ਼ਤਾ ਮਿਲਿਆ ਤਾਂ ਹੀ ਇੱਥੇ, ਨਹੀਂ ਚੱਲ ਦਫਾ ਹੋ ਇੱਥੋਂ। ਪਸੰਦ ਨਹੀਂ ਆਈ ਜੀ? ਪਸੰਦ? ਮੈਂ ਮਾਰੂ ਜੁੱਤੀਆਂ ਤੇਰੇ। ਉਹ ਤੇਰਾ ਲਿਖ ਦੂ ਸਫੈਦਿਆਂ ਤੇ ਨਾ, ਬਿੱਲੋ ਨੀ ਚੀਟੀ ਰੋਡ ਦੇ ਉੱਤੇ। ਬੇ ਵੱਡਿਆ ਸਰਦੂਰ ਸਿਕੰਦਰਾ, ਕਿਉਂ ਸਾਰਾ ਦਿਨ ਘਸਾਈ ਜਾਂਦਾ ਰਹਿੰਦਾ ਇਹਨੂੰ? ਨਾ ਕਿਹੜੀ ਮੇਮ ਨੂੰ ਮਿਲ ਜਾਣਾ ਤੂੰ ਦੱਸ ਮੈਨੂੰ। ਜਮਾ ਆਹੀ ਗੱਲ ਆਂਟੀ ਜੀ ਜਿਹੜੀ ਤੁਸੀਂ ਕਹੀ ਹੈ, ਦੇਖੋ ਤਾਂ ਸਹੀ ਕਿਵੇਂ ਕੱਪੜਾ ਮਾਰ ਮਾਰ ਕੇ ਰੰਗ ਲਾਉਣ ਲੱਗਿਆ। ਉਹ ਬਾਈ, ਮੈਂ ਕਿਸੇ ਵੀ ਮੇਮ ਨੂੰ ਨਹੀਂ ਮਿਲਣ ਜਾਣਾ, ਮੈਂ ਤਾਂ ਖੇਤ ਚੱਲਿਆ ਮੋਟਰ ਚਲਾਉਣ। ਚੱਲ ਫਿਰ ਮੈਂ ਵੀ ਚੱਲਦਾ ਤੇਰੇ ਨਾਲ। ਉਹ ਨਹੀਂ 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 ਨਹੀਂ, ਤੂੰ ਉੱਥੇ ਕੀ ਕਰੇਗਾ ਯਾਰ, ਕੱਚੀ ਪਹੀ ਹੈ, ਦੋ ਜਣਿਆਂ ਨੂੰ ਇਹਨੇ ਖਿੱਚਣਾ ਨਹੀਂ। ਅੱਛਾ ਅੱਛਾ, ਇਹ ਦੋ ਨੂੰ ਨਹੀਂ ਖਿੱਚਦਾ? ਹੋਰ ਉਹ ਤਾਂ 4 ਨੂੰ ਖਿੱਚ ਲੂ, ਛੋਟੇ ਵਰਗਾ ਤਾਂ ਮੋਟਰਸਾਈਕਲ ਹੈ। ਉਹ ਤਾਂ ਸਮਝਿਆ ਕਰ, ਇਹਦੇ ਪਿਛਲੇ ਟਾਇਰ 'ਚ ਹਵਾ ਵੀ ਘੱਟ ਹੈ। ਸਮਝ ਗਿਆ ਸਮਝ ਗਿਆ, ਚੱਲ ਜਾ ਤੂੰ, ਹਵਾ ਭਰਾ ਲਈ, ਮੈਨੂੰ ਪਤਾ ਬੈਠਣਾ ਦੋ ਨੇ ਹੀ ਹੈ। ਜਾਣਦੇ ਯਾਰ, ਆ ਦੇਖ ਲੋ, ਇਹ ਸੁਣਦਾ ਕਿਸੇ ਦੀ ਭਲਾ? ਲਾਈਟ ਤੇ ਸ਼ਾਮ ਨੂੰ 4 ਵਜੇ ਆਉਣੀ ਆ, ਇਹ 12 ਵਜੇ ਤੁਰ ਪਿਆ। ਹੋਰ ਕੀ, ਇਹਨੇ ਪਤਾ ਨਹੀਂ ਕਿਹੜੀ ਮੋਟਰ ਚਲਾਉਣੀ ਆ। ਉਹ ਅੰਕਲ ਜੀ, ਪਿੰਡਾਂ 'ਚ ਲਾਈਟ ਅੱਖ ਮਟੱਕਾ ਕਰਦੀ ਹੋ ਰਹਿੰਦੀ ਆ, ਅੱਜ ਬਿਜਲੀ ਵਾਲਿਆਂ ਨੇ ਛੇਤੀ ਛੱਡਤੀ ਹੋਣੀ ਆ। ਪਰ ਦੇਖ ਲਓ, ਇੱਕ ਗੱਲ ਦਾ ਪੱਕਾ, ਟਾਈਮ ਤੇ ਮੋਟਰ ਚਲਾਉਣੀ ਨਹੀਂ ਭੁੱਲਦਾ। ਛੁੱਟੀ ਦਾ ਬਹਾਨਾ ਲਾ ਕੇ ਮਿਲਣ ਆਉਂਦੀ ਹੈ, ਪਰ ਮੈਂ ਤਾਂ ਰੋਜ਼ ਬਿਜਲੀ ਦਾ ਬਹਾਨਾ ਮਾਰ ਕੇ ਤੈਨੂੰ ਮਿਲਣ ਆਉਣਾ। ਅੱਛਾ, ਹੋਰ ਕੀ? ਤੁਸੀਂ ਬਿਜਲੀ ਦਾ ਬਹਾਨਾ ਮਾਰ ਕੇ ਆਉਂਦੇ ਹੋ ਤੇ ਮੈਂ ਛੁੱਟੀ ਦਾ। ਯਾਰ ਤੂੰ ਮੈਨੂੰ ਇੱਕ ਗੱਲ ਦੱਸ ਬਈ, ਛੁੱਟੀ ਦਾ ਬਹਾਨਾ ਮਾਰ ਮਾਰ ਆਪਾਂ ਕਦੋਂ ਤੱਕ ਮਿਲਦੇ ਰਹਾਂਗੇ? ਪਤਾ ਕਦੋਂ ਤੱਕ? ਕਦੋਂ ਤੱਕ? ਜਦੋਂ ਤੱਕ ਤੁਸੀਂ ਵਿਆਹ ਕਰਾ ਕੇ ਸਿਹਰਾ ਬਣ ਕੇ ਮੈਨੂੰ ਫੁੱਲਾਂ ਵਾਲੀ ਕਾਰ 'ਚ ਲੈ ਕੇ ਨਹੀਂ ਜਾਂਦੇ। ਉਹ ਫੁੱਲ ਤਾਂ ਮੈਂ ਕਦੋਂ ਦਾ ਚੱਕੇ ਫਿਰਦਾ, ਸਾਲੀ ਕੋਈ ਕਾਰ ਹੀ ਨਹੀਂ ਮਿਲਦੀ। ਅੱਛਾ, ਤੇ ਆ ਕਦੇ ਵਾਸਤੇ ਰੱਖਿਆ ਫਿਰ? ਓਏ, ਰਾਹ 'ਚ ਪੈਂਚਰ ਹੋ ਜਾਂਦਾ ਪਤੰਦਰ। ਤੁਹਾਡੇ ਵਰਗਾ ਹੀ ਆ ਜਮਾ।
ਪਰ ਹੁਣ ਮਜ਼ਾਕ ਛੱਡੋ, ਪਹਿਲਾਂ ਦੱਸੋ ਹੁਣ ਸੱਚੀ ਸੱਚੀ ਕਦੋਂ ਆਓਗੇ ਵਿਆਹ ਲਈ? ਅੱਛਾ ਫਿਰ ਇਹ ਗੱਲ ਹੈ, ਤਾਂ ਚੱਲ ਹੁਣ ਫਿਰ ਤੂੰ ਖਿੱਚ ਤਿਆਰੀ, ਹੁਣ ਜੱਟ ਤੈਨੂੰ ਫੁੱਲਾਂ ਵਾਲੀ ਕਾਰ 'ਤੇ ਹੀ ਲੈ ਕੇ ਜਾਊ। ਪੱਕਾ? ਪੱਕਾ। ਠੀਕ ਹੈ। ਐਵੇਂ ਮਰੀ ਜਾਂਦਾ ਯਾਰ ਤੂੰ ਤਾਂ, ਐਵੇਂ ਕਾਹਨੂੰ ਮਰੀ ਜਾਂਦਾ, ਤੈਨੂੰ ਐਵੇਂ ਲੱਗਦਾ ਇਹ ਡੋਲੂ ਜਿਹਾ ਐਡਾ ਵੱਡਾ ਪਤੀਲਾ ਦੁੱਧ ਦਾ ਫੜਾ ਕੇ ਆਇਆ ਉੱਧਰ? ਲੈ ਉਹ ਆ ਗਿਆ, ਚੱਲ ਪੁੱਛੋ ਜਿੰਨੀ ਉਮਰ ਭੋਗ ਕੇ ਮਰੂ, ਬੁਲਾਈਏ ਇਹਨੂੰ, ਸਵਾਦ ਲੈ ਲਾ ਇਹਨੂੰ। ਉਦੋ ਜੀ ਗੱਲ ਸੁਣੀ। ਹਾਂ ਕੀ ਗੱਲ? ਦੋ ਜੀ ਤੋਂ ਦੁੱਧ ਪਾਉਣਾ? ਨਾ ਹੋਰ ਕਿਹੜਾ, ਖੀਰ ਪਾਉਣੀ, ਅਸੀਂ ਦੁੱਧ ਹੀ ਪਾਉਣਾ ਤੇਥੋਂ। ਭਾਂਡਾ ਤਾਂ ਹੈ ਨੀ, ਦੁੱਧ ਗੀਜੇ ਚ ਪਵਾ ਕੇ ਲੈ ਕੇ ਜਾਏਗਾ। ਤੂੰ ਵੀ ਪਤੰਦਰਾ ਗੱਲਾਂ 'ਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦਾ, ਉਹ ਇਸ਼ਕ ਚ ਇੰਨੇ ਨਹੀਂ ਹੋਈਦਾ, ਘਾਟਾ ਪੈ ਜਾਂਦਾ। ਮੈਂ ਸੁਣਿਆ ਕੱਲ੍ਹ ਉੱਧਰ ਦੁੱਧ ਵੱਧ ਪਾ ਕੇ ਆਇਆ ਤੂੰ। ਉਹ ਫਿਰ ਕੀ ਹੋ ਗਿਆ, ਮੈਂ ਤਾਂ 2 ਕਿਲੋ ਦੁੱਧ ਹੀ ਵੱਧ ਪਾਇਆ, ਤੁਹਾਡੇ ਵਰਗੇ ਇਸ ਕੰਮ 'ਚ ਜ਼ਮੀਨਾਂ ਫੂਕ ਦਿੰਦੇ ਨੇ। ਉਹ ਸਾਡਾ ਕੁਛ ਨਹੀਂ ਜਾਣਾ, ਤੂੰ ਮਾਂਜਾ ਜਾਣਾ। ਉਹ ਸਗੋਂ ਮੇਰਾ ਕੁਛ ਨਹੀਂ ਜਾਣਾ, ਤੁਸੀਂ ਮਾਂਜੇ ਜਾਓਗੇ। ਉਹ ਮੈਂ ਤਾਂ ਦੁੱਧ ਪਾਣੀ ਪਾ ਕੇ ਵੀ ਪੂਰਾ ਕਰ ਲੂੰ, ਤੁਸੀਂ ਮਿੱਟੀ ਦੀਆਂ ਟਰਾਲੀਆਂ ਪਾ ਕੇ ਪੂਰੀ ਕਰੋਗੇ ਜ਼ਮੀਨ? ਉਹ ਨਾਲੇ ਤੇਰਾ ਤਾਂ ਪਤਾ ਹੀ ਹੈ ਮੈਨੂੰ, ਜਿਹੜਾ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਹੱਥ ਲਾਉਣ ਨੂੰ ਫਿਰਦਾ ਨਾ ਤੂੰ, ਉਹ ਬਿਜਲੀ ਲਿਸ਼ਕਦੀ ਹੈ, ਚੰਗੀ ਲੱਗਦੀ ਹੈ, ਜਿੱਦੇ ਉੱਤੇ ਡਿੱਗ ਪਈ ਨਾ ਥਾਂ ਹੀ ਝੁਲਸਿਆ ਜਾਏਗਾ। ਹੋਰ ਲੈ ਪੰਗਾ ਇਹਦੇ ਨਾਲ। ਜਾ ਬਾਬਾ ਤੂੰ ਦੁੱਧ ਪਾਇਆ। ਉਹ ਬਾਬਾ ਨੀ, ਚਾਚਾ ਲੱਗਦਾ ਤੇਰਾ, ਯਾਦ ਰੱਖਿਆ ਕਰ। ਲੈ ਲੈ ਸਵਾਦ। ਵੀਰੇ ਕਿਹੜੀਆਂ ਸੋਚਾਂ 'ਚ ਡੁੱਬਾ, ਕੋਈ ਗੱਲਬਾਤ ਸੁਣਾ। ਗੱਲ ਕੀ ਸੁਣਾਵਾਂ ਰਾਣੀ? ਉਹ ਕੁੜੀ ਕੌਣ ਸੀ ਜਿਹੜੀ ਸਾਡੀ ਜੀਪ 'ਚ ਵੱਜੀ ਸੀ? ਤੂੰ ਕੀ ਲੈਣਾ ਉਸ ਕੁੜੀ ਤੋਂ? ਲੈ ਪਤਾ ਕੀ ਕਹਿੰਦੀ, ਅੰਨਾ ਹੋਇਆ ਤੇ ਤੋ ਦੇਖ ਕੇ ਜੀਪ ਨਹੀਂ ਚਲਾ ਹੁੰਦੀ। ਪਰ ਵੀਰੇ ਜੀਪ ਤਾਂ ਜਿੱਤਾ ਵੀਰਾ ਚਲਾ ਰਿਹਾ ਸੀ। ਉਹ ਆਹੀ ਤਾਂ ਮੈਂ ਕਹਿਣਾ, ਜੀਪ ਉਹ ਚਲਾ ਰਿਹਾ ਸੀ, ਗੁੱਸਾ ਮੇਰੇ ਤੇ ਕੱਢ ਗਈ। ਵੀਰੇ ਤੂੰ ਐਵੇਂ ਬੁਝਾਰਤਾਂ ਜਿਹਾ ਨਾ ਪਾ, ਉਹ ਸਿੱਧੀ ਸਾਦੀ ਕੁੜੀ ਹੈ, ਕੋਈ ਉਹੋ ਜਿਹੀ ਕੁੜੀ ਨਹੀਂ ਹੈ। ਉਹ ਸਿੱਧੀ ਸਾਦੀ ਉਹ ਨਹੀਂ, ਸਿੱਧੀ ਸਾਦੀ ਤੂੰ ਹੈ ਜਿਹੜਾ ਤੂੰ ਉਸ ਕੁੜੀ ਬਾਰੇ ਜਾਣਦੀ ਨਹੀਂ। ਚੱਲ ਜੇ ਤੂੰ ਕਹਿਣੀ ਹੈ ਵੀ ਉਹ ਸਿੱਧੀ ਸਾਦੀ ਕੁੜੀ ਹੈ, ਫੇਰ ਮੈਨੂੰ ਪਹਿਲਾਂ ਮਿਲਾ। ਅੱਛਾ ਹਾਂ ਚੱਲ ਫਿਰ ਮਿਲਾਵਾਂ। ਕੁੜੇ ਲਿਆ ਪਾਣੀ ਦਾ ਘੁੱਟ, ਆ ਮੱਛੜਾ ਮੇਰੇ ਮੂੰਹ ਚ ਫਸ ਗਿਆ। ਤਾਈ ਘਰੇ ਹੀ ਹੈ? ਮੇਰੇ ਮੂਹਰੇ ਕੀ ਬੈਠੀ ਹੈ, ਜਾਂ ਪਾਣੀ ਦਾ ਗਲਾਸ ਲਿਆ, ਕੋਈ ਆਇਆ ਦੀਦਾ ਨੀ ਤੈਨੂੰ? ਪੁੱਤ ਦਿਮਾਗ ਮੋਟਾ ਇਹਦਾ, ਬਥੇਰਾ ਸਮਝਾਉਣੀ ਆ, ਭੋਰਾ ਅਸਰ ਨੀ ਹੁੰਦਾ। ਤਾਈ ਇਹ ਮੇਰੇ ਜੀਤੇ ਵੀਰੇ ਦਾ ਦੋਸਤ ਸ਼ਹਿਰੋਂ ਆਇਆ। ਕਿਹੜਾ ਪਿੰਡ ਹੈ? ਚੰਡੀਗੜ੍ਹ ਜੀ। ਚੰਡੀਗੜ੍ਹ ਨੀ? ਕਮਲ ਕਿੱਥੇ ਮਰ ਗਈ, ਚਾਹ ਲਿਆ ਹੁਣ? ਹੈ ਨੀ ਕਿਸੇ ਕੰਮ ਦੀ। ਹੋਰ ਪੁੱਤ ਵਿਆਹ ਕਰਾਉਣ ਆਇਆ? ਹਾਂ ਵਿਆਹ ਵੀ ਜ਼ਰੂਰ ਕਰਾਵਾਂਗੇ ਜੀ, ਜੇ ਕੋਈ ਚੰਗੀ ਕੁੜੀ ਮਿਲੀ ਤਾਂ। ਸੱਚੀ ਗੱਲ ਹੈ? ਨੀ ਫੜ ਲਿਆ ਹੁਣ? ਲੈ ਪੁੱਤ ਚਾਹ ਪੀਓ। ਲੈ ਧੀਏ
ਮਰ ਜਾ ਜਾਣਦਾ ਦਾ ਸਿਰ ਨੀ ਆ ਚਾਹ ਵਿੱਚ ਖੰਡ ਦੀ ਥਾਂ ਤੇ ਲੂਣ ਪਾ ਲਿਆ ਜੀ ਮੈਨੂੰ ਪਤਾ ਨੀ ਲੱਗਿਆ ਖੰਡ ਦੀ ਥਾਂ ਲੂਣ ਪੈ ਗਿਆ ਚਾਹ ਵਿੱਚ ਪਤਾ ਤਾਂ ਤੈਨੂੰ ਤਾਂ ਲੱਗੇ ਜੇ ਤੈਨੂੰ ਸੁਤਾ ਚਾਹ ਚ ਹੋਵੇ ਚੱਲ ਅੰਦਰ ਕਮਲੀ ਨਾ ਹੋਵੇ ਤਾਂ ਬੁੱਝ ਜੀ ਚੰਗਾ ਜੀ ਚੰਗਾ ਤਾਈ ਅਸੀਂ ਚੱਲਦੇ ਹਾਂ ਚੰਗਾ ਪੁੱਤ ਅਕਲ ਮੋਟੀ ਆ ਸੋਰੀ ਜੀ ਮੇਰਾ ਤੁਹਾਡੇ ਘਰੇ ਆਉਣ ਕਰਕੇ ਤੁਹਾਨੂੰ ਝਿੜਕਾਂ ਪੈ ਗਈਆਂ ਤੁਹਾਡੀ ਕੋਈ ਗਲਤੀ ਨਹੀਂ ਹੈ ਜੀ ਇਹ ਤਾਂ ਮੇਰੇ ਨਾਲ ਰੋਜ਼ ਹੀ ਹੁੰਦਾ ਆਂਟੀ ਜੀ ਕਮਲ ਦੇ ਘਰ ਦੇ ਉਹਦੇ ਨਾਲ ਇੰਨਾ ਮਾੜਾ ਵਰਤਾਅ ਕਿਉਂ ਕਰਦੇ ਨੇ ਕਮਲ ਦੀ ਮਾਂ ਨੇ ਮੇਰੇ ਸਾਹਮਣੇ ਉਹਦੇ ਥੱਪੜ ਮਾਰਿਆ ਪੁੱਤ ਲੋਕਾਂ ਨੇ ਆਪਣੇ ਪਿੱਛੇ ਕਈ ਦੀਵਾਰਾਂ ਖੜੀਆਂ ਕੀਤੀਆਂ ਹੋਈਆਂ ਨੇ ਜ਼ਮੀਨ ਤੇ ਪੈਸੇ ਦੇ ਲਾਲਚ ਨੇ ਨਾ ਰਿਸ਼ਤੇ ਖਤਮ ਕਰਤੇ ਮੈਂ ਸਮਝਿਆ ਨਹੀਂ ਮਾਹੀ ਪੁੱਤ ਕਮਲ ਜਦੋਂ ਛੋਟੀ ਹੁੰਦੀ ਸੀ ਨਾ ਇਹਦੇ ਮਾਪਿਆਂ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਬਸ ਉਸ ਦਿਨ ਤੋਂ ਵਿਚਾਰੀ ਦੇ ਪੁੱਠੇ ਦਿਨ ਸ਼ੁਰੂ ਹੋ ਗਏ ਇਹਨਾਂ ਨੇ ਉਹਦੇ ਹੱਥੋਂ ਕਿਤਾਬਾਂ ਖਿੱਚ ਖੋ ਕੇ ਉਹ ਸੁੱਟੀਆਂ ਤੇ ਉਹਦੇ ਹੱਥ 'ਚ ਝਾੜੂ ਫੜਾ ਦਿੱਤਾ ਤੇ ਹੁਣ ਉਹਦੇ ਨਾਂ ਦੇ 40 ਕਿੱਲਿਆਂ ਦੇ ਉੱਤੇ ਗੁਲਸ਼ਰੇ ਅੜਾਉਂਦੇ ਫਿਰਦੇ ਆ ਤਾਂ ਹੀ ਤਾਂ ਵਿਚਾਰੀ ਦਾ ਵਿਆਹ ਨਹੀਂ ਕੀਤਾ ਕਮਲੀ ਕਰਕੇ ਘਰੇ ਬਿਠਾਇਆ ਐਸੀ ਗੱਲ ਤੋਂ ਡਰਦੇ ਆ ਕਿ ਕਿਤੇ ਜ਼ਮੀਨ ਨਾ ਉਹਨਾਂ ਦੇ ਹੱਥੋਂ ਖੁੱਸ ਜੇ ਪਤਾ ਨਹੀਂ ਉਹ ਦਿਨ ਕਦੋਂ ਆਉਣਗੇ ਜਦੋਂ ਵਿਚਾਰੀ ਨੂੰ ਕੋਈ ਨਰਕ ਚੋਂ ਕੱਢੂਗਾ ਸਾਨੂੰ ਤਾਂ ਬਾਹਲੀ ਚਿੰਤਾ ਰਹਿੰਦੀ ਹੈ ਵਿਚਾਰੀ ਦੀ ਰਾਣੀ ਰਾਣੀ ਘਰ ਹੈ ਨੀ ਕੋਈ ਨਹੀਂ ਕਿਉਂ ਤੁਸੀਂ ਚੋਰੀ ਕਰਨੀ ਹੈ ਇਹ ਚੋਰੀ ਚੋਰੀ ਦੇ ਮਾਮਲੇ ਸਾਡੇ ਦਿਲਾਂ ਵਿੱਚ ਨਹੀਂ ਹੁੰਦੇ ਤੇ ਕਿਸੇ ਦੇ ਦਿਲ ਦਾ ਸਾਨੂੰ ਪਤਾ ਨਹੀਂ ਕਮਲ ਮੈਂ ਤੇਰੇ ਨਾਲ ਦਿਲ ਦੀ ਗੱਲ ਕਰਨੀ ਚਾਹੁੰਦਾ ਕਰ ਮੈਨੂੰ ਤੇਰੇ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਮੈਂ ਤੇਰੇ ਦੁੱਖ ਵੰਡਾਉਣਾ ਚਾਹੁੰਦਾ ਤੇਰੇ ਗਮਾਂ 'ਚ ਸ਼ਰੀਕ ਹੋਣਾ ਚਾਹੁੰਦਾ ਇਸ਼ਕ ਦੇ ਪੈਂਡੇ ਬੜੇ ਔਖੇ ਹੁੰਦੇ ਨੇ ਕਿਤੇ ਐ ਨਾ ਹੋਵੇ ਵਿਚਾਲੇ ਸਾਥ ਛੱਡ ਕੇ ਭੱਜ ਜਾਵੇ ਫਿਕਰ ਨਾ ਕਰ ਵਿਚਾਲਿਓ ਸਾਥ ਨਹੀਂ ਛੱਡਦਾ ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਆ ਇੱਕ ਯਾਰੀ ਇੱਕ ਸਰਦਾਰੀ ਸਰਦਾਰੀ ਨਾਲੇ ਕਰੀ ਜਾਊਗਾ ਇਹਨੇ ਮੂੰਹ ਮੇਰਾ ਕੁੜਤਾ ਸੀ ਉਹ ਕਿੱਥੇ ਹੈ ਡੈਡੀ ਜੀ ਉਹ ਤਾਂ ਮੈਂ ਅੰਦਰ ਰੱਖਿਆ ਹੀ ਉਹ ਮੈਂ ਟੋਲਦਾ ਮਰ ਗਿਆ ਝੋਲੇ 'ਚ ਜਾ ਲਿਆ ਦਿਖਾ ਮੈਨੂੰ ਦੇਖ ਕੇ ਭੁੱਖ ਲੈਂਦੀ ਹੈ ਆਹੋ ਉਹ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਜੀ ਕੀ ਗੱਲ ਕਿੱਥੇ ਦੀ ਤਿਆਰੀ ਕਿੱਧਰ ਨੂੰ ਚੱਲੇ ਮੈਂ ਕਿੱਧਰ ਜਾਣਾ ਹੈ ਤੁਸੀਂ ਚੱਲੋ ਤੂੰ ਕੀ ਦੇਖਦਾ ਬਿੱਟਰ ਬਿੱਟਰ ਤੂੰ ਵੀ ਚੱਲ ਸਾਲਿਆ ਉਹ ਚਾਚਾ ਕਮਾਲ ਹੈ ਤੂੰ ਤਾਂ ਜਾਣੀ ਜਾਣਾ ਤੈਨੂੰ ਕਿਵੇਂ ਪਤਾ ਲੱਗਿਆ ਤੇਰਾ ਸਾਲਾ ਹੋਰ ਇਹੀ ਤਾਂ ਤੈਨੂੰ ਅੱਜ ਦੇਖਣਾ ਹੈ ਆਪਦੀ ਭੈਣ ਵਾਸਤੇ ਸੱਚੀ ਹਾਂ ਫਿਰ ਦੇਖਦੇ ਕੀ ਉਹ ਬੈਠੋ ਬੈਠਦੇ ਓਏ ਇੱਥੇ ਕਿਉਂ ਬਹਿ ਗਿਆ ਪਤੰਦਰਾ ਮੈਂ ਤੈਨੂੰ ਬੈਠਣ ਨੂੰ ਕਿਹਾ ਹੈ ਜੰਗਲ ਪਾਣੀ ਜਾਣ ਨੂੰ ਨਹੀਂ ਕਿਹਾ ਇੱਥੇ ਬੈਠ ਇੱਧਰ ਆ ਜਾ ਅੱਛਾ ਜੀ ਨਿੰਮੋ ਚਾਹ ਪਾਣੀ ਲਿਆਈ ਹਾਂਜੀ ਡੈਡੀ ਜੀ
ਸਤਿ ਸ਼੍ਰੀ ਅਕਾਲ ਜੀ। ਇਹ ਐਦਾਂ ਕਿਉਂ ਝਾਂਕਦਾ ਹੈ? ਜਦੋਂ ਕਿਸੇ ਝੋਟੇ ਨੂੰ ਦੇਖ ਲੈਂਦਾ ਜੀ, ਬਸ ਐਂ ਅੱਡੀਆਂ ਰਹਿ ਜਾਂਦੀਆਂ ਜੀ ਇਹਦੀਆਂ। ਇਹਦਾ ਮਤਲਬ ਮੈਂ ਝੋਟਾ ਹੈ? ਨਹੀਂ ਜੀ, ਦਰਅਸਲ ਇਹ ਬਚਪਨ ਦੇ ਵਿੱਚ ਅਸੀਂ ਜਦੋਂ ਇਹਦੇ ਮਗਰ ਝੋਟਾ ਪੈ ਗਿਆ ਸੀਗਾ ਜੀ, ਇਹਦੀਆਂ ਡਰ ਨਾਲ ਅੱਖਾਂ ਅਸੀਂ ਅੱਡੀਆਂ ਰਹਿ ਗਈਆਂ ਜੀ, ਬਸ ਇੱਥੇ ਐਡਜਸਟ ਹੋ ਗਈਆਂ। ਇਹਦੀ ਭੈਣ ਦੀ ਮਗਰ ਤਾਂ ਨਹੀਂ ਕੋਈ ਡੰਗਰ ਪਛਾ ਪਿਆ? ਕਿਤੇ ਉਹਦੀਆਂ ਵੀ ਅੱਖਾਂ ਹੈ ਹੁਣ? ਨਹੀਂ ਜੀ ਨਹੀਂ, ਉਹ ਤਾਂ ਠੀਕ ਹੈ ਜੀ। ਸਿਆਣਿਆਂ ਨੇ ਕਿਹਾ ਕੋਈ ਵੀ ਸ਼ੁਭ ਕੰਮ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਜ਼ਰੂਰੀ ਹੈ। ਇਹ ਕਿਹਨੇ ਕਹਿਤਾ ਜੀ? ਤੁਹਾਡੇ ਘਰ 'ਚ ਲੱਗਦਾ ਤਾਂ ਹੈ ਨਹੀਂ ਸਿਆਣਾ ਕੋਈ। ਮੈਂ ਬਿਨਾਂ ਸਿਆਣਿਆਂ ਤੋਂ ਹੋ ਗਿਆ, ਮੇਰੀ ਬੇਬੇ ਕਹਿੰਦੀ ਹੁੰਦੀ ਸੀ। ਅੱਛਾ, ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਲਓ ਜੀ ਫਿਰ। ਹਾਂਜੀ, ਰੱਬ ਦਾ ਨਾਂ ਲੈਂਦੇ ਆ। ਚਲੋ ਤੁਸੀਂ ਤਾਂ ਰੱਬ ਦਾ ਨਾਂ ਲਓ। ਲੈ ਲਿਆ ਜੀ। ਮੈਂ ਸੋਚਿਆ ਸੀ ਤੁਸੀਂ ਸ਼ੁਰੂ ਕਰੋਗੇ। ਹਾਂਜੀ, ਮੈਂ ਤਾਂ ਲੈ ਲਿਆ ਸੀ। ਚਲੋ ਫਿਰ, ਮੇਰਾ ਵੀ ਹੋ ਗਿਆ। ਹਾਂਜੀ, ਚੱਲ ਬੂਟੇ ਤੂੰ, ਮੈਂ ਆਉਣਾ। ਆ ਹੋਰ ਲੈ ਚੱਕ, ਇਹ ਕਿਹੜਾ ਹਜਮ ਹੋਣਾ ਕਿਸੇ ਦੇ। ਧੀਏ ਤੂੰ ਵੀ ਚੱਲ। ਚਲੋ ਜੀ ਫਿਰ ਤਾਂ ਮੈਂ ਵੀ ਚੱਲਦਾ। ਇੱਕ ਮਿੰਟ, ਇਹ ਆ ਫੜੋ। ਇਹ ਸ਼ਗਨ ਦੇ ਰਿਹਾ ਚਾਚਾ? ਪਹਿਲਾਂ ਤਾਂ ਕਦੇ ਮੰਗੇ ਤੋਂ ਵੀ ਨਹੀਂ ਦਿੰਦਾ। ਇਹ ਸ਼ਗਨ ਨਹੀਂ, ਡਾਕਟਰ ਦੀ ਫੀਸ ਹੈ, ਮੁੰਡੇ ਦਾ ਇਲਾਜ ਕਰਾਓ। ਜੇ ਤਾਂ ਇਹਦੀਆਂ ਅੱਖਾਂ ਠੀਕ ਹੋ ਜਾਣ ਤਾਂ ਠੀਕ ਹੈ, ਨਹੀਂ ਕਢਾਈ ਛੱਡੋ। ਐ ਘੂਰਦਾ ਮੇਰੇ ਅੰਨੀ ਬਈ, ਜਿਵੇਂ ਮੈਂ ਇਹਦੀ ਭੈਣ ਨਾਲ ਵਿਆਹ ਨਹੀਂ ਕਰਾਉਣਾ, ਉਹਨੂੰ ਕੱਟ ਕੇ ਲਿਜਾਣਾ। ਠੀਕ ਹੈ ਜੀ, ਕਰਾ ਲਿਓ ਇਲਾਜ। ਹਾਂਜੀ, ਬਸ ਸਿੱਧਾ ਹਸਪਤਾਲ ਹੀ ਲੈ ਕੇ ਜਾਊਂਗਾ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਖੜ ਜਾ, ਪੈਰਾਂ ਥੱਲੇ ਅੱਗ ਬੱਚੀ ਆ, ਆਉਣੀ ਆ। ਤੂੰ ਇੱਥੇ ਕੀ ਕਰਦਾ? ਚੱਲ ਪਿੱਛੇ। ਲੈ ਤੂੰ ਬਹਿ ਜਾ ਮੂਹਰੇ, ਕਮਲਾ ਨਾ ਹੋਵੇ ਤਾਂ। ਚੱਲ ਪਿੱਛੇ। ਜਿੰਨਾ ਖਰਚਾ ਏ ਤੇਰੇ ਪਰਿਵਾਰ ਦਾ, ਨੀ ਉਨੀ ਫੀਮ ਨਾ ਜੱਟਾਂ ਦਾ ਪੁੱਤ ਸਾਰਦਾ। ਕਿਵੇਂ ਆ, ਬੜਾ ਲਿਸ਼ਕਾਈ ਜਾਂਦਾ, ਇਹਨੂੰ ਕਿੱਧਰ ਨੂੰ ਜਾਣਾ ਅੱਜ? ਉਹ ਤੇਰੇ ਲਈ ਲਿਸ਼ਕਾਈ ਜਾਂਦਾ, ਤੂੰ ਮੋਟਰ ਚਲਾਉਣ ਨਹੀਂ ਜਾਣਾ? ਉਹ ਨਹੀਂ ਨਹੀਂ ਭਰਾਵਾ, ਅੱਜ ਤਾਂ ਐਤਵਾਰ ਹੈ। ਉਹ ਲੈ, ਮੈਂ ਤਾਂ ਭੁੱਲ ਹੀ ਗਿਆ ਵੀ ਅੱਜ ਐਤਵਾਰ ਹੈ, ਫਿਰ ਤਾਂ ਬਿਜਲੀ ਦੀ ਛੁੱਟੀ ਆ। ਤੈਨੂੰ ਸਮਝ ਹੀ ਨਹੀਂ, ਉਹ ਬਿਜਲੀ ਦੀ ਕਾਹਨੂੰ ਛੁੱਟੀ ਹੈ, ਅੱਜ ਬਿਜਲੀ ਵਾਲਿਆਂ ਦੀ ਛੁੱਟੀ ਹੈ। ਚੱਲ ਫਿਰ, ਇਹ ਵੀ ਚੰਗੀ ਗੱਲ ਹੈ, ਬਿਜਲੀ ਇੱਕ ਦਿਨ ਤਾਂ ਆਰਾਮ ਕਰ ਲੈਂਦੀ ਹੈ, ਇੱਥੋਂ ਹੋਣਾ ਕਿਹੜਾ ਸੌਖਾ ਕੰਮ ਹੈ। ਤੂੰ ਮੇਰੀ ਬਿਜਲੀ ਦੀ ਛੱਡ, ਅੱਜ ਲੱਖੇ ਹਰੀ ਗਏ ਹੋਏ ਆ, ਤੇ ਤੂੰ ਜਾ ਕੇ ਕਮਲ ਨੂੰ ਮਿਲਾ। ਆ ਫੜ, ਲਿਆ ਫੜਾ, ਮੈਂ ਜਾਣਾ। ਆਹ ਲਾ ਗਿਆ ਮੈਨੂੰ ਪੰਗੇ। ਕਮਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਆਉਣੇ ਹੋਏ? ਬੈਠੋ, ਤੁਹਾਡੇ ਨਾਲ ਗੱਲ ਕਰਨਾ ਹੈ, ਤੁਸੀਂ ਬੈਠੋ। ਤੁਸੀਂ ਬੈਠੋ, ਮੈਂ ਚਾਹ ਬਣਾ ਕੇ ਲਿਆਉਣੀ ਆ। ਹੋ ਨਾ ਨਾ ਜੀ, ਮੈਂ ਨੂਨ ਵਾਲੀ ਚਾਹ ਨਹੀਂ ਪੀਣੀ। ਹੋ, ਤੁਸੀਂ ਤਾਂ ਉਸ ਦਿਨ ਕੁਝ ਵੀ ਨਹੀਂ ਬੋਲੇ, ਚੁੱਪ ਕਰਕੇ ਚਾਹ ਪੀ ਗਏ। ਤੁਹਾਡੇ ਹੱਥੋਂ ਨੂਨ ਤਾਂ ਕੀ, ਮੈਂ ਜ਼ਹਿਰ ਵੀ ਪੀ ਲਾਂ।
जे जहर पीन दी गल आई ना ते पिछे मैं भी नहीं रुकांगी। कमल इस तरह चोरी छुपे तेरे घरे आके मिलना मैनू चंगा नहीं लगता। लोग गल्ला मना देणगे। आपां किते बाहर मिलीए। ऐ कर दिया कंधा तो मेरे लिए जेल वर्गिया ने। इन्हां नू टपना मेरे लिए बहुत औखा है। चंगा फिर डुबी रहे से नरक च। कमल तू जिंदगी दी खुशी नू एवी हथों ना जान दे। बाहर जाके ओनू मिल। कुछ नहीं होएगा। ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਹਾਂ ਇੱਕ ਦਿਨ ਫਤਿਹ ਮੈਂ ਕਰ ਲੈਣੀ ਉਹਦੇ ਸ਼ਿਕੇ ਵਾਲੀ ਛੋਣੀ ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਹੋ ਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਲੱਗਦਾ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ ਉਹਦੇ ਵੱਲ ਨੂੰ ਖਿੱਚਦੀ ਆ ਸੋਂ ਰੱਬ ਦੀ ਜਾਣੀ ਡੋਰ ਕੋਈ ਤੁਰਦੀ ਏ ਤਾਂ ਇੰਜ ਲੱਗਦਾ ਜਿਵੇਂ ਪਹਿਲਾਂ ਪਾਉਂਦਾ ਮੋਰ ਕੋਈ ਉਹਦੇ ਵੱਲ ਨੂੰ ਖਿੱਚਦੀ ਆ ਸੋਂ ਰੱਬ ਦੀ ਜਾਣੀ ਡੋਰ ਕੋਈ ਉਹ ਪਰੀ ਹੈ ਲੱਗੀ ਅੰਬਰ 'ਚ ਮੈਂ ਤੁਣਕਿਆਂ ਦੇ ਨਾਲ ਲਾਉਣੀ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਹੋ ਦੇ ਕੂਲਿਆਂ ਕੂਲਿਆਂ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਸਕਦੇ ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ ਕੱਕੇ ਕੱਕੇ ਵਾਲੇ ਉਹਦੇ ਸੂਰਜ ਨੂੰ ਛਾਵਾਂ ਕਰ ਸਕਦੇ ਉਹਦੇ ਨਖਰੇ ਤੀਰੋਂ ਤਿੱਖੇ ਤੋਂ ਡਾਢੇ ਡਰ ਸਕਦੇ ਕਿਸਮਤ ਦੇਸੀ ਜੱਟ ਨੇ ਵੀ ਐਸੇ ਤੇ ਅਜ਼ਮਾਉਣੀ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਉਹਦੇ ਕੂਲੇ ਕੂਲੇ ਪੈਰਾਂ 'ਚ ਫੁੱਲਾਂ ਦੀ ਝਾਂਜਰ ਪਾਉਣੀ ਆ ਭੋਲੀ ਸੂਰਤ ਵੱਧ ਨਿਆਣਿਆਂ ਤੋਂ ਜੀ ਦੇ ਮਿੱਠੇ ਬੋਲ ਮਖਾਣਿਆਂ ਤੋਂ ਇੱਧਰ
चलिए। ऐता लखी वीरे दे आदमी ने। फिर क्यों गया? तू फिक्र ना कर। मैं कहा ना फिक्र ना कर, तू जा। ਲੱਖੇ ਦੀ ਘਰ ਦੀ ਇੱਜ਼ਤ ਨਾਲ ਖੇਡਣਾ ਤੈਨੂੰ ਬਹੁਤ ਮਹਿੰਗਾ ਪਊਗਾ ਓਏ। ਹੁਣ ਉਹ ਲੱਖੇ ਦੀ ਇੱਜ਼ਤ ਨਹੀਂ, ਮੇਰੀ ਵੀ ਇੱਜ਼ਤ ਹੈ। ਕਮਲ ਕਿੱਧਰ ਗਈ? ਮਾਹੀ ਯਾਰ ਮੈਨੂੰ ਲੱਗਦਾ ਉਹ ਘਰ ਨੂੰ ਚਲੀ ਗਈ ਆ। ਨਾ ਕਿੱਥੇ ਧੱਕੇ ਖਾਂਦੀ ਫਿਰਦੀ ਆ, ਕੋਈ ਸ਼ਰਮ ਹਜਾ ਆਈ ਨਹੀਂ ਤੈਨੂੰ? ਫਾਹਾ ਬਟੋਏ ਦਾ ਫਾਹਾ, ਦੁਖੀ ਕਰਿਆ ਪਏ ਨੇ। ਦੇਖ ਗਲੀਆਂ 'ਚ ਨੱਕ ਬਣਾ ਕੇ ਰੱਖਤਾ ਸਾਡਾ, ਗਲੀਆਂ 'ਚ ਇੱਜ਼ਤ ਤੋੜਤੀ। ਇਹ ਸੁਧਰਦੀ ਨਹੀਂ ਹੈ, ਕਿੰਨਾ ਮਰਜ਼ੀ ਸਮਝਾ ਲੈ ਇਹਨੂੰ। ਦੇਖ ਹੁਣ ਕਿਵੇਂ ਡੁਸਕੇ ਮਾਰਦੀ ਹੈ। ਮਾਰ ਚਾਰ ਦੇ, ਹੋਰ ਬੜੀ ਚਮਲਾਈ ਹੈ। ਦੱਸਾਂ ਤੈਨੂੰ ਪਤਾ ਕੀ ਹੈ, ਮੈਂ ਪਤਾ ਮਾਰੇ ਦੇ ਗੋਲੀ, ਗਲੀਆਂ 'ਚ ਇੱਜ਼ਤ ਤੋੜ ਕੇ ਰੱਖਦੀ ਨੇ। ਹਾਂ ਬਈ, ਕੀ ਚਾਹੀਦਾ ਤੈਨੂੰ? ਕਿਉਂ ਰਾਹ ਰੋਕਿਆ ਸਾਡਾ? ਹੋਰ ਮੈਂ ਤੁਹਾਡੇ ਗਲਾਂ 'ਚ ਹਾਰ ਪਾਵਾਂ? ਆ ਜਿਹੜਾ ਬੈਠਾ ਨਾ ਤੇਰੇ ਨਾਲ ਟੈਟ ਜੀਨ, ਇਹਨੂੰ ਸਮਝਾ ਕੇ ਰੱਖ। ਮੇਰੇ ਘਰ ਦੀ ਇੱਜ਼ਤ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਇਹਨੇ। ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਬਾਈ, ਜਾ ਕੇ ਆਪਣੀ ਭੈਣ ਨੂੰ ਪੁੱਛ ਗੱਲ ਕੀ ਆ। ਉਹ ਤਾਂ ਭੋਲਾ ਪੰਛੀ ਹੈ, ਉਹਨੂੰ ਕੀ ਪਤਾ ਦੁਨੀਆ ਕਿੱਥੇ ਵੱਸਦੀ ਹੈ। ਤੁਸੀਂ ਸਿਧਰੀ ਬਣਾ ਰੱਖਿਆ ਉਹਨੂੰ ਪੈਸੇ ਦੇ ਲਾਲਚ, ਕਿ ਉਹਦਾ ਹਿੱਸਾ ਸਾਰਾ ਖਾ ਲਓ। ਤੂੰ ਵੱਡਾ ਸਿਆਣਾ ਹੈ, ਤੇਰੇ ਜਿਹੇ ਨਾ ਘਰ ਘੱਟ ਤਾਂ ਦੂਰ ਪਿੰਡ ਜੋਗੇ ਵੀ ਨਹੀਂ ਰਹਿੰਦੇ। ਜੇ ਤੇਰੀ ਭੈਣ ਇਲਜ਼ਾਮ ਸਾਬਤ ਕਰਦੇ ਨਾ, ਆਪਣੀ ਧੌਣ ਲਹਾ ਦੂੰ।
ਤੂੰ ਨਾ ਆਪਣੀਆਂ ਕਰਤੂਤਾਂ ਤੋਂ ਬਾਜ ਆ ਜਾ, ਨਹੀਂ ਤਾਂ ਬੱਲਿਆ ਛਾਤੀ ਚ ਇੰਨਾ ਪਿੱਤਲ ਭਰੂੰਗਾ ਨਾ ਸਾਰੀ ਜ਼ਿੰਦਗੀ ਕਲੀ ਕਰਾਉਂਦਾ ਫਿਰੇਂਗਾ। ਇਹ ਤਾਂ ਵਕਤ ਹੀ ਦੱਸੂ ਕੌਣ ਕਿੰਨੇ ਪਾਣੀ ਚ ਹੈ। ਪਾਣੀ ਪਾਣੀ ਦਾ ਤਾਂ ਮੈਥੋਂ ਵੱਧ ਤੈਨੂੰ ਪਤਾ ਕੌਣ ਕਿੰਨੇ ਕੁ ਪਾਣੀ ਚ ਹੈ। ਉਹ ਗੋਲੂ ਚੱਲੋ, ਅੱਜ ਮੇਰੇ ਹੱਥੋਂ ਕੋਈ ਮਰਮਰਾ ਨਾ ਜਾਵੇ। ਡੈਡੀ ਜੀ ਆ ਮੁੱਦਾ ਮਾਰਿਆ, ਮੇਰੇ ਲਈ ਇੱਕ ਪੈਗ ਬਣਾਓ, ਕਰੋ ਕੋਈ ਮੇਰੇ ਵਾਲਾ ਪੱਕਾ ਇਲਾਜ। ਚੱਲ ਸਾਲਾ ਵਿੰਗਾ ਜਿਹਾ ਕਰਦਾ ਕੀ ਆ, ਇਹਦੇ ਲਈ ਪੈਗ ਬਣਾਓ ਇੱਕ, ਕਰਦਾ ਤੇਰਾ ਮੈਂ ਪੱਕਾ ਇਲਾਜ। ਚੱਲ ਭਾਜਾ। ਜੇ ਗੱਲ ਆ ਨਾ ਜਿਹੜੀ ਤੂੜੀ ਚ ਦੱਬੀ ਹੈ ਨਾ ਉਹ ਕੱਢ ਕੇ ਪੀਊ, ਉਹ ਤਾਂ ਤਾਂ ਮੇਰਾ ਵਿਆਹ ਨਹੀਂ ਹੁੰਦਾ। ਚਾਹ ਦਫਾ ਉਹ ਦੁਖੀ ਕਰ ਮਾਰਿਆ ਸਾਲੇ ਨੇ, ਵਿਆਹ ਨਹੀਂ ਹੁੰਦਾ ਇਹਦਾ। ਨਜ਼ਰਾ ਅੱਜ ਦਿਨ ਹੀ ਸ਼ੁਰੂ ਹੋ ਗਿਆ। ਬੈਠ ਤਾਂ ਸਹੀ, ਲੱਖਿਆ ਪੈਗ ਲਾਉਣ ਦਾ ਕੋਈ ਟਾਈਮ ਨਹੀਂ ਹੁੰਦਾ, ਜਦੋਂ ਮੂਡ ਕਰੇ ਲਾ ਲਓ। ਹੋਰ ਸੁਣਾ ਲੱਖਿਆ, ਅੱਜ ਨਾਜਰ ਸਿੰਘ ਦੇ ਘਰ ਕਿਵੇਂ ਆਉਣਾ ਹੋਇਆ? ਹੋਣਾ ਕੀ ਆ ਨਾਜਰਾ, ਦਿਮਾਗ ਖਰਾਬ ਹੋਇਆ ਪਿਆ, ਇਉਂ ਲੱਗਦਾ ਜਿਵੇਂ ਹਿਜੜੇ ਵਾਂਗੂ ਹੱਥ ਬੰਨੀ ਬੈਠੇ ਆ। ਘਬਰਾਣਾ, ਆ ਲੈ ਪੈਗ ਲਾ ਪਹਿਲਾਂ, ਦੱਸ ਗੱਲ ਕੀ ਹੋਈ ਆ। ਗੱਲ ਕੁਛ ਨਹੀਂ, ਇੱਕ ਛੋਕਰਾ ਮੱਛਰਿਆ ਫਿਰਦਾ, ਤੰਗ ਕੀਤਾ ਪਿਆ ਆਪਣੀ ਕੁੜੀ ਨੂੰ, ਜੀ ਤਾਂ ਕਰਦਾ ਮਾਰ ਕੇ ਉਹਦੇ ਮੱਥੇ 'ਚ ਗੋਲੀ ਨਾ ਸਾਲੇ ਦੀ ਲਾਸ਼ ਚੁਰਾਹੇ 'ਚ ਟੰਗਦਾ। ਬਸ ਕੁੜੀ ਦੀ ਬਦਨਾਮੀ ਖੁਣੋ ਦੜ ਵੱਟੀ ਬੈਠਾ। ਨੋ, ਇਹੋ ਜਿਹਾ ਕੰਮ ਨਹੀਂ ਕਰਨਾ, ਕਾਨੂੰਨ ਆਪਣੇ ਹੱਥ 'ਚ ਨਹੀਂ ਲੈਣਾ। ਜਿਹੜੇ ਬੰਦੇ ਕਾਨੂੰਨ ਆਪਦੇ ਹੱਥ 'ਚ ਲੈਂਦੇ ਆ ਨਾ ਉਹ ਅਕਸਰ ਹੀ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਹੁੰਦੇ ਆ। ਫਿਰ ਡਿਪਟੀ ਸਾਹਿਬ, ਫਿਰ ਤੁਸੀਂ ਕਰੋ ਕੋਈ ਹੱਲ, ਫਿਰ ਤੁਹਾਨੂੰ ਐਵੇਂ ਦਾਰੂ ਪਿਆਈ ਦੀ ਹੈ। ਉਹ ਇਹੋ ਜਿਹੇ ਫੁਕਰੇ ਬੰਦੇ ਨੂੰ ਜੇ ਨੱਥ ਪਾਉਣੀ ਹੋਵੇ ਨਾ ਤੁਸੀਂ ਉਸੇ ਥਾਣੇਦਾਰ ਨੂੰ ਮਿਲੋ ਜਾ ਕੇ, ਡਰਾਮਾ ਕਰੋ। ਸਤਿ ਸ਼੍ਰੀ ਅਕਾਲ ਜੀ, ਆਓ ਬੈਠੋ। ਹਾਂਜੀ ਦੱਸੋ ਕਿਵੇਂ ਆਏ? ਦੱਸੋ ਦੱਸੋ। ਇੰਸਪੈਕਟਰ ਸਾਹਿਬ, ਸਾਡੇ ਪਿੰਡ ਇੱਕ ਮੁੰਡਾ ਆਇਆ ਭਜਨ ਸਿੰਘ ਦੇ ਘਰ, ਉਹ ਸਾਡੀ ਕੁੜੀ ਨੂੰ ਬਹੁਤ ਤੰਗ ਕਰਦਾ। ਕੀ ਦੱਸੀਏ ਜੀ, ਅਸੀਂ ਤਾਂ ਬਾਹਲੇ ਹੀ ਦੁਖੀ ਆ, ਪੁੱਛੋ ਕੁਛ ਨਾ। ਦੁਖੀ ਕੀਤਾ ਪਿਆ ਸਾਨੂੰ ਤਾਂ, ਸਾਡੇ ਹੁੰਦੇ ਆ ਪਰੇਸ਼ਾਨੀ ਕਾਹਦੀ, ਤੁਸੀਂ ਬੇਫਿਕਰ ਰਵੋ। ਇਹ ਆਸ਼ਕੀ ਦੇ ਭੂਤ ਤਾਂ ਅਸੀਂ ਨਾ ਬਗੈਰ ਤਾਗੇ ਤਵੀਤ ਤੋਂ ਹੀ ਲਾ ਦਿੰਦੇ ਹਾਂ। ਹਾਂ ਬੇਫਿਕਰ ਰਹੋ, ਬੇਫਿਕਰ ਜਿਉਂਦਾ ਰਹੇ ਥਾਣੇਦਾਰ ਵੀਰਾ। ਇੱਜ਼ਤ ਲੱਖੀ ਨਾ ਹਜ਼ਾਰੀ ਜੀ, ਸਾਡੇ ਨੱਕ 'ਚ ਦਮ ਹੀ ਨਹੀਂ ਕਰਿਆ, ਸਗੋਂ ਸਾਡੇ ਤਾਂ ਵੀਰਾ ਨੱਕ ਬੰਦ ਕਰੇ ਪਏ ਆ, ਅਤੇ ਬੰਦ ਨੱਕ ਹੁਣ ਤੁਸੀਂ ਹੀ ਖੋਲ੍ਹਣੇ ਹੋ ਜੀ। ਤੁਸੀਂ ਫਿਕਰ ਨਾ ਕਰੋ ਜੀ, ਤੁਹਾਡੇ ਨਾਲ ਪੂਰਾ ਇਨਸਾਫ ਹੋਊਗਾ, ਅਸੀਂ ਇੱਥੇ ਇਨਸਾਫ ਕਰਨ ਵੀ ਬੈਠੇ ਹਾਂ। ਠੀਕ ਆ, ਜਾਓ ਮੁਨਸ਼ੀ ਨੂੰ ਰਿਪੋਰਟ ਲਿਖਾ ਦਿਓ। ਧੰਨਵਾਦ ਜੀ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਕਿਉਂ
ਡਾਕਟਰ ਨੇ ਮੇਰੀ ਸਾਈਕਲ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਣੀਆਂ। ਨਾਲੇ ਕਾਹਦਾ ਡਾਕਟਰ ਹੈ, ਉਹ ਇਹਨੂੰ ਕਹਿ ਇਹ ਗਲੂਕੋਸ ਲਵਾਵੇ, ਮਾੜਾ ਮੋਟਾ ਰੰਗ ਨਿਖਰੇ ਇਹਦਾ। ਨਹੀਂ ਜੀ, ਡਾਕਟਰ ਸਾਹਿਬ ਨੇ ਤੁਹਾਡੇ ਰਿਸ਼ਤੇ ਬਾਰੇ ਗੱਲ ਕਰਨੀ ਹੈ ਜੀ। ਮੇਰੇ ਰਿਸ਼ਤੇ ਬਾਰੇ? ਹਾਂਜੀ। ਹੈ ਸੱਚੀ? ਆਜੋ ਫਿਰ ਬਹਿ ਜਾਓ, ਫਿਰ ਤਾਂ ਪੜ੍ਹੇ ਲਿਖੇ ਖਾਨਦਾਨ ਦੀ ਕੁੜੀ ਹੈ। ਬੈਠੋ ਡਾਕਟਰ ਸਾਹਿਬ, ਬੈਠੋ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਖਾਨਦਾਨ ਕਿਹੋ ਜਿਹਾ ਹੈ ਉਹਨਾਂ ਦਾ? ਬਹੁਤ ਚੰਗੀ ਨਸਲ ਦੀ ਹੈ ਜੀ। ਮਤਲਬ ਚੰਗੇ ਘਰੋਂ ਹੈ ਜੀ, ਖਾਂਦੇ ਪੀਂਦੇ ਘਰ ਦੀ ਹੈ। ਇਹ ਤਾਂ ਬਹੁਤ ਵਧੀਆ ਗੱਲ। ਹਾਂਜੀ। ਰੰਗ ਕਿਹੋ ਜਿਹਾ ਹੈ? ਭੂਰੇ ਰੰਗ ਦੀ ਹੈ ਜੀ। ਭੂਰੇ? ਅੱਛਾ, ਫਿਰ ਤਾਂ ਬੇਮਾ ਵਰਗੀ ਲੱਗਦੀ ਹੋਣੀ ਹੈ। ਹਾਂਜੀ, ਅੰਗਰੇਜ਼ੀ ਵੀ ਬੋਲਦੀ ਹੈ। ਅੰਗਰੇਜ਼ੀ? ਚਲੋ ਮਾੜਾ ਮੋਟਾ ਤਾਂ ਮੈਂ ਵੀ ਸਮਝ ਜਾਂਦਾ ਹਾਂ ਅੰਗਰੇਜ਼ੀ। ਇੱਕ ਗੱਲ ਤਾਂ ਦੱਸੋ ਡਾਕਟਰ ਸਾਹਿਬ, ਸਵਾ ਕਿਹੋ ਜਿਹਾ ਹੈ ਉਹਨਾਂ ਦਾ? ਬਸ ਸਿੰਘਾਂ ਦੇ ਚੱਕ ਲੈਂਦੀ ਹੈ ਜੀ। ਮਤਲਬ ਉਪਰੇ ਬੰਦੇ ਨੂੰ ਨਿੱਕਰੇ ਬਣ ਦਿੰਦੀ ਜੀ, ਚਾਰੇ ਪੈਰ ਚੱਕ ਕੇ ਪੈ ਜਾਂਦੇ ਵੀ ਤੂੰ ਬੜਿਆ ਕਿਵੇਂ ਇੱਥੇ। ਹਾਂਜੀ, ਉਪਰਾ ਕੋਈ ਵੀ ਬੰਦਾ ਹੋਵੇ, ਮੈਨੂੰ ਇਹੀ ਜੀ ਚਾਹੀਦੀ ਹੈ। ਮੇਰਾ ਨਾ ਸਵਾਦ ਥੋੜਾ ਠੰਡਾ ਮਿੱਠਾ ਜਾਏ, ਸਾਰੇ ਪਿੰਡ ਦੇ ਮੁੰਡੇ ਮੇਰਾ ਮਜ਼ਾਕ ਉਡਾਉਂਦੇ ਆ। ਇੱਕ ਗੱਲ ਤਾਂ ਦੱਸਿਓ ਡਾਕਟਰ ਸਾਹਿਬ, ਉਮਰ ਕਿਹੀ ਜੀ ਹੈ ਉਹਨਾਂ ਦੀ? ਬਸ ਉਮਰ ਕਿਹੜੀ ਹੈ ਜੀ, ਪਹਿਲੇ ਸੂਏ ਤਾਂ ਹੈ। ਬਸ ਉਹ ਜਿਹੜਾ ਪਹਿਲਾਂ ਹੀ ਸੂਆ ਲੱਗਦਾ ਹੁੰਦਾ ਜੀ, ਇੱਥੇ ਬਚਪਨ ਦੇ ਵਿੱਚ ਲੋਦੇ ਵਾਲਾ, ਉਹੀ ਲੱਗਿਆ ਜੀ, ਮੁੜ ਕੇ ਮਾਂ ਦੀ ਧੀ ਬਿਮਾਰ ਹੀ ਨਹੀਂ ਹੋਈ। ਜਮਾ ਮੇਰੇ ਤੇ ਗਈ ਹੈ, ਮੇਰੇ ਵੀ ਬਸ ਇੱਕੋ ਸੂਆ ਲੱਗਿਆ ਸੀਗਾ ਇੱਥੇ, ਮੈਂ ਵੀ ਮੁੜ ਕੇ ਕਦੇ ਬਿਮਾਰ ਨਹੀਂ ਪਿਆ। ਹਾਂਜੀ, ਤੁਹਾਡੇ ਤਾਂ ਬੋਰੀਆਂ ਸਿਆਉਣ ਵਾਲਾ ਲੱਗਿਆ ਸੀ ਨਾ। ਡਾਕਟਰ ਸਾਹਿਬ, ਨੈਣ ਨਕਸ਼ ਕਿਹੋ ਜਿਹੇ ਆ ਉਹਨਾਂ ਦੇ? ਅੱਡੀ ਮੋਟੀ ਅੱਖ ਆ ਜੀ। ਅੱਖ ਛੋਟੀ ਕਰ ਲੈ। ਐਡੀ ਹੈ ਜੀ? ਐਡੀ ਅੱਖ ਤਾਂ ਮੱਝ ਦੀ ਹੁੰਦੀ ਹੈ, ਤੇ ਅਸੀਂ ਮੱਝ ਦੀ ਗੱਲ ਹੀ ਕਰਦੇ ਹਾਂ ਜੀ। ਖੜ ਜਾ ਤੇਰੀ। ਹੁਣ ਅਸੀਂ ਡੰਗਰਾਂ ਜੋਗੇ ਰਹਿ ਗਏ। ਭੱਜ ਨਾ ਜਾਵੇ ਉਹ, ਧਿਆਨ ਰੱਖਿਓ। ਅੱਛਾ, ਆਪੇ ਗੱਲ ਕਰਾਂਗਾ। ਭੱਜਣ ਸਿਆ ਘਰ ਹੀ ਹੈ। ਹਾਂਜੀ ਹਾਂਜੀ, ਆ ਜਾਓ ਥਾਣੇਦਾਰ ਸਾਹਿਬ। ਅੱਜ ਭੱਜਣ ਸਿੰਘ ਦੇ ਵਿਹੜੇ ਕਿੱਦਾਂ ਆਉਣਾ ਹੋਇਆ? ਆ ਜਿਹੜਾ ਮੁੰਡਾ ਤੇਰੇ ਘਰੇ ਰਹਿੰਦਾ, ਉਹਦਾ ਨਾਂ ਮਾਹੀ ਹੈ ਨਾ ਜੀ? ਨਾਂ ਤੇ ਉਹਦਾ ਮਾਹੀ ਹੈ, ਕਿਉਂ ਕੀ ਗੁਨਾਹ ਕਰਤਾ ਉਹਨੇ? ਭੋਲੀ ਭਾਲੀ ਕੁੜੀ ਨੂੰ ਵਰਗਲਾਉਣ ਦਾ ਦੋਸ਼ ਹੈ ਇਹਦੇ ਤੇ। ਇਹ ਝੂਠ ਹੈ, ਤੁਹਾਨੂੰ ਕੋਈ ਗਲਤ ਫਹਿਮੀ ਹੋਈ ਹੈ। ਜਿੱਤੇ, ਆਪਾਂ ਨੂੰ ਡਰ ਕਿਹੜੀ ਗੱਲ ਦਾ? ਆਪਾਂ ਕਿਹੜਾ ਕੋਈ ਗੁਨਾਹ ਕੀਤਾ? ਥਾਣੇਦਾਰ ਸਾਹਿਬ, ਸੱਚ ਤੇ ਝੂਠ ਦਾ ਨਤਾਰਾ ਤਾਂ ਹੋ ਹੀ ਜਾਣਾ ਹੈ, ਇਹ ਪਤਾ ਹੈ ਮੈਨੂੰ ਤਾਰ ਕਿੱਥੋਂ ਹਿੱਲੀ ਹੈ। ਚੱਲ ਬਈ, ਬੈਠ ਗੱਡੀ 'ਚ। ਚੱਲ ਬਈ ਚੱਲ। ਥਾਣੇਦਾਰ ਸਾਹਿਬ, ਫਿਰ ਗੱਲ ਕਰਾਂਗੇ ਜੀ। ਚੱਲ ਬਈ। Thank you.
ਸੱਚੇ ਪਾਤਸ਼ਾਹ ਮਾਹੀ ਹੀ ਤਾਂ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਉਹਦੇ ਤੇ ਮਿਹਰ ਭਰਿਆ ਹੱਥ ਰੱਖੀ। ਕਿਵੇਂ ਆਸ਼ਕਾ, ਕੀ ਕਹਿੰਦੀ ਤੇਰੀ ਆਸ਼ਕੀ? ਪਤਾ ਲੱਗਾ ਤੂੰ ਮਾਸੂਮ ਜੀ ਕੁੜੀ ਨੂੰ ਆਪਣੇ ਪਿਆਰ ਦੇ ਜਾਲ 'ਚ ਫਸਾ ਕੇ ਤੁਰਿਆ ਫਿਰਦਾ। ਜਿਹੜੇ ਇਲਜ਼ਾਮ ਮੇਰੇ 'ਤੇ ਲੱਗੇ ਨੇ ਨਾ ਸਾਰੇ ਗਲਤ ਨੇ। ਨਾ ਤਾਂ ਮੈਂ ਕਿਸੇ ਨੂੰ ਵਰਗਲਾਇਆ ਨਾ ਤੰਗ ਕੀਤਾ। ਵੇਖ ਲਾ, ਮੈਂ ਤਾਂ ਵੱਡੇ ਵੱਡਿਆਂ ਦੇ ਮੂੰਹ ਖੁਲਵਾਤੇ। ਗੁਰਜੱਟ ਸਿੰਘ ਜੀ ਸਰ, ਤੂੰ ਚੱਲ, ਮੈਂ ਗੱਲ ਕਰਦਾ। ਠੀਕ ਹੈ ਸਰ। ਹਾਂ ਬਾਈ, ਤੇਰੇ ਖਿਲਾਫ ਕੁੜੀ ਦੇ ਮਾਂ ਪਿਓ ਨੇ ਰਿਪੋਰਟ ਲਿਖਾਈ ਆ ਕਿ ਤੂੰ ਉਹਨਾਂ ਦੀ ਕੁੜੀ ਨੂੰ ਨਜਾਇਜ਼ ਤੰਗ ਕਰਦਾ। ਨਹੀਂ ਸਰ, ਸੱਚ ਕਰਕੇ ਜਾਣਿਓ ਜੀ, ਅਸਲੀਅਤ ਹੀ ਕੁਛ ਹੋਰ ਹੈ। ਅਸਲੀਅਤ ਕੁਛ ਹੋਰ ਆ? ਚੱਲ ਤੂੰ ਦੱਸ ਸਾਰੀ ਗੱਲ ਕੀ ਆ। ਸਰ, ਮੈਂ ਉਸ ਕੁੜੀ ਨੂੰ ਪਿਆਰ ਕਰਦਾ ਅਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ। ਉਹਦੇ ਕੁੜੀ ਦੇ ਘਰ ਦੇ ਰੋਕਦੇ ਆ ਉਹਨੂੰ, ਕਿਉਂਕਿ ਕੁੜੀ ਦੇ ਨਾਂ 'ਤੇ ਜ਼ਮੀਨ ਆ। ਉਹਨਾਂ ਨੂੰ ਡਰ ਹੈ ਕਿ ਕੁੜੀ ਦੇ ਨਾਲ ਜ਼ਮੀਨ ਵੀ ਚਲੀ ਜਾਊਗੀ, ਕਿਉਂਕਿ ਕੁੜੀ ਲਵਾਰਿਸ ਹੈ ਜੀ। ਮੈਨੂੰ ਤੇਰੀ ਗੱਲ ਕੁਝ ਸੱਚੀ ਲੱਗਦੀ ਆ, ਪਰ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਾ। ਤੂੰ ਉਸ ਕੁੜੀ ਨਾਲ ਵਿਆਹ ਕਰਾਈ, ਜੇ ਉਸਨੂੰ ਧੋਖਾ ਦਿੱਤਾ ਜਾਂ ਛੱਡ ਕੇ ਗਿਆ ਤਾਂ ਮੈਂ ਤੈਨੂੰ ਫੜ ਕੇ ਇਹਨਾਂ ਸਲਾਕਾਂ ਪਿੱਛੇ ਮੈਂ ਕਰੂੰਗਾ। ਸਰ, ਤੁਹਾਡੇ ਵਰਗੀ ਸੋਚ ਦੇ ਮਾਲਕ ਬਹੁਤ ਘੱਟ ਇਨਸਾਨ ਹੁੰਦੇ ਆ ਜੀ। ਮੈਂ ਤੁਹਾਡੀ ਸੋਚ ਨੂੰ ਸਲੂਟ ਕਰਦਾ ਜੀ, ਅਤੇ ਤੁਹਾਡੇ ਨਾਲ ਵਾਅਦਾ ਕਰਦਾ ਜੀ ਕਿ ਉਸ ਕੁੜੀ ਦਾ ਸਾਥ ਕਦੇ ਨਹੀਂ ਛੱਡਦਾ। ਠੀਕ ਆ ਫਿਰ, ਮੈਂ ਵੀ ਹਮੇਸ਼ਾ ਸੱਚ ਦਾ ਸਾਥ ਦਿੱਤਾ। ਜੇ ਤੂੰ ਸੱਚ ਦੇ ਰਾਹ 'ਤੇ ਚੱਲੇਗਾ, ਸਹੀ ਕੰਮ ਕਰੇਗਾ, ਤਾਂ ਮੈਂ ਹਮੇਸ਼ਾ ਤੇਰੇ ਨਾਲ ਹਾਂ। ਜਾ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਲੈ ਯਾਰ ਲੱਖਿਆ, ਯਾਰ ਜਿਹੜਾ ਮੁੰਡਾ ਆਪਣੀ ਕੁੜੀ 'ਤੇ ਡੋਰੇ ਪਾਉਂਦਾ ਸੀ, ਡੋਡਿਆਂ ਦਾ ਕੇਸ ਪਵਾ ਕੇ 6 ਮਹੀਨੇ ਦੀ ਕੈਦ ਕਰਵਾ ਦਈਏ, ਆਪੇ ਸਾਲਾ ਰੁਲਦਾ ਫਿਰੂਗਾ। ਕੇਸ ਤਾਂ ਬਥੇਰੇ ਪੈਣਗੇ ਪ੍ਰਧਾਨ ਸਾਹਿਬ, ਪਹਿਲਾਂ ਉਹਦੀ ਆਸ਼ਕੀ ਦਾ ਭੂਤ ਤਾਂ ਨਿਕਲ ਜੇ। ਇਉਂ ਨਾ ਪੁੱਠੇ ਬੱਕਰੇ ਵਾਂਗੂ ਲਟਕਿਆ ਹੋਊ। ਯਾਰਾ ਬੇਲੀਆਂ ਦੇ ਬਿਨਾਂ ਨਹੀਂ ਸਰਦਾ। ਚੱਕੋ ਰੱਖੇ ਸਾਈਆਂ, ਮਾਰ ਸਕੇ ਨਾ ਕੋਈ। ਚੱਲ ਬਾਈ ਚੱਲੀਏ, ਅੱਜ ਨਹੀਂ ਤੁਹਾਨੂੰ ਚੜ੍ਹਦੀ, ਜਿੰਨੀ ਮਰਜ਼ੀ ਪੀ ਲਓ। ਧਿਆਨ ਨਾ ਰਹੀ ਛੋਟੇ, ਕਈ ਵਾਰੀ ਕਣਕ ਵੱਜ ਜਾਂਦੀ ਹੈ, ਘੁਣ ਪੀਸਿਆ ਜਾਂਦਾ। ਬੋਲਣ ਜੋਗੇ ਹੀ ਹੋ। ਆਏ ਵੱਡੇ, ਡਿਪਟੀ ਸਾਹਿਬ ਮੈਂ ਕੀ ਦੇਖ ਰਿਹਾ ਬਾਈ?
ਸਾਡਾ ਦੁਸ਼ਮਣ ਸਾਡੇ ਹੀ ਸਾਹਮਣੇ ਹਿੱਕ ਤਾਣ ਕੇ ਤੁਰਿਆ ਫਿਰਦਾ। ਨਹੀਂ ਨਹੀਂ ਡਿਪਟੀ ਸਾਹਿਬ, ਮੈਨੂੰ ਉਸਦਾ ਪੱਕਾ ਇਲਾਜ ਚਾਹੀਦਾ, ਪੱਕਾ। ਹਾਂ ਪ੍ਰਧਾਨ ਸਾਹਿਬ, ਆਪਾਂ ਜਿਹੜਾ ਸੱਪ ਡਿਪਟੀ ਨੂੰ ਸਿਰ ਫੇਰਨ ਨੂੰ ਦਿੱਤਾ ਸੀ, ਹੁਣ ਇਹ ਸਾਡੀ ਹਿੱਕ ਤੇ ਮਿਲਣ ਨੂੰ ਛੱਡਤਾ। ਸੱਪ ਤਾਂ ਮਰਿਆ ਨੀ ਨਾ, ਉਹ ਤੋਂ ਸਾਡੀ ਲਾਠੀ ਵੀ ਤੋੜਤੀ। ਤੂੰ ਘਬਰਾਣਾ ਲੱਖਿਆ, ਇਸ ਦਾ ਪੱਕਾ ਇਲਾਜ ਮੈਂ ਕਰੂੰਗਾ, ਮੈਂ। ਜਿਹੜਾ ਬੰਦਾ ਫੜ ਕੇ ਲਿਆਂਦਾ ਸੀ, ਕਿਹਦੇ ਹੁਕਮ ਨਾਲ ਛੱਡਿਆ ਤੂੰ? ਸਰ, ਮੈਂ ਉਸ ਮੁੰਡੇ ਦੀ ਸਾਰੀ ਕਹਾਣੀ ਸੁਣ ਲਈ ਆ। ਜਿਹੜੇ ਇਲਜ਼ਾਮ ਇਹਨਾਂ ਨੇ ਲਾਇਆ ਨਾ, ਉਹ ਸਾਰੇ ਝੂਠੇ ਮੂਠੇ ਸੀ। ਇਹੋ ਜਿਹੀ ਤਾਂ ਗੱਲ ਹੀ ਨਹੀਂ ਲੱਗੀ ਮੈਨੂੰ ਉਹਦੇ ਵਿੱਚ ਕੋਈ। ਸੱਚ ਤੇ ਝੂਠ ਦਾ ਫੈਸਲਾ ਕਰਨ ਵਾਲਾ ਤੂੰ ਕੌਣ ਹੁੰਦਾ? ਇਹ ਤਾਂ ਇਨਕੁਆਇਰੀ ਕਰਾਂਗੇ, ਫੇਰ ਹੀ ਪਤਾ ਲੱਗੂ ਸੱਚ ਕੀ ਹੈ ਝੂਠ ਕੀ ਹੈ। ਪਰ ਸਰ, ਮੈਂ ਸੱਚ ਦੀ ਕਿਤਾਬ ਪੜ੍ਹੀ ਆ, ਅਤੇ ਮੇਰੀ ਕਿਤਾਬ ਵਿੱਚ ਝੂਠ ਦਾ ਕੋਈ ਜ਼ਿਕਰ ਨਹੀਂ, ਔਰ ਨਾ ਹੀ ਮੈਂ ਝੂਠੇ ਦੀ ਮਦਦ ਕਰਦਾ। ਪਰ ਸਾਨੂੰ ਪੋਲੀਟੀਕਲ ਬੰਦਿਆਂ ਦਾ ਖਿਆਲ ਰੱਖਣਾ ਪੈਂਦਾ, ਨਹੀਂ ਤਾਂ ਤੂੰ ਸਸਪੈਂਡ ਵੀ ਹੋ ਸਕਦਾ। ਸਰ, ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਨਾਲ ਇਸ ਵਰਦੀ 'ਤੇ ਦਾਗ ਲੱਗੇ। ਇਸ ਤੋਂ ਪਹਿਲਾਂ ਤੁਸੀਂ ਮੈਨੂੰ ਸਸਪੈਂਡ ਕਰੋ, ਮੈਂ ਆਪਣਾ ਅਸਤੀਫਾ ਆਪ ਹੀ ਦਿੰਦਾ। ਬਸ ਸਲੂਟ ਮਾਰਦੇ ਜਨਾਬ। ਮੈਂ ਕਿਹਾ ਵੇਖਿਆ ਜਨਾਬ, ਮੈਂ ਤੁਹਾਨੂੰ ਆਖਿਆ ਸੀ ਨਾ, 30 ਕਿੱਲਿਆਂ ਦਾ ਮਾਲਕ ਹੈ, ਹੋ ਜਾਂਦਾ ਮਾਂ ਦਾ ਪੁੱਤ ਵਰਦੀ ਲਾ ਕੇ। ਹੋਏ ਓ ਰੱਬਾ, ਜੇ ਕਿਤੇ ਮੇਰੇ ਕੋਲੇ ਹੁੰਦੇ 1.5-2 ਕਿੱਲੇ, ਬਸ ਸਵਾਦ ਆ ਜਾਂਦਾ। ਨਾ ਫਿਰ ਤੂੰ ਕੀ ਕਰ ਲੈਂਦਾ ਓਏ? ਆਹੀ ਬਸ ਵਿਆਹ ਪੂਜਾ ਮੈਂ ਕਰਵਾ ਲੈਂਦਾ, ਨਾ ਗੱਲ ਹੈ ਇੱਕ। ਸ਼ਟ ਅਪ। ਚਾਚਾ ਘਰ ਹੀ ਹੈ? ਨਹੀਂ, ਬਠਿੰਡੇ ਗਿਆ ਹੋਇਆ ਮੈਂ। ਤੈਨੂੰ ਕਿੰਨੀ ਵਾਰ ਸਮਝਾਇਆ ਇੱਥੇ ਨਾ ਬੜਿਆ ਕਰ, ਹੁਣ ਕਿਹਨੂੰ ਚੱਕ ਲਿਆ ਆਪਣੇ ਨਾਲ? ਦਫਾ ਹੋਇਆ ਇੱਥੋਂ। ਇਹ ਤਾਂ ਫੌਜੀ ਹੈ ਜੀ। ਫੌਜੀ? ਇਹ ਤਾਂ ਰਮ ਦੇਣਾ ਆਇਆ ਮੈਨੂੰ। ਨਹੀਂ ਜੀ, ਰਿਸ਼ਤਾ ਲੈ ਕੇ ਆਇਆ ਜੀ। ਰਿਸ਼ਤਾ? ਹਾਂਜੀ, ਆ ਜਾ ਇੱਥੇ ਬਹਿ ਜਾ। ਇਹਦੀ ਭੂਆ ਜੀ। ਪਹਿਲਾਂ ਤੂੰ ਉਹ ਡੰਗਰ ਡਾਕਟਰ ਚੱਕ ਲਿਆ ਸੀ ਜਿਹੜਾ ਮੱਝ ਦਾ ਰਿਸ਼ਤਾ ਲਿਆਇਆ ਸੀ, ਹੁਣ ਇਹ ਫੌਜੀ ਲਿਆ, ਇਹ ਤੋਪ ਦਾ ਰਿਸ਼ਤਾ ਕਰੂਗਾ ਮੇਰੇ ਨਾਲ? ਨਹੀਂ ਜੀ, ਇਹ ਤਾਂ ਆਪਦੀ ਸਗੀ ਭੂਆ ਦਾ ਕਰਾਊਗਾ ਜੀ। ਓਏ, ਜਦੋਂ ਭੂਆ ਵੱਡੀ ਉਮਰ ਦੀ ਹੋ ਗਈ, ਹੁਣ ਮੇਰੇ ਕਲਮਣ ਨੂੰ ਫਿਰਦੇ ਆ ਇਹ? ਤੁਸੀਂ ਵੀ ਤਾਂ ਸੁੱਖ ਨਾਲ ਵੱਡੀ ਉਮਰ ਦੇ ਹੋ ਜੀ, ਤੁਸੀਂ ਕਿਹੜਾ ਚੁੰਗਣੀ ਪਾਈ ਹੈ ਮੂੰਹ 'ਚ? ਇਹ ਤਾਂ ਇਹਨਾਂ ਦੇ ਛੋਟੇ ਹੁੰਦਿਆਂ ਦੇ ਮਾਂ ਪਿਓ ਦੀ ਡੈਥ ਹੋ ਗਈ ਸੀ, ਤੇ ਭੂਆ ਨਹੀਂ ਪਾਲੇ ਆ ਜੀ ਇਹ। ਇਹ ਹੁਣ ਕਹਿੰਦੇ ਅਸੀਂ ਜਵਾਨ ਹੋ ਗਏ, ਭੂਆ ਦਾ ਵੀ ਵਿਆਹ ਕਰ ਦਈਏ। ਹਾਂਜੀ ਫੌਜੀ ਸਾਹਿਬ। ਜਵਾਨ ਸਟੈਂਡ ਅਪ। ਖੜੇ ਹੋਣ ਨੂੰ ਕਹਿ ਰਿਹਾ ਜੀ। ਕਿਉਂ, ਕੱਦ ਨਾਪਣਾ ਹੈ ਮੇਰਾ? 5'10" ਕੱਦ ਹੈ ਜੀ, 85 ਕਿਲੋ ਭਾਰ ਹੈ। ਜਵਾਨ ਛਾਤੀ ਚੌੜੀ ਕਰ। ਬਈ, ਜਿੰਨੀ ਕੁ ਰੱਬ ਨੇ ਦਿੱਤੀ ਹੈ ਉਨੀ ਤਾਂ ਚੌੜੀ ਕੀਤੀ ਹੈ, ਹੋਰ ਉੱਤੋਂ ਮੈਂ ਟਰੈਕਟਰ ਲੰਘਾ ਲਾ। ਜਵਾਨ ਸਾਵਧਾਨ। ਐਸ ਦੋਜੀ ਤੋਂ ਤਾਂ ਅਸੀਂ ਹਮੇਸ਼ਾ ਹੀ ਸਾਵਧਾਨ ਰਹੀਦਾ ਹੈ ਜੀ। ਸਾਨੂੰ ਰਿਸ਼ਤਾ ਮਨਜ਼ੂਰ ਆ ਫੁੱਫੜ ਜੀ। ਅੱਛਾ, ਧੀਏ ਚਾਹ ਲੈ ਕੇ ਆ। ਚਾਚਾ, ਕੁੜੀਆਂ ਨੂੰ ਬਗਾਨੇ ਬੰਦਿਆਂ ਦੇ ਮੂਹਰੇ ਬੁਲਾਉਂਦੇ ਚੰਗੇ ਲੱਗਦੇ? ਮੈਂ ਲੈ ਕੇ ਆਉਣਾ। ਫਿਰ ਐਂ ਕਰੀ। ਹਾਂਜੀ, ਚਾਹ ਦੇ ਨਾਲ ਨਾ ਮਾੜਾ ਮੋਟਾ ਮਿੱਠਾ ਵੀ ਲੈ ਆਈ।
ਠੀਕ ਹੈ ਡੰਗਰਾਂ ਨਾਲ ਰਹਿ ਕੇ ਤੂੰ ਵੀ ਸਿਆਣਾ ਹੋ ਗਿਆ ਹੁਣ ਬਸ ਇਹੀ ਤਾਂ ਫਾਇਦਾ ਸੀ ਤੁਹਾਡੇ ਨਾਲ ਰਹਿਣ ਦਾ ਕਿਵੇਂ ਆ ਨਿੰਮੀਏ ਕਿਹੜੀਆਂ ਸੋਚਾਂ 'ਚ ਫਿਰਦੀ ਹੈ ਓਏ ਉਧਰ ਦੀ ਆ ਜਾ ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਹੀ ਮਿਲਦੀ ਹੈ ਮੈਨੂੰ ਮੈਂ ਠੀਕ ਹਾਂ ਨੇੜੇ ਤਾਂ ਹੋ ਜਾ ਯਾਰ ਤੇਰਾ ਬਾਪੂ ਕਹੇ ਜਾ ਮੈਨੂੰ ਗਦੀ ਗੇਟ 'ਚ ਹੀ ਪਾਰਖਿਆ ਨੇ ਤਾਂ ਦੇਖ ਗਦੀ ਗੇਟ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਫਟਾਫਟ ਮੇਰੇ ਡੈਡੀ ਨੂੰ ਮਨਾ ਲਾ ਕਿਤੇ ਮੇਰੀ ਵਿਆਹ ਦੀ ਉਮਰ ਲੰਘ ਜੇ ਉਹ ਮੇਰੀ ਕਿਹੜਾ ਖੜੀ ਹੈ ਮੇਰੀ ਵੀ ਤਾਂ ਲੰਘ ਹੀ ਰਹੀ ਹੈ ਸੁੱਖ ਨਾਲ ਤੇਰੇ ਨਾਲੋਂ ਚਾਰਕਾ ਤਾਂ ਮੂਹਰੀ ਚੱਲ ਰਹੀ ਹੈ ਚੱਲ ਛੱਡ ਕਿਉਂ ਪਾਥੀ ਵਰਗਾ ਮੂੰਹ ਕੀਤਾ ਮੈਂ ਤਾਂ ਮਜ਼ਾਕ ਕਰਦੀ ਸੀ ਜਿਹੜਾ ਟਾਈਮ ਮਿਲਦਾ ਉਹ ਤੂੰ ਮਜ਼ਾਕ ਚ ਲੰਘਾ ਦਿੰਨੀ ਹੈ ਘੱਟ ਤੋਂ ਘੱਟ ਇਸ ਟਾਈਮ ਤਾਂ ਪਿਆਰ ਦੀਆਂ ਗੱਲਾਂ ਕਰ ਲਿਆ ਕਰ ਦੋ ਮਾਰ ਫਿਰ ਕੋਈ ਕੱਦੂ ਚ ਤੀਰ ਆਪਣਾ ਵਿਆਹ ਹੋ ਜੇ ਛੇਤੀ ਛੇਤੀ ਉਹ ਜੇ ਮੇਰੇ ਬਸ ਹੋਵੇ ਕੱਦੂ ਚ ਤਾਂ ਕੀ ਮੈਂ ਤਾਂ ਤੇਰੇ ਬਾਪੂ ਦੇ ਢਿੱਡ ਚ ਵੀ ਮਾਰਾਂ ਉਹ ਲੋਕਾਂ ਦੇ ਪਿਓ ਹੁੰਦੇ ਉਹਨਾਂ ਨੂੰ ਫਿਕਰ ਹੁੰਦਾ ਆਪਦੀ ਧੀ ਦੀ ਡੋਲੀ ਤੋੜਨ ਦਾ ਉਧਰੋਂ ਤੇਰੇ ਵਾਲਾ ਬਾਪੂ ਹੈ ਉਹ ਆਪਦਾ ਡੋਲਾ ਲਿਆਉਣ ਨੂੰ ਫਿਰਦਾ ਚਾਹ ਧੁੱਪੇ ਬਣ ਰਹੀ ਹੈ ਉਹ ਬਣ ਤਾਂ ਬਹੁਤ ਕੁਝ ਜਾਣਾ ਸੀ ਜੇ ਤੂੰ ਬਾਹਰ ਨਾ ਲੱਗਿਆ ਹੋਵੇ ਜਾਵਾਂ ਜਾ ਜਾ ਖੜ ਜਾ ਹੱਥ ਤਾਂ ਲਾ ਕੇ ਦੇਖ ਲੈਣ ਦੇ ਠੀਕ ਆ ਕਰ ਜਾ ਚਲੋ ਭਾਈ ਸਾਹਿਬ ਚੱਲੀਏ ਕੀ ਗੱਲ ਚਾਹ ਨਹੀਂ ਬਣੀ ਨਹੀਂ ਜੀ ਸਲਾਈ ਬਣ ਗਈ ਸੀ ਜੀ ਕਾਤੀ ਵੀ ਇਹ ਚਾਹ ਤਾਂ ਪੀਂਦੇ ਨਹੀਂ ਜੀ ਰਾਮੀ ਪੀਂਦੇ ਆ ਅੱਛਾ 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 ਫਿਰ ਰਿਸ਼ਤਾ ਪੱਕਾ ਸਮਝਾ ਲੈ ਫੁੱਫੜ ਦਾ ਕਹਿਤਾ ਜੀ ਮੁੰਡੇ ਨੇ ਤੁਹਾਨੂੰ ਹੋਰ ਹੁਣ ਰਿਸ਼ਤਾ ਸਿਮੈਂਟ ਨਾਲ ਪੱਕਾ ਕਰਨਾ ਤੁਸੀਂ ਐਂ ਕਰੋ 2000 ਰੁਪਇਆ ਕੱਢੋ ਜੀ ਕਾਹਦੇ ਵਾਸਤੇ ਇਹਨੂੰ ਰੰਮ ਦੀ ਬੋਤਲ ਨਹੀਂ ਪਿਉਣੀ ਇਹ ਬੋਤਲ ਹੀ ਲੈ ਕੇ ਦੇਣੀ ਹੈ ਕਿ ਪੂਰੀ ਪੇਟੀ ਲੈ ਕੇ ਦੇਣੀ ਹੈ ਨਾਲ ਮੁਰਗਾ ਵੀ ਜੀ ਗਿਣ ਕੇ ਰੱਖਦੇ ਜੀ ਹਾਂ ਜਵਾਨ ਪਿੱਛੇ ਮੁੜੇਂਗੇ ਪਿੱਛੇ ਮੁੜ ਤੂੰ ਨਹੀਂ ਮੁੜਿਆ ਪਿੱਛੇ ਨਹੀਂ ਕੱਲੇ ਜਵਾਨ ਨਹੀਂ ਕਹੇ ਨਾ ਜੀ ਦਾਏ ਸੇ ਤੇਜ਼ ਚਲੇਂਗੇ ਤੇਜ਼ ਚਲ ਹੋਰ ਨੀਤੂ ਕਿਵੇਂ ਆ ਤੇਰੀ ਜੋਬ ਕੋਈ ਤਕਲੀਫ ਤਾਂ ਨਹੀਂ 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 ਬਹੁਤ ਵਧੀਆ ਸਾਰੇ ਬਹੁਤ ਵਧੀਆ ਦਿਲ ਲੱਗ ਗਿਆ ਮੇਰਾ ਇੱਥੇ ਅੱਛਾ ਮੈਂ ਤਾਂ ਤੈਨੂੰ ਪਹਿਲੇ ਕਹਿੰਦਾ ਹੁੰਦਾ ਸੀ ਸ਼ਹਿਰਾਂ ਨਾਲੋਂ ਪਿੰਡਾਂ 'ਚ ਰਹਿਣਾ ਸੌਖਾ ਲੋਕ ਬੜਾ ਪਿਆਰ ਕਰਦੇ ਆ ਇੱਥੇ ਹੈ ਉਹ ਤਾਂ ਉਹੀ ਮੁੰਡਾ ਆਉਂਦਾ ਮਾਹੀ ਮੈਨੂੰ ਲੱਗਦਾ ਹਾਂ ਉਹੀ ਨੇ ਸਤਿ ਸ਼੍ਰੀ ਅਕਾਲ ਬਾਈ ਬੈਠੋ ਸਤਿ ਸ਼੍ਰੀ ਅਕਾਲ ਜੀ ਹੋਰ ਬੈਠੋ ਬੈਠੋ ਹੋਰ ਕੀ ਹਾਲ ਚਾਲ ਆ ਬਹੁਤ ਅਫਸੋਸ ਹੈ ਜੀ ਕਿ ਮੇਰੇ ਕਰਕੇ ਤੁਹਾਡੀ ਵਰਦੀ ਉਤਰ ਗਈ ਲੈ ਛੱਡ ਜਾ ਰਹੇ ਇਹੋ ਜਿਹੀਆਂ ਗੱਲਾਂ ਯਾਰੀਆਂ 'ਚ ਚਮੜੀ ਲਵਾ ਦੇਈ ਦੀ ਹੈ ਤਾਂ ਵਰਦੀ ਉਤਰੀ ਆ ਛੱਡ ਜਾ ਰਹੇ ਇਹੋ ਜਿਹੀ ਗੱਲ ਨਹੀਂ ਲਿਆਈ ਦੀ ਹੋਰ ਬਈ ਕਿਵੇਂ ਆ ਅਸੀਂ ਸੋਚਿਆ ਬਾਈ ਤੁਹਾਨੂੰ ਸੱਦਾ ਦੇ ਆਈਏ ਸਾਡੇ ਪਿੰਡ ਮੇਲਾ ਲੱਗਣਾ ਮੇਲਾ ਲੱਗਣਾ ਜੀ ਚਲੋ ਤਿਆਰ ਆ ਫਿਰ ਨਾ ਜਾਏ ਕਿਉਂ ਮੂੰਹ ਜਾ ਲਟਕਾਈ ਆਉਣਾ ਲੈ ਖਾ ਬਿਸਕੁਟ ਗੱਲ ਵਸੋਂ ਬਾਹਰ ਹੋਈ ਪਈ ਆ ਪ੍ਰੇਮੋ ਆਪਾਂ ਹੁਣ ਇਹਦੇ ਨਾਲ ਹੋਰ ਜ਼ਿਆਦਾ ਜ਼ੋਰ ਜ਼ਬਰਦਸਤੀ ਨਹੀਂ ਕਰ ਸਕਦੇ ਉਹ ਗੱਲ ਤਾਂ ਦੱਸ ਕੀ ਹੋ ਗਈ ਅੱਜ ਫੇਰ ਉਸੇ ਮੁੰਡੇ ਨੂੰ ਮਿਲ ਕੇ ਆਈ ਹੈ ਮੈਨੂੰ ਲੱਗਦਾ ਕੋਈ ਨਵਾਂ ਹੀ ਚੰਦ ਚੜੂਗੀ ਸਰਦਾਰਾ ਹੁਣ ਇਹ ਖੇਡ ਆਪਣੇ ਹੱਥੋਂ ਖਿਸਕ ਸਕਦੀ ਹੈ ਮੈਨੂੰ ਤਾਂ ਡਰ ਹੈ ਕਿਤੇ ਭੱਜ ਹੀ ਨਾ ਜਾਵੇ ਕਿਉਂ ਟੈਨਸ਼ਨ ਪਾਲੀ ਆ ਬਾਪੂ ਥਾਂ ਨੂੰ ਪੋਤੀ ਤੇਰਾ ਜਿੱਥੇ ਸੋਟੀ ਮਾਰਦੇ ਸਾਲਾ 100 ਸਾਲ ਘਾ ਨਹੀਂ ਉੱਗਦਾ ਇਹ ਲੱਲੜ ਭੱਜੜ ਕੀ ਚੀਜ਼ ਨੇ ਇਹਦਾ ਤਾਂ ਇਹੋ ਜਿਹਾ ਹੱਲ ਕਰੂੰ ਕਿ ਤੂੰ ਵੀ ਰਾਤਾਂ ਨੂੰ ਉੱਠ ਉੱਠ ਸੋਚੇਂਗਾ ਕਿ ਬੇਬੇ ਨੇ ਪੁੱਤ ਕੀ ਖਾ ਕੇ ਜੰਮਿਆ ਸਤਿ ਸ਼੍ਰੀ ਅਕਾਲ ਜੀ ਇਹ ਦੂਜੀ ਵੀ ਕਦੇ ਕੋਈ ਸਿੱਧਾ ਕੰਮ ਨਹੀਂ ਕਰਦਾ ਮੈਂ ਇਹਨੂੰ ਸਿਰੇ ਬੰਨ ਕੇ ਲਿਆਉਣਾ ਸੀਗਾ ਇਹ ਚੁੰਨੀ ਚੜਾ ਕੇ ਹੀ ਲਿਆਇਆ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਬੈਠੋ ਓਏ ਪਤੰਦਰਾ, ਤੂੰ ਇਹਨੂੰ ਐਹੀ ਕਿਉਂ ਲਿਆ? ਲੋਕੀ ਕੀ ਕਹਿਣਗੇ ਬਈ ਸਾਧੂ ਕੁੜੀ ਭਜਾ ਕੇ ਲਿਆਇਆ ਕਰੇ? ਤੁਸੀਂ ਲੋਕਾਂ ਦਾ ਫਿਕਰ ਨਾ ਕਰੋ ਜੀ, ਲੋਕਾਂ ਨੂੰ ਸਭ ਪਤਾ ਜੀ ਵੀ ਤੁਹਾਡੇ ਤੋਂ ਤੁਰਿਆ ਤਾਂ ਜਾਂਦਾ ਨਹੀਂ, ਭਜਾ ਕੇ ਕਿੱਥੇ ਲੈ ਕੇ ਆਉਂਗੇ? ਨਾਲੇ ਇਹ ਭੂਆ ਨਹੀਂ ਹੈਗੀ ਜੀ, ਮੁੰਡੇ ਦੀ ਮਾਸੀ ਹੈ ਜੀ। ਭੂਆ ਵਾਸਤੇ ਆਹ ਘਰ ਬਾਰ ਦੇਖਣਾ ਆਇਆ ਜੀ ਆਪਣਾ। ਅੱਛਾ 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 ਅੱਛਾ, ਹਾਂਜੀ। ਦੇਖੋ ਜੀ, ਗੱਲਬਾਤ ਕੀ ਦੱਸਾਂ ਤੁਹਾਨੂੰ, ਉਹ ਤਾਂ ਰੱਬ ਦਾ ਦਿੱਤਾ ਸਭ ਕੁਛ ਹੈ ਸਾਡੇ ਕੋਲ। ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ, ਇੱਕ ਮੇਰੀ ਭਤੀਜੀ ਹੈ, ਇੱਕ ਮੈਂ, ਕੋਈ ਵੱਡੀ ਕਬੀਲਦਾਰੀ ਨਹੀਂ ਹੈ। ਮੈਂ ਕਿਹਾ ਜੀ, ਕੁੜੀ ਦੇ ਮਾਂ ਪਿਓ ਕਿੱਥੇ ਸੁੱਖ ਨਾਲ ਦਿਖਦੇ ਨਹੀਂ। ਇਹ ਕਿਹੜੀ ਗੱਲ ਪੁੱਛ ਲਈ ਤੁਸੀਂ? ਦੇਖੋ, ਸਾਡੀ ਨਿੰਮੋ 4 ਸਾਲਾਂ ਦੀ ਸੀਗੀ ਜਦੋਂ ਇੱਕ ਸੜਕ ਹਾਦਸੇ 'ਚ ਮੇਰਾ ਭਾਈ ਅਤੇ ਭਰਜਾਈ, ਜਾਣੀ ਕਿ ਇਹਦੇ ਮੰਮੀ ਡੈਡੀ, ਦੋਵੇਂ ਰੱਬ ਨੂੰ ਪਿਆਰੇ ਹੋ ਗਏ। ਉਸ ਤੋਂ ਬਾਅਦ ਮੈਂ ਹੀ ਇਹਦਾ ਮਾਂ ਹੈ, ਮੈਂ ਹੀ ਇਹਦਾ ਪਿਓ ਹੈ। ਇਹਦੇ ਪਾਲਣ ਪੋਸ਼ਣ ਵਿੱਚ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਵਿਆਹ ਦੀ ਉਮਰ ਕਦੋਂ ਲੰਘ ਗਈ ਮੇਰੀ। ਚਾਚਾ, ਹੁਣ ਤੇਰੀ ਤਾਂ ਉਮਰ ਲੰਘ ਗਈ, ਕਿਤੇ ਨਿੰਮੋ ਦੀ ਮਨਾ ਲੰਘਾ ਦੇ। ਮੈਂ ਕਿਹਾ ਜੀ, ਮੁੰਡੇ ਨੇ ਕਿਹੜੀ ਸਿਆਣੀ ਗੱਲ ਕੀਤੀ ਆ, ਹਨਾ, ਵਿਆਹ ਦੀ ਤਾਂ ਉਮਰ ਲੰਘਣੀ ਨਹੀਂ ਚਾਹੀਦੀ, ਵਿਆਹ ਤਾਂ ਟਾਈਮ ਸਿਰ ਹੀ ਹੋਣਾ ਚਾਹੀਦਾ। ਤੂੰ ਕੱਦੂ ਚ ਕਹਿੰਦੀ ਸੀ, ਹੁਣ ਤਾਂ ਭਿੰਡੀਏ ਲਿਆਤੀ ਤੇਰੇ ਬਾਪੂ ਨੂੰ। ਨਹੀਂ ਤਾਂ ਫਿਰ ਮੇਰੇ ਵਾਂਗੂ ਜ਼ਿੰਮੇਵਾਰੀਆਂ ਨਿਭਾਉਂਦੀ ਨਿਭਾਉਂਦੀ ਜੀ। ਦੇਖੋ ਜੀ, ਤੁਸੀਂ ਜ਼ਿਆਦਾ ਚੀਜ਼ ਚੀਜ਼ ਨਾ ਕਰੋ, ਨਹੀਂ ਮੇਰਾ ਇੱਥੇ ਜੀ ਲੱਗ ਜਾਣਾ। ਤੁਹਾਡਾ ਤਾਂ ਜੀ ਲੱਗ ਗਿਆ ਜੀ, ਹੁਣ ਨਿੰਮੋ ਦਾ ਜੀ ਲਵਾਉਣ ਵਾਲਾ ਵੀ ਲਿਆਓ ਕੋਈ। ਲਓ ਜੀ, ਗੱਲਾਂ ਗੱਲਾਂ ਚ ਮੈਂ ਚਾਹ ਪਾਣੀ ਪੁੱਛਣਾ ਭੁੱਲ ਗਿਆ। ਚਾਹ ਪਾਣੀ ਦੀ ਕਿਹੜੀ ਗੱਲ ਹੈ ਜੀ, ਛੜੇ ਬੰਦੇ ਸਾਹਮਣੇ ਸੋਹਣੀ ਜਨਾਨੀ ਆ ਜੇ, ਛੜਾ ਬੰਦਾ ਸਾਹ ਲੈਣਾ ਭੁੱਲ ਜੇ। ਹੱਥ ਐ ਕਰ ਲਓ ਜੀ, ਮਾਰਨਾ ਅੱਛਾ ਇੱਧਰ। ਮੇਰੇ ਪੈਰੇ ਉਹ ਮਾਹੀ, ਓ ਦੇਖੋ ਸਾਧੂ ਚੜਾ ਕਿਵੇਂ ਚੌੜਾ ਹੋ ਕੇ ਤੁਰ ਕੇ ਆਉਂਦਾ, ਜਿਹੜੇ ਹਿਸਾਬ ਨਾਲ ਤੁਰਿਆ ਆਉਂਦਾ ਮੈਨੂੰ ਤਾਂ ਲੱਗਦਾ ਚੀਗਾਂ ਪਈਆਂ ਇਹਦੇ। ਸਤਿ ਸ਼੍ਰੀ ਅਕਾਲ ਚਾਚਾ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਓ ਆ ਜਾ ਚਾਚਾ, ਬਹਿ ਜਾ, ਸੁਣਾ ਕੋਈ ਦੁੱਖ ਸੁੱਖ ਦੀ ਗੱਲ, ਨਾਲੇ ਹੋਈ ਕੋਈ ਪੱਕ ਠੱਕ ਕੇ ਨਹੀਂ। ਦੇਖੋ ਵੀਰੇ, ਖੱਪ ਤਾਂ ਨਾ ਪਾਇਓ, ਗੱਲ ਸਿਰਫ ਤੁਹਾਨੂੰ ਹੀ ਦੱਸਣ ਲੱਗਿਆ ਹੈ। ਗੱਲ ਤਾਂ ਜਮਾ ਇੱਟ ਵਰਗੀ ਪੱਕੀ ਹੋ ਗਈ ਹੈ, ਕੁੜੀ ਦਾ ਮਾਮਾ ਵੀ ਮੈਨੂੰ ਦੇਖ ਗਿਆ ਤੇ ਉਹਦੀ ਮਾਸੀ ਵੀ ਮੈਨੂੰ ਪਸੰਦ ਕਰ ਗਈ ਹੈ। ਅੱਛਾ, ਤੁਸੀਂ ਵੀ ਸਵਾਲ ਹੁਣ ਨਵੇਂ ਕੋਟ ਪੈਂਟ? ਹਾਂ, ਇਹਦਾ ਮਤਲਬ ਹੁਣ ਗਰਮੀਆਂ ਸਾਡੇ ਕੋਟ ਪੈਂਟ ਪਵਾਓਗੇ ਤੁਸੀਂ? ਓਏ ਛੋਟੇ ਵੀਰ, ਇਹ ਸਾਧੂ ਸਿੰਘ ਦਾ ਵਿਆਹ ਹੈ, ਕੋਈ ਲੰਡੀ ਬੁੱਚੀ ਦਾ ਵਿਆਹ ਹੈ, ਕੋਈ ਬਰਾਤੀ ਹੈ, ਉਹੀ ਨਾਲ ਲੈ ਕੇ ਜਾਣਾ ਹੈ ਜਿਹਦੇ ਕੋਲ ਆਪਣਾ ਆਪਣਾ ਕੋਟ ਪੈਂਟ ਹੋਵੇ। ਹਾਂ, ਤੇ ਲੰਬੜਾਂ ਦਾ ਜਾਗਰ ਵੀ ਜਾਊ ਵਿਆਹ? ਉਹਨੇ ਨਹੀਂ ਲੈ ਕੇ ਜਾਣਾ, ਬੇਸ਼ੱਕ ਉਹਦੇ ਕੋਲ ਕੋਟ ਪੈਂਟ ਹੈ ਪਰ ਉਹ ਕਿਲੋ ਪਕੌੜੇ ਤੇ ਥਾਲ ਜਲੇਬੀਆਂ ਦਾ ਖਾ ਜਾਂਦਾ, ਇਹ ਜੇ ਭੁੱਖਣ ਨੂੰ ਨਹੀਂ ਲੈ ਕੇ ਜਾਣਾ ਮੈਂ। ਤੇ ਨਾਜਰ ਨੂੰ? ਨਾਜਰ? ਨਾਜਰ ਵੀ ਨਹੀਂ ਜਾਊ, ਉਹਦੇ ਕੋਲ ਆਪਣੀ ਗੱਡੀ ਨਹੀਂ ਹੈ। ਯਾਰ ਉਹ ਕੀ ਨਾਂ ਸੀ ਤੇਰੇ ਬੇਲੀ ਦਾ ਜਿਹੜਾ ਭੰਗੜਾ ਬਹੁਤ ਸੋਹਣਾ ਪਾਉਂਦਾ ਯਾਰ? ਮਲਕੀਤ ਦੀ ਗੱਲ ਕਰ? ਹਾਂ ਹਾਂ, ਮਲਕੀਤ, ਉਹਨੂੰ ਜ਼ਰੂਰ ਨਾਲ ਲੈ ਕੇ ਜਾਣਾ। ਉਹ ਨਾ 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 ਨਾ। ਕਿਉਂ? ਦੇਖੋ, ਨੱਚਣ ਟੱਪਣ ਵਾਲਿਆਂ ਨੂੰ ਤਾਂ ਬਿਲਕੁਲ ਨਹੀਂ ਲੈ ਕੇ ਜਾਣਾ, ਗੱਲ ਸੁਣ ਲਓ ਮੇਰੀ ਧਿਆਨ ਨਾਲ। ਬਰਾਤ ਵਿੱਚ ਗਿਣੇ ਚੁਣੇ ਜੇ ਬੰਦੇ ਜਾਣਗੇ ਜਿਨ੍ਹਾਂ ਕੋਲ ਆਪਣੀਆਂ ਆਪਣੀਆਂ ਗੱਡੀਆਂ ਹੋਣ, ਕੋਟ ਪੈਂਟ ਪਾਉਂਦੇ ਹੋਣ, ਦਾਰੂ ਨਾ ਪੀਂਦੇ ਹੋਣ,
ਨਾ ਹੀ ਖੱਪ ਖਾਨਾ ਪਾਉਂਦੇ ਹੋ ਬਸ। ਉਹ ਚਾਚਾ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ, ਨਾ ਬਰਾਤ ਚ ਖਾਣ ਪੀਣ ਵਾਲੇ ਲੈ ਕੇ ਜਾਣੇ ਆ, ਨਾ ਨੱਚਣ ਟੱਪਣ ਵਾਲੇ ਲੈ ਕੇ ਜਾਣੇ ਆ, ਤੇ ਫਿਰ ਮੈਨੂੰ ਐਂ ਦੱਸ ਵੀ ਵਿਆਹ ਤੇ ਚੱਲੇ ਆ ਕਿ ਆਪਾਂ ਉੱਥੇ ਮਰਗ ਦੇ ਭੋਗ ਤੇ। ਉਹ ਚਾਚਾ ਮੈਨੂੰ ਵੀ ਲੈ ਜੀ ਬਰਾਤ ਚ, ਤੇਰਾ ਸਰਵਾਲਾ ਬਣ ਜੂ। ਉਹ ਨਾ ਨਾ ਛੋਟੇ ਵੀਰ, ਸਰਵਾਲੇ ਵਾਲੀ ਗੱਲ ਜਮਾ ਹੀ ਝੂਠ ਹੈ, ਨਾ ਘੋੜੀ ਤੇ ਭਾਰ ਪਾਣਾ ਵਾਧੂ ਦਾ, ਨਾ ਘੋੜੀ ਵਾਲਿਆਂ ਤੇ, ਵਿਆਹ ਕਰਨਾ ਗੱਜ ਬੱਜ ਕੇ। ਇਹਨੂੰ ਦੇਖ ਕੇ ਕਦੇ ਲੱਗਦਾ ਨੀ ਵੀ ਤੁਹਾਡਾ ਮੁੰਡਾ, ਵਿਆਹ ਵੀ ਕਰੋ ਮੁੰਡੇ ਦਾ ਉਮਰ ਲੰਘੀ ਜਾਂਦੀ ਹੈ। ਰਿਸ਼ਤੇ ਤਾਂ ਬਹੁਤ ਆਏ ਆ ਪਰ ਇਹਦੀ ਸ਼ਕਲ ਦੇਖ ਕੇ ਕੋਈ ਲੱਤ ਨਹੀਂ ਲਾਉਂਦਾ। ਅੱਛਾ, ਮੈਂ ਲੱਤ ਲਵਾ ਸਕਦਾ? ਕਿਵੇਂ? ਮੈਂ ਆਪਣੀ ਭੈਣ ਦਾ ਵਿਆਹ ਇਹਦੇ ਨਾਲ ਕਰਾ ਦੂੰ। ਅੱਛਾ, ਉਹ ਕਿਵੇਂ? ਪਰ ਮੇਰੀ ਇੱਕ ਸ਼ਰਤ ਹੈ। ਸ਼ਰਤ? ਮੇਰੀ ਭੈਣ ਦੇ ਨੌਂ ਦੀ ਸਾਰੀ ਜ਼ਮੀਨ ਮੇਰੀ ਤੇ ਕੁੜੀ ਤੁਹਾਡੀ ਨੌਂ। ਮਨਜ਼ੂਰ ਹੈ? ਜੇ ਗੱਲ ਸਾਹਿਬ ਦੀ ਮਨਜ਼ੂਰੀ ਹੋਵੇ ਤਾਂ ਠੀਕ ਆ ਬਾਈ, ਜਿਵੇਂ ਤੈਨੂੰ ਮਨਜ਼ੂਰ। ਦੇਖੋ ਗੱਲ ਸਾਹਿਬ, ਮੈਂ ਤਾਂ ਖੁਦ ਤੁਹਾਡੇ ਜਿਹੇ ਚੰਗੇ ਬੰਦਿਆਂ ਨਾਲ ਦਿਲੋਂ ਜੁੜਨਾ ਚਾਹੁੰਦਾ। ਚੌਧਰੀ ਸਾਹਿਬ, ਦਿਓ ਫਿਰ ਇਜਾਜ਼ਤ। ਠੀਕ ਹੈ ਜੀ। ਤੇ ਤੂੰ ਤੇਲ ਤੂੰ ਲਾ ਸਿਰ ਨੂੰ, ਬਲ ਬੁਲੋਗਾ। ਡੈਡੀ ਜੀ, ਕਰ ਦੋ ਮੇਰਾ ਵੀ ਹੁਣ ਪੱਕਾ ਇਲਾਜ। ਸਾਲਾ ਪੱਕੇ ਇਲਾਜ ਦਾ, ਤੂੰ ਇੱਕ ਵਾਰ ਵਿਆਹ ਤਾਂ ਹੋਣ ਦੇ, ਫਿਰ ਵੇਖਦੇ ਆ ਜ਼ਮੀਨ ਕਿਹਦੀ ਹੈ। ਜਿਹੜਾ ਸੱਪ ਤੇਰੀ ਹਿੱਕ ਤੇ ਮਿਲਦਾ ਸੀ ਨਾ ਬੇਬੇ, ਉਹ ਮੈਂ ਮਾਰ ਲਿਆ। ਮੈਂ ਕਮਲ ਦਾ ਵਿਆਹ ਗੁੱਜਰ ਦੇ ਮੁੰਡੇ ਨਾਲ ਪੱਕਾ ਕਰਿਆ ਆ। ਮੇਰੇ ਤਾਂ ਮਿਲਣੋ ਤਾਂ ਹੀ ਹਟੂ ਜੇ ਗੁੱਜਰ ਦੇ ਮੁੰਡੇ ਦੀ ਜਨ ਟੁੱਕੂ। ਜਦੋਂ ਕਮਲ ਦਾ ਰਿਸ਼ਤਾ ਹੀ ਪੱਕਾ ਹੋ ਗਿਆ, ਬਰਾਤ ਪਿੱਛੇ ਰਹਿ ਜੂਗੀ, ਤੂੰ ਵੀ ਨਾ ਕਾਹਲੀ ਪੈ ਜਾਂਦੀ ਹੈ, ਠੰਡਾ ਕਰਕੇ ਖਾਇਆ ਕਰ। ਮੇਰੇ ਤਾਂ ਕਾਲਜੇ ਉਦੋਂ ਹੀ ਠੰਡ ਪਊ ਜਦੋਂ ਇਹ ਕਲੋਣੀ ਘਰੋਂ ਨਿਕਲੂ। ਜਿਉਣਾ ਹਰਾਮ ਕੀਤਾ ਕੜਮੀ ਨੇ। ਉਹ ਤੂੰ ਛੱਡ ਬੇਬੇ, ਤੂੰ ਤਾਂ ਸਵਾਦ ਲੈ। ਹੁਣ 80 ਕਿੱਲਿਆਂ ਦੇ ਸਰਦਾਰ ਕੱਲੇ ਹੀ ਕਹਾਵਾਂਗੇ, ਜੇ ਭੋਰ ਭੋਰ ਵੀ ਖਾਈਏ ਨਾ ਤਾਂ ਮੁੱਕਦੇ ਨੀ। ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ। ਲੈ ਪੁੱਤ ਫਿਰ ਖਾ ਲੱਡੂ। ਕੌਣ ਪੁੱਛਦਾ ਤੀਆਂ ਦੇ ਹਾਲ ਨੂੰ, ਮਾਵਾਂ ਤੁਰ ਜਾਣ ਜੱਗ ਤੋਂ ਜੇ ਜਿੰਦੇ ਮੇਰੀ। ਕਮਲ, ਤੂੰ ਇਸ ਵੇਲੇ ਇੱਥੇ? ਮਾਹੀ, ਜੋ ਤੂੰ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕੀਤਾ ਸੀ, ਹੁਣ ਉਹ ਪੂਰਾ ਕਰ। ਮੈਂ ਤੇਰੀ ਆ ਤੇਰੀ ਰਾਂਗੀ। ਕੀ ਹੋ ਗਿਆ ਕਮਲ, ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਆ? ਮਾਹੀ, ਇਸ ਤੋਂ ਪਹਿਲਾਂ ਕਿ ਕਮਲ ਦੀ ਡੋਲੀ ਕੋਈ ਹੋਰ ਲੈ ਜਾਵੇ, ਚਲ ਆਪਾਂ ਘਰੋਂ ਪਰ ਚੱਲਦੇ ਆ। ਮੇਰੇ ਮਾਪਿਆਂ ਨੇ ਮੇਰਾ ਰਿਸ਼ਤਾ ਕਿਤੇ ਹੋਰ ਤੈਅ ਕਰਤਾ। ਇੱਜ਼ਤਦਾਰ ਘਰਾਂ ਦੀਆਂ ਧੀਆਂ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਧੀਆਂ ਆਪਣੇ ਮਾਪਿਆਂ ਦੇ ਘਰੋਂ ਹੀ ਵਿਦਾ ਹੁੰਦੀਆਂ ਨੇ।
ਮਜਬੂਰ ਹਾਂ ਅੰਕਲ। ਘਰੋਂ ਭੱਜ ਜਾਣਾ ਵੀ ਸਮਾਜ ਦੀਆਂ ਕਦਰਾਂ ਕੀਮਤਾਂ ਦੇ ਖਿਲਾਫ ਹੁੰਦਾ ਹੈ ਕਮਲ। ਮੈਂ ਤੇਰੀ ਮਜਬੂਰੀ ਸਮਝਦਾ ਕਮਲ, ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਮੈਂ ਤੈਨੂੰ ਤੇਰੇ ਘਰੋਂ ਹੀ ਲੈ ਕੇ ਜਾਊਂਗਾ। ਚੱਲ ਤੈਨੂੰ ਘਰੇ ਛੱਡ ਗਿਆ ਵਾਂ, ਆ ਜਾ। ਤੇਰੀ ਤਾਂ ਮੈਂ ਕਮਾਲ ਦਾ ਬੰਦਾ ਹੈ ਯਾਰ, ਮੈਂ ਇਹਨੂੰ ਘਰੇ ਵਾਪਸ ਲੈ ਗਿਆ ਤੇ ਤੂੰ ਮੇਰੇ 'ਤੇ ਬੰਦੂਕ ਤਾਣੀ ਜਾਂਦਾ। ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ, ਜਿੱਦਾਂ ਨੂੰ ਲੈ ਕੇ ਜਾਊਂਗਾ ਨਾ ਪੂਰੀ ਇੱਜ਼ਤ ਨਾਲ ਲੈ ਕੇ ਜਾਊਂਗਾ। ਦੇਖ ਪੁੱਤ, ਜੇ ਇਹਨੂੰ ਕੁਛ ਹੋ ਗਿਆ ਤਾਂ ਪੰਗਾ ਪੈ ਜੂ, ਮੈਂ ਕੋਈ ਵਿਆਹ ਤਾਂ ਬਣਾਉਂਦੀ ਹਾਂ। ਦੇਖਦੀ ਏ, ਇਸ ਵੇਲੇ ਚੋਰੀ ਛੁੱਪੇ ਮਿਲਣਾ ਚੰਗਾ ਨਹੀਂ। ਤੂੰ ਚਿੰਤਾ ਕਿਉਂ ਕਰਦੀ ਏ, ਅਸੀਂ ਤੇਰਾ ਵਿਆਹ ਮਾਹੀ ਨਾਲ ਹੀ ਕਰਾਂਗੇ। ਪਰ ਧੀਏ, ਘਰ ਪਰਿਵਾਰ ਬਾਰੇ ਵੀ ਤਾਂ ਪਤਾ ਕਰਨਾ ਜ਼ਰੂਰੀ ਹੈ। ਮੈਂ ਸਹਿਮਤ ਹਾਂ ਜੀ ਤੁਹਾਡੀ ਗੱਲ ਨਾਲ। ਸਹਿਮਤੀ ਤਾਂ ਠੀਕ ਹੈ, ਪਰ ਇਹ ਤਾਂ ਦੱਸ ਬਈ ਕੌਣ ਹੈ, ਕਿੱਥੋਂ ਆਇਆ, ਕੀ ਕਰਦਾ? ਐਵੇਂ ਥੋੜ੍ਹੇ ਨਾ ਚੱਕੇ ਕੁੜੀ ਤੇਰੇ ਹਵਾਲੇ ਕਰ ਦਾਂਗੇ। ਮੈਂ ਕਿਸੇ ਐਰੇ ਗੈਰੇ ਖਾਨਦਾਨ ਦਾ ਮੁੰਡਾ ਨਹੀਂ ਹਾਂ। ਚੰਡੀਗੜ੍ਹ ਸਾਡੀ ਕੋਠੀ ਹੈ, ਮੇਰੇ ਅਤੇ ਮੇਰੇ ਖਾਨਦਾਨ ਬਾਰੇ ਜੀ ਤੋਂ ਮਰਜ਼ੀ ਪਤਾ ਕਰ ਲਈ। ਚੰਡੀਗੜ੍ਹ ਦੇਖਦੇ ਹਾਂ, ਖਿਆਲ ਰੱਖਿਓ ਮਾਂ ਜੀ ਇਹਦਾ। ਆ ਜਾ। ਕੁੜੀਆਂ ਦਾ ਗਹਿਣਾ ਤਾਂ ਉਹਨਾਂ ਦੀ ਇੱਜ਼ਤ ਆਬਰੂ ਹੁੰਦੀ ਹੈ ਧੀਏ। ਮੈਂ ਤਾਂ ਇਹੀ ਚਾਹੁੰਦਾ ਕਿ ਛੇਤੀ ਤੋਂ ਛੇਤੀ ਤੇਰੇ ਹੱਥ ਪੀਲੇ ਕਰਦਾ। ਇਹ ਦੇਖੀ, ਇਹ ਤੇਰੇ ਬਹੁਤ ਹੀ ਸੋਹਣਾ ਲੱਗੂ। ਸਤਿ ਸ਼੍ਰੀ ਅਕਾਲ ਜੀ। ਚਾਚਾ ਕਿਵੇਂ, ਟੂਮਾਂ ਜੀਆਂ ਖੰਡਾਈ ਬੈਠੇ, ਕਿਤੇ ਗਹਿਣੇ ਤਾਂ ਨਹੀਂ ਧਰਨ ਚੱਲਿਆ? ਉਹ ਤੇਰੀ ਉਹ ਪਤੰਦਰਾ, ਜੇ ਸ਼ਕਲ ਚੰਗੀ ਨਹੀਂ ਤਾਂ ਗੱਲ ਤਾਂ ਚੰਗੀ ਕਰਿਆ ਕਰ। ਹਾਂਜੀ, ਐ ਦੱਸਿਓ ਉਹ ਦਿਨ ਤਰੀਕ ਪੱਕੀ ਹੋ ਗਈ ਤੁਹਾਡੀ? ਮੈਂ ਕਿਹਾ ਜੀ ਤਰੀਕ ਵੀ ਪੱਕੀ ਹੋ ਜੂਗੀ, ਪਹਿਲਾਂ ਜਿਹੜੀਆਂ ਆਪਣੀਆਂ ਸਿਰ ਪਈਆਂ ਜ਼ਿੰਮੇਵਾਰੀਆਂ ਉਹਨਾਂ ਬਾਰੇ ਤਾਂ ਸੋਚੀਏ ਆਪਾਂ। ਕੀ ਮਤਲਬ ਹੈ ਤੁਹਾਡਾ? ਲੈ ਹੁਣ ਮਤਲਬ ਵੀ ਮੈਂ ਸਮਝਾਵਾਂ। ਮੈਂ ਕਿਹਾ ਜੀ ਕੁੜੀ ਆਪਣੇ ਘਰੇ ਜਵਾਨ ਬੈਠੀ ਹੈ, ਉਹਨੂੰ ਤੋਰਨ ਬਾਰੇ ਸੋਚੋ। ਇਹ ਗੱਲ ਤਾਂ ਮੈਂ ਵੀ ਹਮੇਸ਼ਾ ਸੋਚਦਾ ਰਹਿੰਦਾ ਕਿ ਇਸ ਜ਼ਿੰਮੇਵਾਰੀ ਨੂੰ ਛੇਤੀ ਤੋਂ ਛੇਤੀ ਨਿਭਾਵਾਂ, ਪਰ ਕੋਈ ਚੰਗਾ ਮੁੰਡਾ ਮਿਲੇ ਤਾਂ ਹੈ ਨਾ। ਲੈ ਚੰਗਾ ਮੁੰਡਾ ਤਾਂ ਤੁਹਾਡੇ ਅੱਖਾਂ ਮੂਹਰੇ ਬੈਠਾ, ਸਾਹਮਣੇ ਬੈਠਾ ਤਾਂ ਹੈ, ਦੇਖੋ ਤਾਂ ਸਹੀ। ਕਿਹੜਾ? ਆਹਾ ਲੈ ਦੇਖੋ ਕਿੰਨਾ ਸੁਨੱਖਾ। ਇਹ ਇਹ ਮੁੰਡਾ ਹੈ, ਇਹ ਤਾਂ ਦੋਜੀ ਹੈ। ਦੋਜੀ ਕਿਹੜਾ, ਸਿਮੈਂਟ ਦਾ ਬਣਿਆ ਹੋਇਆ ਜੀ। ਇੱਕ ਗੱਲ ਯਾਦ ਰੱਖਿਓ ਚਾਚਾ ਜੀ, ਤੁਹਾਡੀ ਧੀ ਨੂੰ ਜਿੰਨਾ ਮੈਂ ਖੁਸ਼ ਰੱਖ ਸਕਦਾ ਕੋਈ ਨਹੀਂ ਰੱਖ ਸਕਦਾ, ਪੂਰੇ ਦੁੱਧ ਮੱਖਣਾਂ ਦੇ ਵਿੱਚ ਖੇਡੂਗੀ। ਹਾਂਜੀ ਡੈਡੀ ਜੀ, ਮੈਂ ਇਹਨਾਂ ਨਾਲ ਬਹੁਤ ਖੁਸ਼ ਰਹੂੰਗੀ। ਲੈ ਜੇ ਜਵਾਕ ਖੁਸ਼ ਨੇ ਆਪਾਂ ਹੋਰ ਕੀ ਲੈਣਾ, ਕਰੋ ਡਬਲ ਖੁਸ਼ੀਆਂ, ਦਿਓ ਹੱਥ ਫੜਾਓ ਇਹਨਾਂ ਨੂੰ। ਲਓ ਲਓ ਪੁੱਤ ਫੜੋ। ਚਲੋ ਮੁਬਾਰਕਾਂ ਜੀ, ਮੈਂ ਤੁਹਾਡੇ ਵਾਸਤੇ ਚਾਹ ਬਣਾਉਂਦਾ। ਡੈਡੀ ਜੀ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਲਿਆਇਓ। ਉਹ ਮੂਰਖਾ, ਦੁੱਧ ਚ ਪੱਤੀ ਪਾਈ ਹੈ, ਹੋਰ ਕਿਹੜੀ ਦੁੱਧ ਪੱਤੀ ਭਾਲਦਾ ਹੈ ਤੂੰ? ਮੇਰੀ ਗੱਲ ਸੁਣੋ ਜੀ, ਚਾਹ ਨਾ ਮੈਂ ਬਣਾਉਂਦੀ ਹਾਂ, ਚੁੱਲ੍ਹੇ ਚੌਂਕੇ ਚ ਤਾਂ ਔਰਤਾਂ ਹੀ ਵਧੀਆ ਲੱਗਦੀਆਂ ਚਾਹ ਬਣਾਉਂਦੀਆਂ। ਅੱਜ ਤਾਂ ਤੂੰ ਬਣਾ ਦੇਗੀ, ਪਰ ਤੀਹ ਤੋਰਨ ਤੋਂ ਬਾਅਦ ਸਾਰੀ ਉਮਰ ਹੱਥ ਤਾਂ ਮੈਂ ਹੀ ਲੂਣੇ ਆ। ਮੈਂ ਕਿਹਾ ਜੀ ਤੁਸੀਂ ਹੁਕਮ ਤਾਂ ਕਰੋ, ਮੈਂ ਤਾਂ ਸਾਰੀ ਉਮਰ ਚਾਹ ਬਣਾਉਣ ਵਾਸਤੇ ਤਿਆਰ ਹਾਂ। ਬਸ ਚਾਹ ਹੀ ਬਣਾਇਆ ਕਰੇਂਗੀ?
ਕਿ ਸਾਰਾ ਕੰਮ ਕਰਿਆ ਕਰੇਗੀ। ਹੋਰ ਕਾਕਾ, ਭਜਨ ਸਿੰਘ ਹੋਰੀ ਸਭ ਠੀਕ ਨੇ? ਸਾਰੇ ਬਹੁਤ ਵਧੀਆ ਨੇ ਜੀ, ਸਭ ਠੀਕ ਠਾਕ ਹੈ। ਅੱਜ ਕਿਵੇਂ ਅਚਾਨਕ ਆਉਣਾ ਹੋਇਆ? ਦੇਖੋ ਮਾਂ ਜੀ, ਮੈਨੂੰ ਘੁਮਾ ਫਿਰਾ ਕੇ ਗੱਲ ਕਰਨ ਦੀ ਆਦਤ ਨਹੀਂ, ਹੈ ਨਾ। ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਆਪਣੇ ਮੁੰਡੇ ਲਈ ਕੁੜੀ ਲੱਭ ਰਹੇ ਹੋ। ਬਿਲਕੁਲ। ਤੇ ਬਸ ਮੇਰੀ ਵੀ ਇੱਕ ਭੈਣ ਹੈ। ਅੱਛਾ, ਇੱਕ ਮਿੰਟ। ਹਾਂ ਗੋਲੂ, ਉਹਨਾਂ ਨੂੰ ਕਿਹਾ ਸੀ ਕਿੱਲਿਆਂ ਦਾ ਸਰਦਾਰ ਹੈ, ਕੋਈ ਸੜਕ ਤੁਰਦਾ ਆਦਮੀ ਥੋੜੀ ਹੈ। ਹਰ ਗੱਲ ਸੰਭਲ ਕੇ ਕਰਿਆ ਕਰੋ। ਚੰਗਾ, ਹਾਂ ਰੱਖ ਰੱਖ। ਹਾਂ ਕਾਕਾ, ਆਪਣੀ ਭੈਣ ਬਾਰੇ ਗੱਲ ਕਰ ਰਿਹਾ ਸੀ। ਦੇਖੋ ਮਾਂ ਜੀ, ਮੇਰੀ ਇੱਕੋ ਇੱਕ ਭੈਣ ਹੈ ਤੇ ਮੈਂ ਉਹਦਾ ਰਿਸ਼ਤਾ ਪੱਕਾ ਕਰ ਚੁੱਕਾ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਆਪਣੇ ਮੁੰਡੇ ਨੂੰ ਸਮਝਾਓ। ਉਹ ਮੇਰੀ ਭੈਣ ਮਗਰ ਹੱਥ ਧੋ ਕੇ ਪਿਆ ਹੋਇਆ, ਉਹਨੂੰ ਆਪਣੀਆਂ ਚਾਲਾਂ ਚ ਫਸਾਈ ਜਾਂਦਾ। ਮੈਂ ਉਹਨੂੰ ਬਥੇਰਾ ਸਮਝਾਇਆ ਪਰ ਉਹ ਹਟਦਾ ਨਹੀਂ। ਕਿਤੇ ਇਉਂ ਨਾ ਹੋਵੇ ਬਈ ਮੁੰਡੇ ਦਾ ਸਿਹਰਾ ਖਰੀਦੇ ਖਰੀਦੇ ਉਹਦਾ ਕੱਫਣ ਖਰੀਦ ਲੈ। ਇਹ ਕੀ ਕਹਿ ਰਹੇ? ਆਪਣੇ ਮੁੰਡੇ ਨੂੰ ਸਮਝਾਓ, ਮੇਰੀ ਭੈਣ ਤੋਂ ਦੂਰ ਰਹੇ, ਨਹੀਂ ਤਾਂ ਉਹਦੀ ਲਾਸ਼ ਆਏਗੀ। ਇੱਕ ਗੱਲ ਯਾਦ ਰੱਖੀ ਮੇਰੀ, ਕਿਤੇ ਇਉਂ ਨਾ ਹੋਵੇ ਬਈ ਜਵਾਨੀ ਚੀ ਹੋ ਗਈ ਸੀ ਤੇ ਬੁਢਾਪੇ ਚ ਬੇਔਲਾਦ ਹੋ ਜਾਏ। ਬਾਕੀ ਬਹੁਤੀਆਂ ਗੱਲਾਂ ਕਰਨ ਦੀ ਆਦਤ ਨਹੀਂ, ਚਾਹ ਚ ਮਿੱਠਾ ਘੱਟ ਰੱਖਿਆ ਕਰੋ। ਮੈਂ ਅੱਜ ਹੀ ਮਾਹੀ ਨੂੰ ਵਾਪਸ ਲੈ ਕੇ ਆਉਂਦੀ ਹਾਂ। ਹੋਰ ਭੈਣ ਜੀ, ਅਚਾਨਕ ਕਿਵੇਂ ਆਉਣਾ ਹੋਇਆ? ਖੈਰ ਸੁੱਖ ਤਾਂ ਹੈ? ਜੇ ਖੈਰ ਸੁੱਖ ਹੁੰਦੀ ਤੇ ਅਚਾਨਕ ਕਿਉਂ ਆਉਂਦੀ? ਕੀ ਗੱਲ ਹੋ ਗਈ ਭੈਣ ਜੀ, ਗੱਲ ਸਮਝ ਨਹੀਂ ਲੱਗੀ ਮੈਨੂੰ। ਭਾਈ ਸਾਹਿਬ, ਮਾਹੀ ਨੇ ਪਿੰਡ ਵਿੱਚ ਕੀ ਕੀਤਾ ਤੁਸੀਂ ਸਭ ਜਾਣਦੇ ਹੋ, ਪਰ ਸਰਦਾਰੇ ਕਾ ਪਰਿਵਾਰ ਪਤਾ ਨਹੀਂ ਕਿਉਂ ਹੰਕਾਰਿਆ ਪਿਆ। ਮਾਂ ਤੂੰ ਫਿਕਰ ਨਾ ਕਰ, ਇਹਦੇ ਤੇ ਚੱਲਣ ਵਾਲੀ ਗੋਲੀ ਪਹਿਲਾਂ ਮੇਰੀ ਹਿੱਕ ਚ ਵੱਜੂ। ਨਾ ਪੁੱਤ, ਨਾ ਐਵੇਂ ਨਹੀਂ ਕਹਿਣਾ। ਮਾਹੀ, ਤੂੰ ਪੁੱਤ ਪਿੰਡ ਚ ਰਹਿ ਕੇ ਐਵੇਂ ਵੈਰ ਮੁੱਲ ਲੈ ਰਿਹਾ, ਇਸ ਤੋਂ ਪਹਿਲਾਂ ਕੋਈ ਹੋਰ ਕਾਰਾ ਕਰੇ ਮੇਰੇ ਨਾਲ ਚੱਲ। ਉਹ ਮਾਂ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਤਾਂ ਕਮਲ ਨੂੰ ਉਸ ਨਰਕ ਭਰੀ ਜ਼ਿੰਦਗੀ ਚੋਂ ਬਾਹਰ ਕੱਢਣਾ। ਬਸ ਤੇਰੇ ਲਈ ਮਾਂ ਦਾ ਪਿਆਰ ਵੱਡਾ ਹੈ ਜਾਂ ਕਮਲ ਦਾ? ਪੁੱਤ ਕਿੰਨਾ ਵੀ ਵੱਡਾ ਕਿਉਂ ਨਾ ਹੋ ਜੇ, ਉਹਦਾ ਸਿਰ ਤਾਂ ਮਾਂ ਦੇ ਚਰਨਾਂ 'ਚ ਹੀ ਹੁੰਦਾ ਹੈ। ਜੋ ਤੂੰ ਹੁਕਮ ਲਾਏਂਗੀ ਸਿਰ ਮੱਥੇ। ਜੇ ਤੇਰੇ ਲਈ ਮਾਂ ਦਾ ਪਿਆਰ ਵੱਡਾ ਤੇ ਮਾਂ ਦੇ ਕਦਮਾਂ ਤੇ ਕਦਮ ਰੱਖ ਕੇ ਤੁਰ, ਚੱਲ ਮੇਰੇ ਮਗਰ। ਮਾਹੀ, ਮਾਂ ਨੂੰ ਜਵਾਬ ਦੇਣਾ ਰੱਬ ਨੂੰ ਮੋੜਨ ਦੇ ਬਰਾਬਰ ਹੁੰਦਾ ਹੈ, ਤੂੰ ਇੱਕ ਵਾਰੀ ਮਾਂ ਦੇ ਨਾਲ ਚਲਾ ਜਾ। ਹਾਂ ਇਸ਼ਕ ਦਾ ਰੋਗ ਅਵਲੜਾ ਹੁੰਦਾ, ਜਿਹੜਾ ਜਿਉਂਦਿਆਂ ਮਾਰ ਮੁਕਾਵੇ, ਦਰ ਦਰ ਦੀਆਂ ਉਹ ਖਾਂਦਾ ਠੋਕਰਾਂ, ਜਿਹਨੂੰ ਇਹ ਭੈੜਾ
ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹਾਏ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਆਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਜਵਾਨੀ ਤੇਰੇ ਨਾਮ ਕਰ ਦਿੱਤੀ ਵੇ ਮੈਂ ਆਪਣੀ ਜਵਾਨੀ ਦਿਨ ਪਿਆਰ ਬਿਨਾ ਹੋਰ ਹੋ ਦਿਨ ਪਿਆਰ ਬਿਨਾ ਹੋਰ ਕਿੰਨੇ ਟਾਲਣੇ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਯਾਰਾ ਉੱਡ ਗਏ ਹਵਾ ਚ ਕਿੰਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਤੂਫਾਨਾ ਸਾਨੂੰ ਦੇਣਾ ਜੜੋਂ ਪੁੱਟ ਇੱਥੇ ਨਾ ਹੀ ਰਹਿਣੇ ਆਲਣੇ ਤੇ ਨਾ ਹੀ ਰਹਿਣੇ ਰੁੱਖ ਇੱਥੇ ਨਾ ਹੀ ਰਹਿਣੇ ਆਲਣੇ ਤੇ ਨਾ ਹੀ ਰਹਿਣੇ ਰੁੱਖ ਦੀਵੇ ਬਗਦੀ ਹਵਾ ਚ ਦੀਵੇ ਬਗਦੀ ਹਵਾ ਚ ਕਿਨੇ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਉੱਡ ਗਏ ਹਵਾ ਚ ਕਿਨੇ ਪਾਲਣੇ ਆ ਯਾਰਾ ਅਸੀਂ ਸੁੱਕੀਆਂ ਰੁੱਖਾਂ ਦੇ ਉੱਤੇ ਹੋ ਸਾਡੀ ਇੱਜ਼ਤ ਗਲੀਆਂ ਚ ਰੌਲ ਕੇ ਤੈਨੂੰ ਭੋਰਾ ਸ਼ਰਮ ਨਹੀਂ ਆਈ? ਦੇਖ ਪੁੱਤ, ਤੇਰੇ ਕਹਿਣ ਤੇ ਅਸੀਂ ਉਸ ਮੁੰਡੇ ਦੀ ਮਾਂ ਨਾਲ ਤੇਰੇ ਵਿਆਹ ਦੀ ਗੱਲ ਕੀਤੀ ਸੀ, ਪਰ ਉਹ ਅੱਧ ਵਿਚਾਲੇ ਛੱਡ ਕੇ ਚਲਾ ਗਿਆ। ਇਹਦੇ ਵਿੱਚ ਸਾਡਾ ਕੀ ਕਸੂਰ ਹੈ? ਉਹ ਸ਼ੁਕਰ ਕਰ, ਹਾਲੇ ਤੇਰਾ ਵਿਆਹ ਨਹੀਂ ਸੀ ਹੋਇਆ। ਜੇ ਤੇਰੇ ਵਿਆਹ ਤੋਂ ਬਾਅਦ ਤੈਨੂੰ ਛੱਡ ਕੇ ਚਲਿਆ ਜਾਂਦਾ, ਫਿਰ ਤਾਂ ਅਸੀਂ ਜਮੇ ਪੱਟੇ ਗਏ ਸੀ। ਜੇ ਸਾਡੀ ਸਕੀ ਧੀ ਹੁੰਦੀ ਸਾਨੂੰ ਇਹ ਦਿਨ ਦੇਖਣੇ ਨਸੀਬ ਨਾ ਹੁੰਦੇ। ਧੀਏ, ਮੈਂ ਇਹ ਚੁੰਨੀ ਤੇਰੇ ਪੈਰਾਂ 'ਚ ਰੱਖਦੀ ਹਾਂ, ਭਾਵੇਂ ਪੈਰਾਂ 'ਚ ਰੋਲ ਦੇ ਜਾਂ ਸਿਰ 'ਤੇ ਰੱਖ ਦੇ,
ਜੇ ਇਹ ਗੱਲ ਹੈ ਨਾ ਮਾਂ, ਤੇ ਮੈਂ ਤੁਹਾਡੀ ਇੱਜ਼ਤ ਪੈਰਾਂ 'ਚ ਨਹੀਂ ਰੁਲਣ ਦੇਣੀ। ਤੁਹਾਡੀ ਇੱਜ਼ਤ ਤੁਹਾਡੇ ਸਿਰ 'ਤੇ ਹੀ ਰਹੇਗੀ। ਮਾਫ ਕਰ ਦੇ ਵੀਰੇ। ਮਾਂ ਬਾਪ ਦੀ ਇੱਜ਼ਤ ਆਪਣੇ ਪੈਰਾਂ 'ਚ ਰੋਲਣ ਵਾਲੀਆਂ ਧੀਆਂ ਨੂੰ ਮਾਫੀ ਨਹੀਂ, ਮੌਤ ਮਿਲਦੀ ਹੈ। ਮੌਤ! ਨਹੀਂ ਨਹੀਂ, ਮੈਂ ਇੱਦਾਂ ਨਹੀਂ ਹੋਣ ਦੇਵਾਂਗੀ। ਕਮਲ, 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 ਕੀ ਹੋਇਆ? ਰੋ ਕਿਉਂ ਰਹੀ ਹੈ? ਮੈਂ ਤੇਰੇ ਅੱਗੇ ਹੱਥ ਜੋੜ ਦਿਆ, ਮੈਨੂੰ ਜ਼ਹਿਰ ਦੀ ਸ਼ੀਸ਼ੀ ਲਿਆ ਦੇ। ਇੰਜ ਕਿਉਂ ਆਖ ਰਹੀ ਹੈ? ਹਾਂ, ਮੈਂ ਸੱਚ ਆਖਦੀ ਹਾਂ, ਮੈਂ ਨਹੀਂ ਜੀਣਾ ਚਾਹੁੰਦੀ, ਮੈਂ ਮਰਨਾ ਚਾਹੁੰਦੀ ਹਾਂ। ਚੁੱਪ ਕਰ, ਮੈਂ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ। ਮੈਂ ਤੇਰੇ ਦਿਲ ਦੀਆਂ ਜਾਣਦੀ ਹਾਂ, ਮੈਨੂੰ ਪੂਰਾ ਭਰੋਸਾ ਹੈ ਕਿ ਮਾਹੀ ਜ਼ਰੂਰ ਆਏਗਾ। ਉਹ ਮੈਨੂੰ ਛੱਡ ਕੇ ਜਾ ਚੁੱਕਾ ਹੈ, ਬਸ ਤੂੰ ਮੈਨੂੰ ਜ਼ਹਿਰ ਲਿਆ ਦੇ। ਦਿਲ ਹੌਲਾ ਨਾ ਕਰ, ਹੌਸਲਾ ਰੱਖ, ਤੇਰੀ ਡੋਲੀ ਮਾਹੀ ਨਾਲ ਹੀ ਤੁਰੂ। ਮੇਰੀ ਡੋਲੀ ਕਿਹਦੇ ਨਾਲ ਜਾਏਗੀ, ਕਿਹਦੇ ਨਾਲ ਨਹੀਂ ਜਾਏਗੀ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੂਗਾ। ਹੌਲਦਾਰ ਸਾਹਿਬ, ਤੁਹਾਨੂੰ ਕਿਸੇ ਗੱਲ ਦਾ ਪਤਾ? ਉਹ ਕਿਹੜੀ ਗੱਲ? ਮੇਰਾ 34 ਤਰੀਕ ਨੂੰ ਵਿਆਹ ਪੱਕਾ ਹੋ ਗਿਆ, ਨਾਲੇ ਲੀੜੇ ਲੂੜੇ ਸੰਭਾਲਿਓ। ਉਹ ਗੱਲ ਸੁਣੋ ਜਬਲਿਆ ਜਾ, ਪਹਿਲੇ ਨੰਬਰ ਤੇ ਉਹ ਹੌਲਦਾਰ ਨੇ DSP ਹੈ, ਦੂਜੇ ਨੰਬਰ ਤੇ 34 ਤਰੀਕ ਕੋਈ ਨਹੀਂ ਹੁੰਦੀ। ਉਹ ਡੈਡੀ ਜੀ, 34 ਤਰੀਕ ਹੋਵੇ ਚਾਹੇ ਨਾ ਹੋਵੇ, ਪਰ ਮੇਰਾ ਤਾਂ ਹੁੰਦਾ ਨਾ ਪੱਕਾ ਇਲਾਜ। ਉਹ ਜਾ ਯਾਰ, ਤੂੰ ਅੰਦਰ ਜਾ, ਤੇਰਾ ਮੈਂ ਇੱਕ ਮਿੰਟ 'ਚ ਪੱਕਾ ਇਲਾਜ ਕਰ ਦੂ, ਕਰਦਾ ਕੀ ਸਾਲਾ ਕਮਲਾ ਜਿਹਾ। ਚੱਲ ਅੰਦਰ। ਨਜ਼ਰਾ, ਇਹ ਕਮਲਾ ਜਿਹਾ ਕਿਹੜੇ ਵਿਆਹ ਦੀ ਗੱਲ ਕਰਦਾ? ਉਹ ਕਾਹਦਾ ਯਾਰ, ਲੱਖਾ ਆਪਣੀ ਭੈਣ ਦਾ ਰਿਸ਼ਤਾ ਪੱਕਾ ਕਰਕੇ ਗਿਆ ਇਹਦੇ ਨਾਲ। ਅੱਛਾ, ਉਦੋਂ ਦਾ ਰੌਲਾ ਪਾਈ ਜਾਂਦਾ। ਘਾਟੇ ਦਾ ਸੌਦਾ ਤਾਂ ਲੱਖਾ ਵੀ ਨਹੀਂ ਕਰਦਾ, ਮੈਨੂੰ ਕੋਈ ਚਾਲ ਲੱਗਦੀ ਹੈ ਉਹਦੀ। ਚਾਲ ਕੋਈ ਵੀ ਹੋਵੇ ਡਿਪਟੀ ਸਾਹਿਬ, ਪਰ ਨਾਜਰ ਆਪਣੀ ਬਾਜੀ ਮਾਰ ਹੀ ਲੈਂਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਆਓ ਭਾਜੀ, ਆਓ।
ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੈ, ਲਓ ਲਓ ਲਓ, ਛਕੋ ਛਕੋ ਕਰੋ, ਤੁਸੀਂ ਵੀ ਕਰੋ ਮੂੰਹ ਮਿੱਠਾ, ਆਲੋ ਤੁਸੀਂ ਵੀ ਖਾਓ, ਚੱਕੋ ਵੀ ਚੱਕੋ, ਲਓ ਪੀਓ, ਖਾਓ ਪੁੱਤ ਤੁਸੀਂ ਵੀ। ਭੈਣ ਜੀ ਇੰਤਜ਼ਾਮ ਬਹੁਤ ਵਧੀਆ ਕੀਤਾ ਤੁਸੀਂ। ਬਾਅਦ ਚ ਖਾ ਲਾਂਗੇ। ਫਿਕਰ ਨਾ ਕਰ, ਵਿਚਾਲਿਓ ਸਾਥ ਨਹੀਂ ਛੱਡਦਾ। ਜੱਟਾਂ ਦੀਆਂ ਦੋ ਹੀ ਚੀਜ਼ਾਂ ਮਸ਼ਹੂਰ ਆ, ਇੱਕ ਯਾਰੀ, ਇੱਕ ਸਰਦਾਰ, ਇੱਕ ਸਰਦਾਰ, ਇੱਕ ਸਰਦਾਰ, ਇੱਕ ਸਰਦਾਰ। ਓਏ ਆ ਕਿਹਦੀ ਹਿੰਮਤ ਪੈ ਗਈ ਓਏ, ਨਾਜਰ ਸਿੰਘ ਦਾ ਰਾਹ ਰੋਕਣ ਦੀ? ਕਿਹਦੀ ਮਾਤ ਵਾਜਾ ਮਾਰਦੀ ਆ? ਤੁਹਾਡਾ ਬਾਪ ਇੱਥੇ ਖੜਾ ਓਏ, ਬੋਲੇ ਸੋ ਨਿਹਾਲ। ਡੈਡੀ ਜੀ ਸਾਰੇ ਭੱਜ ਗਏ। ਤੂੰ ਤਾਂ ਮੈਨੂੰ ਛੱਡ ਕੇ ਚਲਾ ਗਿਆ ਚੰਦਰਿਆ, ਪਰ ਮੈਂ ਕਿਸੇ ਹੋਰ ਦੀ ਨਹੀਂ ਹੋ ਸਕਦੀ। ਅੱਛਾ, ਰੱਬ ਰਾਖਾ। ਅਸੀਂ ਕਾਨੂੰਨ ਨੂੰ ਹੱਥ 'ਚ ਲੈਣਾ ਨਹੀਂ ਚਾਹੁੰਦੇ। ਕਾਨੂੰਨ ਮੈਂ ਵੀ ਹੱਥ 'ਚ ਲੈਣਾ ਨਹੀਂ ਚਾਹੁੰਦਾ ਨਾਜਰਾ। ਸ਼ਰਮ ਕਰਵੇ ਸ਼ਰਮ, ਲੋਕਾਂ ਦੀਆਂ ਧੀਆਂ ਭੈਣਾਂ ਚੱਕਣਾ ਹੈ? ਉਹ ਮੇਰੀ ਸੋਚ ਇੰਨੀ ਕਮੀਨੀ ਨਹੀਂ ਕਿ ਮੈਂ ਕਿਸੇ ਦੀ ਇੱਜ਼ਤ ਨਾਲ ਖਿਲਵਾੜ ਕਰਾਂ। ਜੇ ਕਮਲ ਨੂੰ ਲਿਜਾਣਾ ਹੁੰਦਾ ਨਾ ਤਾਂ ਉਸੇ ਦਿਨ ਭਜਾ ਕੇ ਲੈ ਜਾਂਦਾ ਜਿੱਦੇ ਉਹ ਘਰੇ ਭੱਜ ਕੇ ਮੈਨੂੰ ਮਿਲਣ ਆਈ ਸੀ। ਹਥਿਆਰ ਰੱਖ ਦਿਓ, ਆ ਜਾਓ, ਦੇਖ ਲੈਂਦੇ ਹਾਂ। ਲੈ ਕੇ ਜਾਊਂਗਾ ਜ਼ਰੂਰ, ਪਰ ਪੂਰੀ ਇੱਜ਼ਤ ਤੇ ਮਾਣ ਨਾਲ। ਜੇ ਹੁਣ ਆਈ ਗਿਆ ਤਾਂ ਕੁਝ ਖਾ ਪੀ ਕੇ ਜਾਈ। ਉਹ ਮੁੰਡਿਓ, ਵਿਆਹ ਵਾਲਿਆਂ ਦੇ ਘਰ ਆਇਆ, ਇਹ ਸੇਵਾ ਸੁਵਾ ਕਰੋ ਇਹਦੀ। Thank you.
ਉਹ ਬੰਦ ਕਰੋ ਇਹ ਲੜਾਈ। ਮੈਂ ਕਾਨੂੰਨ ਹੱਥ ਤਾਂ ਨੀ ਲਿਆ, ਨਹੀਂ ਲਿਆ ਨਾ, ਹੁਣ ਇਹਨਾਂ ਹੱਥਾਂ ਨਾਲ ਮੈਂ ਤੇਰੀ ਧੌਣ ਭੰਨੂਗਾ। ਥਾਣੇਦਾਰ ਸਾਹਿਬ, ਮੈਂ ਕੁਝ ਜ਼ਿਆਦਾ ਹੀ ਲਾਲਚ ਵਿੱਚ ਆ ਗਿਆ ਸੀ, ਅੱਜ ਤੁਹਾਡੀ ਸੱਚਾਈ ਦੀ ਤਾਕਤ ਦਾ ਮੈਨੂੰ ਪਤਾ ਲੱਗ ਗਿਆ, ਇਹ ਸਾਨੂੰ ਮਾਫ਼ ਕਰ ਦਿਓ ਜੀ, ਮਾਫ਼ੀ ਮੰਗੋ। ਬੜੇ ਫੋਨ ਕਰਦਾ ਸੀ ਨਾ, ਵਰਦੀ ਲਵਾ ਦੂੰ ਆਹ ਲਵਾ ਦੂੰ, ਗੱਲ ਸੁਣ ਲਾ ਮੇਰੀ। ਹਾਂਜੀ, ਮੇਰੇ ਵਰਦੀ ਪਾਈ ਹੋਵੇ ਜਾਂ ਲਾਈ ਹੋਵੇ, ਮੈਂ ਹਮੇਸ਼ਾ ਸੱਚਾਈ ਨਾਲ ਖੜਨ ਵਾਲਾ ਬੰਦਾ। ਹਾਂਜੀ ਹਾਂਜੀ, ਫੋਨ ਕਰ ਫੋਨ ਸਾਇਆ, ਕਰ ਫੋਨ। ਆ ਚੱਕ ਬਈ, ਕਮਲ ਛੇਤੀ ਚੱਲ, ਮਹੀ ਆ ਗਿਆ ਤੈਨੂੰ ਲੈਣ ਲਈ। ਬਹੁਤ ਜ਼ਮੀਨ ਜ਼ਮੀਨ ਕਰਦਾ ਸੀ ਨਾ, ਹੁਣ ਲੈ ਜੀ ਜ਼ਮੀਨ ਹਿੱਕ ਤੇ ਧਰ ਕੇ। ਨਾ ਪੁੱਤਨਾ, ਮੇਰੇ ਪੁੱਤ ਨੂੰ ਨਾ ਮਾਰੀ, ਮੈਨੂੰ ਕੁਝ ਨਹੀਂ ਚਾਹੀਦਾ, ਮੇਰੇ ਪੁੱਤ ਦੀ ਜਾਨ ਬਖਸ਼ ਦੇ। ਤੂੰ ਤਾਂ ਮਾਂ ਕਹਾਉਣ ਦੇ ਵੀ ਕਾਬਿਲ ਨਹੀਂ, ਪਿੱਛੇ ਹਟ ਜਾ, ਨਹੀਂ ਤਾਂ ਦੋਹੇ ਮਾਂ ਪੁੱਤ ਨੂੰ ਇੱਕੋ ਗੋਲੀ 'ਚ ਪਰੋ ਦੂੰ। ਪਿੱਛੇ ਹਟ ਮਾਹੀ। ਕਮਲ ਨਹੀਂ, ਮਾਹੀ ਮੇਰੇ ਵੀਰ ਨੂੰ ਗੋਲੀ ਨਾ ਮਾਰੀ। ਕਮਲ ਪਿੱਛੇ ਹਟ ਜਾ। ਦੇਖ ਮਾਹੀ, ਜੇ ਤੂੰ ਮੇਰੇ ਵੀਰ ਨੂੰ ਗੋਲੀ ਮਾਰੀ ਤੇ ਇਹਨੇ ਮਰ ਜਾਣਾ ਤੇ ਤੂੰ ਜੇਲ੍ਹ ਚਲੇ ਜਾਣਾ। ਭਾਵੇਂ ਚੰਗਾ ਭਾਵੇਂ ਮਾੜਾ, ਪਰ ਹੈ ਤਾਂ ਮੇਰਾ ਵੀਰ ਹੀ ਨਾ। ਕਮਲ ਮੈਂ ਤੇਰੇ ਤੇ ਹੋਏ ਜ਼ੁਲਮ ਦਾ ਹਿਸਾਬ ਲੈਣਾ, ਇਸ ਤੋਂ ਪਿੱਛੇ ਹਟ ਜਾ। ਕਮਲ ਇਹ ਸਾਰੀ ਲੜਾਈ ਦੀ ਜੜ੍ਹ ਮੈਂ ਹੀ ਹੈਗੀ ਆ ਨਾ, ਤਾਂ ਮੈਂ ਇਸ ਲੜਾਈ ਦੀ ਜੜ੍ਹ ਨੂੰ ਹੀ ਖਤਮ ਕਰ ਦਿੰਨੀ ਆ। ਤੂੰ ਮਾਰਨਾ ਹੀ ਹੈ ਤਾਂ ਮੈਨੂੰ ਮਾਰ ਦੇ ਵੀਰੇ, ਮੇਰੇ ਮਰਨ ਤੋਂ ਬਾਅਦ ਮੇਰੀ ਸਾਰੀ ਜਾਇਦਾਦ ਤੈਨੂੰ ਮਿਲ ਜਾਵੇਗੀ। ਮਾਹੀ ਜੇ ਸਾਡਾ ਪਿਆਰ ਸੱਚਾ ਹੋਇਆ ਨਾ, ਤੇ ਅਸੀਂ ਅਗਲੇ ਜਨਮ 'ਚ ਜ਼ਰੂਰ ਮਿਲਾਂਗੇ। ਬੀਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਮਾਫ਼ ਕਰ ਦਿਓ, ਮਾਫ਼ ਕਰ ਦਿਓ। ਮਾਂ ਜੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ, ਸਾਡੀਆਂ ਖੁਸ਼ੀਆਂ ਤੇ ਅਰਮਾਨਾਂ ਨੂੰ ਸਮਝਿਆ ਜਾਵੇ, ਅਸੀਂ ਆਪਣੇ ਮਾਪਿਆਂ ਦੀ ਇੱਜ਼ਤ ਤੇ ਦਾਗ ਨਹੀਂ ਲੱਗਣ ਦੇਵਾਂਗੀਆਂ। ਮਾਹੀ ਮੈਂ ਤੇਰੇ ਅੱਗੇ ਹੱਥ ਜੋੜਦੀ ਹਾਂ, ਤੂੰ ਇੱਥੋਂ ਜਾ। ਸ਼ੁਦਾਈਆਂ ਮੈਂ ਜਿਹੜਾ ਤੇਰੇ ਪਿੱਛੇ ਇੱਥੇ ਲੜ ਰਿਹਾ ਮਰ ਰਿਹਾ,
ਰੁਕ ਕਮਲ, ਐਵੇਂ ਕਿਵੇਂ ਚੱਲ ਜਾਏਗਾ? ਕਿਹਾ ਸੀ ਨਾ ਮੈਂ ਵੀ ਵਿਆਹ ਤੇ ਐ ਤੇ ਕੁਝ ਖਾ ਪੀ ਕੇ ਜਾਈ। ਉਹ ਗੱਲੂ ਮੂੰਹ ਮਿੱਠਾ ਕਰ, ਇਸ ਘਰ ਦਾ ਹੋਣ ਵਾਲਾ ਜਵਾਈ ਹੈ ਇਹ। ਮੈਨੂੰ ਮਾਫ਼ ਕਰੀ ਛੋਟੇ ਵੀਰ, ਮੈਂ ਲਾਲਚ ਚੰਨਾ ਹੋ ਕੇ ਸਭ ਭੁੱਲ ਗਿਆ ਸੀ। ਤੂੰ ਵੀ ਮਾਫ਼ ਕਰੀ ਭੈਣੇ, ਮੈਂ ਤੈਨੂੰ ਸਮਝ ਨਹੀਂ ਸਕਿਆ। ਪਰਮਾਤਮਾ ਤੁਹਾਨੂੰ ਦੋਨਾਂ ਨੂੰ ਖੁਸ਼ ਰੱਖੇ। ਬੇਬੇ ਡੈਡੀ ਜੀ, ਉਹਦਾ ਤਾਂ ਪੱਕਾ ਲਾਲ ਹੋ ਗਿਆ, ਹੁਣ ਮੇਰਾ। ਓਏ ਚੁੱਪ ਕਰ ਸਾਲਿਆ, ਅੱਗੇ ਬਤੇਰੀ ਹੋ ਗਈ ਹੈ ਮੇਰੇ ਨਾਲ। ਲਿਆ ਮਾਹੀ ਪਿਸਟਲ, ਮੈਂ ਹੁਣ ਆਪਦਾ ਕੰਮ ਵੀ ਨਿਬੇੜ ਹੀ ਲਵਾਂ। ਉਹ ਗੱਲ ਸੁਣ ਮੇਰੀ, ਤੁਹਾਡਾ ਕੰਮ ਥੋਤੋਂ ਨਹੀਂ ਨਿਬੜਨਾ, ਇਹ ਮਸਲਾ ਮੈਂ ਹੀ ਨਿਬੇੜਦਾ। ਚੱਲ ਤੁਰ ਹੁਣ, ਇਹ ਆ ਇੱਥੇ। ਨਾ ਬਾਈ, ਐਂ ਦੱਸ ਵੀ ਮੇਰਾ ਕਸੂਰ ਕੀ ਹੈ? ਤੇਰਾ ਕਸੂਰ ਨਹੀਂ ਗਾ, ਰੋਜ਼ ਤੂੰ ਝੂਠ ਬੋਲਦਾ, ਕਦੇ ਟਾਇਰ ਪੈਂਚਰ ਹੋ ਗਿਆ, ਕਦੇ ਮੋਟਰ ਚਲਾਉਣ ਜਾਣਾ, ਕਦੇ ਉਹ ਕਰਦਾ। ਕੀ ਕਰੀਏ ਬਾਈ, ਮਜਬੂਰੀ ਹੈ, ਝੂਠ ਬੋਲਣ ਨੂੰ ਕਿਹਦਾ ਜੀ ਕਰਦਾ। ਅੱਛਾ ਤਾਂ ਅੱਜ ਫਿਰ ਆਪਾਂ ਪੱਕਾ ਇਲਾਜ ਕਰ ਦਿੰਦੇ ਹਾਂ। ਹੁਣ ਜਿਹੜੀ ਤੇਰੀ ਬਿਜਲੀ ਆ, 24 ਘੰਟੇ ਤੇਰੇ ਕੋਲ ਰਹੂਗੀ। ਲਿਆ ਹੋਵੇ।